वाहेगुरु जी का खालसा वाहेगुरु जी की फतेह। मैं नीलम कौर तुहाडा सारयां दा इस फंड रेजिंग गाला विच स्वागत करदी हां जिहड़ा कि रेडियो वॉइस ऑफ खालसा वालों कीता जा रहा है। दर्शको, यह एक पंथक रेडियो है जिस विच मुख तौर ते मेहमान होणगे सुखप्रीत सिंह उद्दुके ते जिहड़ा यह प्रोग्राम हो रहा है यह रॉयल इंडियन पैलेस विच होण जा रहा है जिहड़ा कि काफी सारे मेहमान अंदर पहुंच चुके ने ते उस विच काफी पंथक धिरां आईयां होईयां ने जथेबंदियां भी आईयां होईयां ते आओ उन्हां नूं मिलदे आं ते नाले गलबात करदे आं। प्रोग्राम दी शुरुआत हो चुकी है अंदर। दर्शको, जिहड़े सज्जन मेरे नाल खड़े ने ओह इस रेडियो वॉइस ऑफ खालसा दे मुखी ने ते आओ उन्हां नूं पुछदे आं। इन्हां दा नाम हैगा सुखविंदर सिंह। आओ उन्हां नूं इस नाल इस रेडियो वॉइस ऑफ खालसा दे जिहड़े ऑर्गेनाइजर इन्हां नूं पुछदे आं बारे क्वेश्चन। जी, वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। बहुत बहुत धन्यवाद TV 84 दा जिहड़ा तुसीं मैनूं इस योग समझिया। दस सेवा करदे रेडियो वॉइस ऑफ खालसा ते जिहड़ी किन्ना टाइम हो गया? सानू 3-4 साल हो गए आ। 2012 दे विच असीं शुरू कीता सीगा ते स्टिल जारी हैगा हुण तक्कर ते आने वाले टाइम दे तक्कर असीं सोचदे आ बई होर भी काफी पूरे वर्ल्ड दे विच जिहड़ा आ असीं इस रेडियो दे राही जिहड़ी ऑडियो आ ਉਹ ਲਿਜਾਣਾ ਚਾਹੁੰਦੇ ਹਾਂ ਕਿ ਕਿੱਥੇ ਅਸੀਂ ਖੜੇ ਹੈਗੇ ਹਾਂ ਔਰ ਆਉਣ ਵਾਲੇ ਟਾਈਮ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ। ਹਾਂਜੀ, ਜਿਹੜਾ ਅੱਜ ਇਵੈਂਟ ਹੋ ਰਿਹਾ ਹੈ, ਫੰਡਰੇਜ਼ਿੰਗ ਗਾਲਾ ਹੋ ਰਿਹਾ, ਤੁਹਾਨੂੰ ਕਿੰਨੀ ਕੁ ਉਮੀਦ ਹੈ? ਫੰਡਰੇਜ਼ਿੰਗ ਦਾ ਜਿਹੜਾ ਅਸੀਂ ਸੋਚਿਆ ਸੀਗਾ, ਸਾਡਾ ਮੇਨ ਫੋਕਸ ਹੈਗਾ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਦੱਸ ਸਕੀਏ ਕਿ ਸਾਡਾ ਅਸੀਂ ਕੀ ਕਰਦੇ ਹੈਗੇ, ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਲੈ ਕੇ ਚੱਲੇ ਸੀਗੇ ਅਤੇ ਅੱਜ ਤੱਕ ਉਹ ਫਾਈਨੈਂਸ ਨਾ ਹੋਣ ਕਰਕੇ ਅਸੀਂ ਉਨੀ ਐਡ ਨਹੀਂ ਕਰ ਸਕੇ, ਪਰ ਸਾਡਾ ਇੱਥੇ ਫੰਡ ਦੇ ਉੱਤੇ ਵੀ ਅਤੇ ਜ਼ਿਆਦਾਤਰ ਸਾਡੇ ਲੋਕਾਂ ਦੇ ਉੱਤੇ ਮਿਲਣਾ, ਉਹਨਾਂ ਦੇ ਨਾਲ ਗੱਲਬਾਤ ਕਰਨੀ ਤਾਂ ਕਿ ਅਸੀਂ ਦੱਸ ਸਕੀਏ ਕਿ ਅਸੀਂ ਕੀ ਕਰ ਰਹੇ ਹੈਗੇ ਹਾਂ। ਤੁਹਾਨੂੰ ਕਿੰਨੀ ਕਾਮਯਾਬੀ ਮਿਲੀ ਹੈ ਇਹ ਰੇਡੀਓ ਚਲਾ ਕੇ? ਸਾਨੂੰ ਬਹੁਤ ਕਾਮਯਾਬੀ ਮਿਲੀ ਹੈ ਇਸ ਵੇਲੇ। ਜਦੋਂ ਅਸੀਂ ਮਿਡ ਭਾਰਤ ਦੇ ਇੰਡੀਆ ਦੀ ਗੱਲ ਕਰਦੇ ਹਾਂ ਜਾਂ ਸਾਊਥ ਇੰਡੀਆ ਦੀ ਗੱਲ ਕਰਦੇ ਹਾਂ, ਇਸ ਵੇਲੇ ਰੇਡੀਓ ਵਾਇਸ ਆਫ ਖਾਲਸਾ ਉਹਨਾਂ ਸਟੇਟਾਂ ਵਿੱਚ ਵੀ ਜਾ ਚੁੱਕਾ ਔਰ ਵਰਲਡ ਵਾਈਡ ਮੈਨੂੰ ਟਰੈਵਲ ਕਰਨ ਦਾ ਮੌਕਾ ਮਿਲਦਾ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਵਿੱਚ ਕਾਫੀ ਸਾਨੂੰ ਹੰਗਾਰਾ। ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਯੂਥ ਸਾਡੇ ਨਾਲ ਜ਼ਿਆਦਾ ਜੁੜਿਆ ਹੋਇਆ। ਠੀਕ ਹੈ, ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਦੇ ਇਵੈਂਟ ਬਾਰੇ? ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ TV 84 ਹੈ ਉਹ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਔਰ ਅਸੀਂ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ TV 84 ਦੇ ਨਾਲ, ਕਿਉਂਕਿ ਸਾਡਾ ਹਰ ਇੱਕ ਜਗ੍ਹਾ 'ਤੇ ਚੱਲਣ ਦਾ ਹਰ ਇੱਕ ਸਾਡਾ ਏਮ ਜਿਹੜਾ ਹੈਗਾ ਉਹ ਸਾਂਝਾ ਇਕੱਠਾ ਹੀ ਹੈਗਾ। ਸੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਤੁਹਾਡੀ ਸਾਰੀ ਟੀਮ ਇੱਥੇ ਪਹੁੰਚੀ ਆ ਔਰ ਸਾਨੂੰ ਨਿਮਾਣਿਆਂ ਨੂੰ ਤੁਸੀਂ ਮਾਣ ਬਖਸ਼ਿਆ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਖਾਸ ਕਰਕੇ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਕੋਈ ਵੀ ਕਮਰਸ਼ੀਅਲ ਰੇਡੀਓ ਸਟੇਸ਼ਨ ਜਾਂ ਕੋਈ ਟੀਵੀ ਸਟੇਸ਼ਨ ਆ, ਦੇ ਨੈਵਰ ਪੁੱਟ ਦੇ ਵੀਡੀਓਜ਼ ਔਰ ਆਡੀਓ ਜਿਹੜੀ ਰੈਗੂਲਰ ਬੇਸ ਤੇ, ਅਨਲੈਸ ਉਹਨਾਂ ਨੂੰ PR ਬਣਦੀ ਆ, ਉਹਨਾਂ ਦੀ ਪ੍ਰਸਿੱਧੀ ਹੁੰਦੀ ਆ, ਉਹਨਾਂ ਨੂੰ ਪਬਲਿਕ ਦੇ ਵਿੱਚ ਜ਼ਿਆਦਾ ਆਉਂਦੇ ਆ, ਉਹ ਪਾਉਂਦੇ ਹੈਗੇ ਆ, ਪਰ ਰੈਗੂਲਰ ਬੇਸਿਸ ਤੇ ਉਹ ਕਦੀ ਵੀ ਆਪਣੀ ਆਡੀਓ ਪ੍ਰੋਗਰਾਮਾਂ ਦੀ ਨਹੀਂ ਪਾਉਂਦੇ। ਸਾਡਾ 100% ਕੋਈ ਵੀ ਪ੍ਰੋਗਰਾਮ ਜਿਹੜਾ ਸਾਡਾ ਲਾਈਵ ਆ, ਇਟਸ ਗੋਇੰਗ ਬੀ ਔਨ ਯੂਟਿਊਬ ਐਂਡ ਸਾਊਂਡਕਲਾਉਡ ਐਂਡ ਫੇਸਬੁੱਕ ਐਵਰੀਵੇਅਰ। ਸੋ ਜੇ ਫਰਜ਼ ਕਰ ਲਓ ਅੱਜ ਕਿਸੇ ਨੂੰ, ਅਸੀਂ ਇਸ ਗੱਲ ਦੇ ਵਿੱਚ ਵੀ ਫੇਲ ਹੋਏ ਹਾਂ ਕਿ ਅਸੀਂ ਜਿਹੜਾ ਮੈਸੇਜ ਆ ਉਹ ਸਾਰਿਆਂ ਤੱਕ ਪਹੁੰਚਾ ਨਹੀਂ ਸਕੇ ਕਿ ਰੇਡੀਓ ਵਾਇਸ ਆਫ ਖਾਲਸਾ ਦਾ ਕੀ ਮਿਸ਼ਨ ਆ, ਕੀ ਕਰ ਰਹੇ ਹੈਗੇ ਆ, ਪਰ ਇਹ ਇੱਦਾਂ ਦਾ ਡਾਟਾਬੇਸ ਬਣ ਚੁੱਕਾ ਹੈਗਾ ਕਿ ਕੋਈ ਵੀ ਜਾਊਗਾ ਸਾਊਂਡਕਲਾਊਡ ਤੇ ਜਾਊਗਾ, ਫੇਸਬੁੱਕ ਤੇ ਜਾਊਗਾ, ਯੂਟਿਊਬ ਤੇ ਜਾਊਗਾ, ਉਹ ਭਾਵੇਂ ਸਾਲ ਨੂੰ ਜਾਵੇ ਭਾਵੇਂ 2 ਸਾਲ ਨੂੰ ਜਾਵੇ, ਐਂਡ ਦੈਨ ਐਵਰੀਥਿੰਗ ਇਜ਼ ਦੇਅਰ। ਅਸੀਂ ਕੀ ਕੀਤਾ ਹੈ ਔਰ ਸਾਨੂੰ ਅਸੀਂ ਤੁਹਾਨੂੰ ਵੀ ਰਿਕੁਐਸਟ ਕਰਾਂਗੇ ਕਿ ਸਾਡੇ ਜਿਹੜੇ ਸੱਜਣ ਨਵੇਂ ਆਏ ਹੈਗੇ ਆ ਜਾਂ ਜਿਹਨਾਂ ਨੂੰ ਨਹੀਂ ਡਿਟੇਲ ਬਾਰੇ ਪਤਾ ਹੈ, ਉਹ ਸਾਡੇ ਪ੍ਰੋਗਰਾਮ ਜਿਹੜੇ ਪਿਛਲੇ ਆ ਉਹ ਵੀ ਸੁਣੋ ਤੇ ਸਾਨੂੰ ਦੱਸੋ ਕਿ ਸਾਨੂੰ ਕੀ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਕਰ ਰਹੇ ਹਾਂ ਜਿੰਨੀ ਕੁ ਸਾਨੂੰ ਬੁੱਧ ਹੈਗੀ ਆ, ਵੀ ਟ੍ਰਾਇੰਗ ਆਰ ਬੈਸਟ, ਪਰ ਜਿਹੜੇ ਸੁਝਾਅ ਹੁੰਦੇ ਆ ਉਹ ਹਮੇਸ਼ਾ ਤੁਹਾਨੂੰ ਵਧੀਆ ਪਰਫੈਕਟ ਕਰਦੇ ਆ। ਐਂਡ ਇਹ ਸਾਡਾ ਪਹਿਲਾ ਫੰਡ ਰੇਜ ਹੈਗਾ ਇੱਥੇ ਤੇ ਤੁਹਾਨੂੰ ਪਤਾ ਹੀ ਹੈਗਾ ਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ, ਪਰ ਫਿਰ ਵੀ ਅਸੀਂ ਦੱਸਣਾ ਚਾਹੁੰਦੇ ਕਿ ਉਹ ਆਏ ਹੋਏ ਆ ਔਰ ਉਹ ਤੁਹਾਡੇ ਸਨਮੁਖ ਹੋਣਗੇ। ਅਗੇਨ ਇਹਨਾਂ ਨੇ ਬਹੁਤ ਕੁਛ ਕੀਤਾ ਹੈਗਾ, ਬਹੁਤ ਕੁਛ ਇੱਦਾਂ ਦਾ ਹੈਗਾ ਜਿਹੜਾ ਇਹ ਕਈ ਵਾਰੀ ਉਹਨਾਂ ਕੋਲ ਚਲੇ ਜਾਂਦੀ ਗੱਲ, ਜਿਹਨਾਂ ਕੋਲ ਜਿਹੜੇ ਇਹਨਾਂ ਦਾ ਬੈਨੀਫਿਟ ਜ਼ਿਆਦਾ ਲੈ ਜਾਂਦੇ ਹੈਗੇ ਆ ਤੇ ਅਸੀਂ ਕਈ ਵਾਰੀ ਵਾਂਝੇ ਰਹਿ ਜਾਂਦੇ ਇਹਨਾਂ ਚੀਜ਼ਾਂ ਤੋਂ ਕਿ ਕਿਉਂਕਿ ਸਾਡੀ ਪਹੁੰਚ ਨਹੀਂ ਹੁੰਦੀ, ਪਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਸੁਖਵਿੰਦਰ ਸਿੰਘ ਹੋਣਾ ਨੇ ਬੜਾ ਹਾਰਡ ਵਰਕ ਕੀਤਾ ਔਰ ਸਪੈਸ਼ਲ ਹੋਏ ਇਸ ਇਵੈਂਟ ਦੇ ਲਈ, ਸਪੈਸ਼ਲ ਇੰਡੀਆ ਤੋਂ ਟਰੈਵਲ ਕਰਕੇ ਆਏ ਹੈਗੇ ਆ
इन्हों का कोई होर मकसद नहीं इन्होंने कल चले जाना है। सो असी इन्हों का जल्दी कराई तो धन्यवाद करते हैं कि स्पैशल इस इवेंट के लिए फंड रेज के लिए, क्योंकि जो इन्हों गल की कि साड़ियां मुश्किल है तो इन्होंने कहा कि मैं थोड़े नाल खड़ा और जिन्हें भी मैनू जानते हैं जेडे मेरे सर्कल है मैं अपने विहाफ से उन्होंने सारे बेनती करके थोड़ी सपोर्ट के लिए जरूर कहूंगा। तो असी अगेन इन्हों का धन्यवाद करते हैं। सो अगेन बिना थोड़े तो जरा रेडियो वॉइस ऑफ खालसा बिना सपोर्टर्स तो बिना थोड़ी कंट्रीब्यूशन तो असी एक जरा कदम भी और जरा नहीं चुक सकते। कई बार असी हार जाने जब करने की कोशिश करी दी है मतलब नहीं होंगे साढ़े को नहीं ना, पर देख के खुशी होंगी है कि अज आए तो उम्मीद है कितने चलता रहेगा। सो अगेन थोड़ा सारे का धन्यवाद। मैं हम बेनती करूंगा सुखविंदर सिंह हम जी अगली गल जारी रख। धन्यवाद जी सारे का। वाहेगुरू जी का खालसा वाहेगुरू जी। हक सच के इंसाफ की आवाज रेडियो वॉयस ऑफ खालसा दे सानू आशीर्वाद देने लिए जिहड़े सारे दूरों दूरों भैन भरा भीर पहुंचे ने मैं उन्होंने दिल दी गहराइयां तों धन्नवाद करना। और ऐतवार का दिन है फिर भी तुसीं सानू इज्जत मान और सानू आशीर्वाद देण जिहड़े आ पहुंचे हो मैं एक बार फिर अपनी सारी टीम वालों दिल दी गहराइयां तों सारयां नूं धन्नवाद करना और दिओ आशीर्वाद तां कि मैं तुहानूं कुछ रेडियो वॉयस ऑफ खालसा दे बारे ओह तथ दस सकां। ते सारे आखो जी वाहिगुरु जी का खालसा वाहिगुरु जी की फतह। जिस तरह जसवीर सिंह ने दसिया भी साढ़े नाल जिहड़े होस्ट ने कि जगह पर प्रोग्राम करते मैं पास्ट का प्रेजेंट का फ्यूचर का बारे दसना चाहना। पास्ट के विच जदों 2012 दे विच रेडियो वॉयस ऑफ खालसा नूं शुरू किया गया उस वेले जदों असीं ऑल द ग्लोब इस चीज़ नूं देखिया कि चलो जिहड़े बाकी मीडिया ने अपनी अपनी जगह काम कर रहे ने और बहुत सुचजे ढंग नाल उन्हां दा धन्नवाद है, पर सानूं कुछ महसूस होया कि असीं जदों कोई चीज़ नूं शुरू करदे हां उहनूं बिजनेस परपज दे नाल शुरू करदे हां, पर रेडियो वॉयस ऑफ खालसा दा एम ए सी वे दे बिजनेस दा कोई दूसरा नहीं। और असीं 4 साल दे पीरियड दे विच अज न्यूयॉर्क दे विच पहला फंडरेज़ा साडा कि जदों ज्यादा फाइनेंस तौर पर असी औखे मुश्किल हो सानू आ रही आडे असी बेनती लैके थोड़े चरणों में पहुंचे हाँ कि साडा सहयोग दो। पर जदों असी स्टार्ट किया 2012 के जिदे कि सुरेंद्र सिंह जेडे टॉकिंग पंजाब के चंडीगढ़ तो उन्होंने नाल लैके असी स्टार्ट किया सब तो पहला जिहड़ा 101 घंटे का प्रोग्राम है वह रेडियो वॉयस ऑफ खालसा मरदे मुजाहिद संत जरनैल सिंह खालसा भिंडर वालों के उत्ते जिहड़ा उन्हां दी सीडी भी आई हुई है और पूरे वर्ल्ड दे विच लोकां ने सुनी हैगी है। पर पास दे विच जदों असीं शुरू कीता असीं क्योंकि फाउंडर जिहड़े आ उह जसवीर सिंह हैगे आ रेडियो वॉयस ऑफ खालसा दे दास तां चलदी गड्डी दे विच ही चढ़िया सीगा। उस तों बाद असीं सानूं फाइनेंस तौर ते काफ़ी मुश्किल आई पर मैं तुहाडे नाल उह गल नूं सांझी करनी चाहुंदा। सानू कई बार कंप्लेट भी आई है भी वह गल करनी नहीं चाहिए पर मैं कभी भी यह गल नहीं समझी कि जे असी स्रोतियां दे नाल गल सांझी नहीं करांगे तां पता किवें लगेगा कि असी की कर रहे हैं। असी सारे वीर जिहड़े पहला 2 सी फिर 3 हो गए 4 हो गए वधदे गए इन्हां नूं जिहड़ा स्टूडियो साडा उह ट्रकां जिस तरह पिछले समयां दे विच असी कहिंदे आ कि जिहड़ा गुरू दा खालसा जंगलां दे विच अपने प्रचार के साधन घोड़िया की काठिया से रखता सी पर उस हिस्ट्री नूं रेडियो वॉयस ऑफ खालसा द्वारा रिपीट कर रहा जिहड़ा कि ट्रकां दे विच सीटां दे बैठ के चलते ट्रकां दे विच इहनूं ऑपरेट किया जाता और सिंस अज की तरीक तक और उन्होंने विचों 10 जां प्रोग्राम 3 प्रोग्राम होंदे ने वीक दे और मैं हमेशा ही ट्रक दे विचों करदा। ईवन के मैं एक वाकया जां 2 वाकया तुहाडे नाल जरूर सांझा करूंगा। अडाहो दे विच जिहड़े ट्रकिंग लाइन दे नाल संबंधित ने उन्हें चंगी तरह पता कि असी जदों ट्रैवल करते हैं असी लाइन अप किए होंगे ने गैसट अपने के उन्होंने इंटरव्यू की जाऊगी पर जदों असी आप कमां ते हुंदे आ जदों जिहड़े विद्वान दे नाल असी गलबात करनी आ उन्हां नूं नहीं पता जां दुनिया के किसी बंदे नूं नहीं पता कि असी कित्थों ऑपरेट करते हैं ते किवें प्रोग्राम हुंदे ने। जदों मैं अडाहो दे विच 84 ते ट्रक चला रहा सीगा तां भाई अमरीक सिंह चंडीगढ़ वालिआं नूं दा टाइम सैट सी उन्होंने कितने काम पै गया उन्होंने 1 घंटा पहला मैनू फोन आया
भाई सुखविंदर सिंह जी मैनू काम पै गया तो तुसी प्रोग्राम रिकॉर्ड कर लो क्योंकि जिहड़े 10 प्रोग्राम करदा 100% लाइव हुंदे ने मैं रिकॉर्डिंग असीं कदी भी प्ले नहीं करदे ते हुण मेरी मजबूरी बन गई है कौम दे विद्वान ने भाई ਬਰੀਕ ਸਿੰਘ ਚੰਡੀਗੜ੍ਹ ਵਾਲੇ ਤੇ मैं ट्रक ਨੂੰ ਰੋਕਿਆ रोक के मैं क्या मैनूं 10 मिनट दो ते आपां प्रोग्राम करदे आ मैं शोल्डर ते ला के प्रोग्राम कर रहा खालसा जी उस वेले आ गए पुलिस ने पिछे लाइटां ला लईआं जदों पुलिस ने लाइटां ला के तो हुण मेरे को जवाब नहीं कि मैं उहनूं की कहां मैं की करदा सी क्योंकि जदों असीं इंग्लिश दे दायरे चों देखदे आ उह भी इन्नी इंग्लिश अपनी वधिया नहीं हुंदी ते फिर हुण चलो टिकट दित्ती मैनूं टिकट दे के शोल्डर ते ला के मैं लगा होया सीगा उस तों बाद होर भी कई इस तरह के वाकया होए साडे नाल लेकिन उन्हां कंडीशनां दे विच असीं मेहनत करके एक गल मैं होर सांझी करनी चाहुंदा पर उह भावें प्राइवेट रखनी हैगी आ क्योंकि मेरा परिवार भी बैठा तुसीं दुनिया दे विच चोरी करदे आपां जदों 10वीं 9वीं 8वीं 9वीं च पढ़दे हुंदे सी जे 10 रुपए उसले पैसे नहीं हुंदे सी अज तों 30 साल पहलां घरदिआं दे 5 रुपए चोरी कर लए जां 10 रुपए चोरी कर लए पर इस रेडियो वॉयस ऑफ खालसा के मंच नूं तैयार करन दे लई असीं अपने घरदिआं दे कदी $50 चोरी करके कदी $100 चोरी करके उधरों झूठ बोल के इस नूं चलाया और अज असीं इस मुकाम ते पहुंच गए हां कि रेडियो वॉयस ऑफ खालसा भारत दे अलग अलग हिस्सों दे विच जिहड़ा सुनिया जांदा हिंदी का प्रोग्राम जिहड़ा तुसीं ते देखिआ होणा पुष्पा जी का वह हिंदी दे विच प्रोग्राम जिहड़ा ब्रॉडकास्ट हुंदा इंडिया दे विच हुण मैं तुहानूं प्रेजेंट टाइम दे नाल गलबात करनी चाहुंदा प्रेजेंट टाइम दे विच जिहड़े साडे प्रोग्राम ने 9 प्रोग्राम साडे मंडे टू फ्राइडे जिहड़े आ उह लाइव ने 100% क्योंकि जिहड़े प्रोग्राम असीं लाइव करदे हां उहदे विच अलग अलग देशां दा टाइम आ जिहड़ा उह सानूं मद्देनज़र रख के असीं प्रोग्रामां दी जिहड़ी आ सैटिंग करदे हां जिहड़ा पिछले साल 125 घंटे का प्रोग्राम उस तों अगले पिछले साल का 2014 ते 2015 दा उहदे विच असीं 125 घंटे का प्रोग्राम किया जिहड़ा कि सिख नशलकुशी दे उत्ते जिहड़ा कि असीं सिंस 5-6 साल पहलां तक 26-27 साल के पीरियड के विच असीं उस कतलेआम नूं दंगे कहिंदे रहे पर सिख फॉर जस्टिस ने वो दंगिआं नूं सिख नशलकुशी दे विच बदलिया और असीं उहनां नूं पिछले साल 125 घंटे का प्रोग्राम करके उहनूं इतिहास के रूप के आवाज़ राही बंद किया और असीं अपनी टीम जिहड़ी आ दिल्ली भेजी दिल्ली भेज के घर घर जाके बीबियां दे नाल इंटरव्यूज कीतियां इंटरव्यूज करके वह अज असीं सीडी भी लॉन्च करांगे उहदा पहला भाग है जिहड़ा पिछले साल का काम किया होया जिहदे विच के सुखप्रीत सिंह जी उदों कहिंदे सानूं यह अडवाइस किया सी कि जे तुसीं कोई काम करना चाहुंदे आ तां फिर सिख कतलेआम ते जिहड़ा काम बहुत घट होया उहनूं जरूर करो असीं उसे वक्त फिर अपनी टीम जदों दिल्ली भेजी ते असीं इंटरव्यूज हुबहू हो जिद्दां जिद्दां गल्लबात होई होई आ ਉਹ ਹੁਣ ਸੀਡੀਆਂ ਜਦੋਂ ਤੁਹਾਡੇ ਆਪਾਂ ਦੇਵਾਂਗੇ ਤਾਂ ਤੁਸੀਂ ਜ਼ਰੂਰ ਘਰ ਜਾ ਕੇ ਸੁਣਿਓ ਜਦੋਂ ਵੀ ਟਾਈਮ ਲੱਗਿਆ ਔਰ ਉਹ ਆਵਾਜ਼ਾਂ ਉਹ 2-2 ਸਾਲ ਦੇ ਬੱਚਿਆਂ ਨੂੰ ਕਿੱਦਾਂ ਸਕੋਪ ਦੇ ਉੱਤੇ ਰੱਖ ਕੇ ਭੁੰਨਿਆ ਗਿਆ ਔਰ ਕਿਸ ਤਰ੍ਹਾਂ ਸਾਡੇ ਨਾਲ ਹੋਈ ਆ 1984 ਦੇ ਵਿੱਚ ਉਹਨੂੰ ਉਸ ਆਵਾਜ਼ ਨੂੰ ਅਸੀਂ ਸੀਡੀ ਦੇ ਰੂਪ ਦੇ ਵਿੱਚ ਕਲਮਬੰਦ ਜੇ ਕਹਿ ਲਈਏ ਆਵਾਜ਼ ਬੰਦ ਕੀਤੀ ਹੋਈ ਆ ਉਹਦੇ ਵਿੱਚ ਕਿ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਸੋ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਕੰਮ ਬਾਕੀ ਮੀਡੀਆ ਜਿੰਨਾ ਵੀ ਕੰਮ ਕਰ ਰਿਹਾ ਪਰ ਸਾਡਾ ਕੰਮ ਕਰਨ ਦਾ ਜਿਹੜਾ ਤਰੀਕਾ ਥੋੜ੍ਹਾ ਜਿਹਾ ਡਿਫਰੈਂਸ ਹੈ ਉਹਦੇ ਵਿੱਚ ਇਹ ਆ ਕਿ ਜਦੋਂ ਵੀ ਮੀਡੀਆ ਜਿਹੜਾ ਕੰਮ ਕਰਦਾ ਉਹ ਆਪਣੇ ਆਪ ਨੂੰ ਬਿਜ਼ਨਸ ਨੂੰ ਬਿਲਡ ਕਰਨ ਦੇ ਲਈ ਕੰਮ ਕਰਦਾ ਤਾਂ ਕਿ ਸਾਡੀ ਜਿਹੜੀ ਆ ਬਿਜ਼ਨਸ ਵੱਧ ਸਕੇ ਔਰ ਸਾਡੀ ਰੋਟੀ ਪਾਣੀ ਜਾਂ ਸਾਰਾ ਕੁਝ ਵਧੀਆ ਚੱਲ ਸਕੇ ਪਰ ਰੇਡੀਓ ਵਾਇਸ ਆਫ ਖਾਲਸਾ ਇੱਕ ਉਹ ਮੰਚ ਹੈ ਜਿਹੜਾ ਨੋਨ ਪ੍ਰੋਫਿਟ ਹੈ ਔਰ ਇਹਦਾ ਫੋਕਸ ਕੰਮ ਦੇ ਉੱਤੇ ਆ ਇਹਦਾ ਫੋਕਸ ਕੋਈ ਐਡਵਰਟਾਈਜ਼ਮੈਂਟ ਦੇ ਉੱਤੇ ਨਹੀਂ ਇਹਦੇ ਤੇ ਕੋਈ ਐਸਾ ਨਹੀਂ ਹੈ ਕਿ ਸਾਡਾ ਆਡੀਅੰਸ ਕਿੰਨੇ ਨੇ ਸਾਡਾ ਇਹ ਜਾਂ ਸਾਨੂੰ ਸਪੋਰਟ ਕਿੰਨੀ ਮਿਲਦੀ ਆ ਪਰ ਅੱਜ ਸਾਡੇ ਕੋਲ ਕੰਮ ਜ਼ਿਆਦਾ ਹੋਣ ਕਰਕੇ ਅਸੀਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਲੈ ਕੇ ਪਹੁੰਚੇ ਹਾਂ ਕਿ ਜੇ ਤੁਸੀਂ ਸਾਡਾ ਕੰਮ ਪਸੰਦ ਕਰਦੇ ਹੋ ਸਲਾਹ ਵੀ ਸਾਨੂੰ ਦਿਓ ਔਰ ਸਾਨੂੰ ਸਪੋਰਟ ਵੀ ਕਰੋ ਤਾਂ ਕਿ ਇਸ ਨੂੰ ਅਸੀਂ ਹੋਰ ਵੀ ਤੁਹਾਡੇ ਆਸਾਂ ਦੇ ਅਸੀਂ ਬਰਾਬਰ ਉਤਰ ਸਕੀਏ ਸੋ ਅੱਗੇ ਜਿਹੜਾ ਫਿਊਚਰ ਦੀ ਪਲਾਨਿੰਗ ਹੈਗੀ ਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜਿਹੜੀ ਸੀਡੀ ਇਹ ਅਸੀਂ ਪੰਜਾਬੀ ਦੇ ਵਿੱਚ ਬਣਾਈ ਹੈਗੀ ਆ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ
जेडे हिंदी बोलते क्योंकि हिंदी जी भारत की नैशनल लैंग्वेज है उसनों असी हिंदी दे विच कन्वर्ट करके जेडी सिख नशल कुसी अज साडे नाल होई है 1984 दे विच उस दरखांत नूं आपां घर घर उन्हां लोकां तक लैके जा सकीए। सो हिंदी दे विच जदों ट्रांसलेट करांगे आपां तां आपां नूं पता ही है कि आप हरेक चीज़ ते पैसे लगते हैं खर्चा होंदा। सो असी पिछले साल का काम करन तों बाद भी इहनूं असी लॉन्च नहीं कर सके क्योंकि सानूं फाइनेंस की प्रॉब्लम सी। असी हुण इहनूं असी अज लॉन्च करांगे। सो उस तों बाद एक बार साडा आने वाला यह है कि असी इनू हिंदी दे विच इस सीडी नूं कन्वर्ट करिए। दूसरा 20वीं सदी के महान सिख संत जरनैल सिंह खालसा भिंडरां वाले ये कहा करते सके बई तुसी कल्ले कल्ले पंजाब दे सिख नूं कल्ले कल्ले बंदे नूं दे कन्न विच इह दस दो कि असी इस देश दे विच गुलाम आ। उस एम नूं लैके रेडियो वॉयस ऑफ खालसा काम कर रहा और असी संत जरनैल सिंह खालसा भिंडरां वाले कहे हुए शब्द उस ते असी पूरा उतरन की कोशिश कर रहे हैं और आने वाले टाइम दे विच असी यह आवाज यह गल गुलामी दी कि असी गुलाम आ उस देश दे विच भारत दे विच क्या तो अपने पंजाब दे विच तां की पूरे भारत दे विच पूरे वर्ल्ड दे विच लिया कल्ले कल्ले नूं दसण दे लई वचनबद्ध है कि असी उस देश दे विच गुलाम है। सो तीसरा जिहड़ा अलग अलग जगह जा असी देखते हैं कि सिखां दी आइडेंटिटी क्योंकि असी बाहरले देशों दे विच इन्हां देशों विच बैठे हाँ कि आपां इन्हां देशों दे विच साडे बच्चियां ने भी पढ़ना असी बिजनेस भी करते हैं असी इस सरूप नूं लैके विचरदे हाँ पर साडा जिहड़ा फोकस है कि जिहड़ा इहनूं एक इलैक्ट्रॉनिक मीडिया दे नाल असी इस सिखी सरूप नूं जिहनूं उस देश दे विच अतवादी वक्खवादी जराइम पेशा जिन्ने माड़े नां ने इस सरूप नूं दिते गए पर यह जिहड़ा सरूप है यह सरूप गुरु नानक पातशाह तों जिहड़ा चलिया होया असी दसना चाहुंदे हां कि जिहड़ा गुरु का सिख है गुरु नानक का सिख है वह इदां दा नहीं है जिदां दा सानूं पेश कीता गया और उहदे उस प्रोजैक्ट दे उत्ते हजे स्टिल काम कर रहे हां असी। सो कौम के महान विद्वान बैठे ने उन्होंने साड़ी गलबात चलती है कर रहे हैं काम कितना का हुंदा। सो आने वाले टाइम दे विच साडे ये जो तीन मैं तुहानू दसे हैगे आ इहदे ते साडा फोकस हैगा ये फ्यूचर का प्लान हैगा। सो अज आपां जिन्ने इत्थे इकट्ठे होए आ तुहाडा कोई भी सवाल या कोई भी गल पुछना चाहुंदे हो ते असीं जरूर तुहाडे सवाल दे लई तुहाडे कोई भी सुझाव दे लई असीं जरूर तुहानू पुछांगे तां कि गलती ओहो जिही होण तों पहलां असीं उहनूं स्टॉप कर सकीए और तुहाडे सलाह दा सुझाव दा सानूं सदा ही इंतजार रहेगा। सो मैं सुखप्रीत सिंह जी उदो के बेनती करदा पर उहनां तों पहलां आपां चाहुंदे हां कि तीन चार जिहड़े जथेबंदियां दे वीर बाबा मक्खण शाह लवाणा दे सारे जिहड़े मैंबर वीर आए ने उहनां दा मैं दिल दीआं गहराईआं तों धन्नवाद करदा। भावां दास दा इहनां दे नाल गल कदी होई नहीं सी पर जिन्ना इन्होंने माण सत्कार दिता भावें मैं पहली बारी कॉल की तो मेरा बहुत ज्यादा मन खुश होया भी जे असी साडे जे कोई बखरेवे हैगे आ वो जिदा कहिंदे वी घर दे विच कई बारी भरा लड़ पैंदे आ जे कितें विआह हुंदा तां वी इकट्ठे हो के गलासी लाउंदे आ ओह। सो असी चाहुंदे आ वी जे साडे कोई बखरेवे हैगे भी आ ते अज सारे वीर आपां इकट्ठे बैठे आ और मैं बेनती करदा भी आपां जदों सीडी लॉन्च करिए असी मोंडे नाल मोंडा ला के सीडी क्योंकि यह कौम की अमानत है। सो आपां तुहाडे सुरद सारे वीरां दे नाल इकट्ठे हो के आपां इहनूं लॉन्च करिए। सो सारिआं तों पहलां आपां चार जां पंज बुलारे आपां दो दो मिंट उहनां नूं गल करनी चाहुंदे इत्थे आ के गलबात जरूर करन। सो उस तों बाद सुखप्रीत सिंह जी उदो के सो सब तों पहलां मैं बेनती करदा सिख फॉर जस्टिस दे अवतार सिंह पन्नू सो दो मिंट दे लई तुसीं स्टेज ते आओ ते तुसीं इक मीडिया दे बारे दे विच की कहना चाहते हो उन्हां तों बाद हेमंत सिंह जी सरपंच जां रघवीर सिंह जी सुभानपुर साडे वीर जी क्योंकि मैं इस गल तों माफ़ी मंग लवां बई सारे वीर ये ना सोचियो बई इन्हां नूं क्यों कहता ते उहनूं कहता कोई भी वीर दो मिंट जरूर आओ ते सानूं भी हौसला होंदा कि साडे भैण भरा जिहड़े नाल खड़े ने। सो कोई भी तुहाडा फैसला है बाबा मक्खण शाह लवाणा विचों कोई भी दो मिनट आओ स्टेज ते जरूर अपने जिहड़े विचार है सांझे करो। हांजी अवतार सिंह पन्नू जी गुरु प्यारे खालसा जी वाहिगुरू जी का खालसा वाहिगुरू जी की फतेह। सब तो पहले मैं धन्यवादी हाँ
जिन्हां ने एडा वड्डा प्लेटफॉर्म सिख कौम की झोली पाया है, क्योंकि जदों का यह रेडियो वॉइस ऑफ खालसा लांच होया है असी इन्हां दे नाल पहले दिन तो ही जुड़े हुए हाँ, पर इन्होंने सानू इन्ना साथ दिता कि जदों भी असी सिख कौम की आवाज नूं अगे तोरन की कोशिश की है तो वॉइस ऑफ खालसा सब तो पहले अगले पास उभर के आया, जिस तरह साडे लोकल मीडिया दे विच इत्थे टीवी चैनल भी चलते हैं, टीवी 1984 टीवी 84 ਇਹ ਵੀ ਮਨ ਦੀਆਂ ਗਹਿਰਾਈਆਂ ਦੇ ਉੱਤੋਂ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ। ਗਲੋਬਲ ਟੀਵੀ ਚੈਨਲ ਉਸਨੇ ਵੀ ਬੜਾ ਸਾਥ ਦਿੱਤਾ ਹੈ ਸਿੱਖ ਕੌਮ ਦਾ, ਆਸ ਰੱਖਦੇ ਹਾਂ ਕਿ ਇਸ ਤਰ੍ਹਾਂ ਸਾਥ ਦਿੰਦਾ ਰਹੇ। ਮੈਂ ਸਮਝਦਾ ਜਿੰਨੀ ਵਾਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ ਨੇ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਸਿੱਖ ਕੌਮ ਦੀ, ਵੱਖਰੇ ਵੱਖਰੇ ਟੌਪਿਕ ਦੇ ਉੱਤੇ ਵੱਖਰੇ ਵੱਖਰੇ ਵਿਦਵਾਨਾਂ ਨੂੰ ਲਿਆ ਕੇ 125-25 ਘੰਟੇ ਦਾ ਪ੍ਰੋਗਰਾਮ ਦੇਣਾ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ। ਲਗਾਤਾਰ ਅਸੀਂ ਕਦੀ ਇਹੋ ਜਿਹੇ ਵੀ ਵਿਦਵਾਨ ਇਸ ਰੇਡੀਓ ਦੇ ਉੱਤੇ ਸੁਣੇ ਜਿਨ੍ਹਾਂ ਬਾਰੇ ਸਾਨੂੰ ਕੁਛ ਵੀ ਨੌਲੇਜ ਨਹੀਂ ਸੀ। ਸਾਨੂੰ ਸਿੱਖ ਕੌਮ ਬਾਰੇ ਬੜੀ ਨੌਲੇਜ ਮਿਲੀ ਹੈ ਇਸ ਮੀਡੀਆ ਦੇ ਇਸ ਮਾਧਿਅਮ ਦੇ ਰਾਹੀਂ। ਮੈਂ ਜਿੰਨੀ ਵੀ ਸਮੁੱਚੀ ਟੀਮ ਹੈ ਵਾਇਸ ਆਫ ਖਾਲਸਾ ਦੀ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਇੱਕ ਮੰਚ ਇਹੋ ਜਿਹਾ ਲੈਂਦਾ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੱਜ ਹਰ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਫੀ ਮੇਰੇ ਵੀਰ ਜਿਹੜੇ ਇਹਨੂੰ ਸੁਣਦੇ ਹਨ, ਮੇਰੇ ਖਿਆਲ ਲੋਕਲ ਇੱਥੇ ਟੈਕਸੀਆਂ ਵਾਲੇ ਵੀਰ ਜਾਂ ਘਰਾਂ ਦੇ ਵਿੱਚ ਜਾਂ ਲਿਮੋਜ਼ੀਨਾਂ ਵਾਲੇ ਜਾਂ ਟਰੱਕਾਂ ਵਾਲੇ, ਮੇਰੇ ਖਿਆਲ ਇਸ ਰੇਡੀਓ ਦੇ ਨਾਲ ਬਹੁਤ ਜੁੜੇ ਹਨ, ਸੁਣਦੇ ਹਨ, ਕਈ ਵਾਰੀ ਕੁਐਸਚਨ ਆਨਸਰ ਵੀ ਹੁੰਦੇ ਹਨ, ਅਸੀਂ ਖੁਦ ਇਹਦਾ ਪਾਰਟ ਵੀ ਰਹਿੰਦੇ ਹਾਂ, ਕਈ ਵਾਰੀ ਸਾਨੂੰ ਇਹ ਬਹੁਤ ਟਾਈਮ ਦਿੰਦੇ ਹਨ, ਅਸੀਂ ਆਪ ਕਈ ਵਾਰੀ ਘੰਟਾ ਘੰਟਾ ਜ਼ਰੂਰ ਜਿਹੜਾ ਵੀ ਟੌਪਿਕ ਦਿੰਦੇ ਹਨ ਅਸੀਂ ਉੱਤੇ ਬੋਲਦੇ ਹਾਂ। ਜੇ ਨਿਊਯਾਰਕ ਤੋਂ ਮੈਂ ਬੋਲਦਾ ਹਾਂ, ਕੈਲੀਫੋਰਨੀਆ ਤੋਂ, ਆਪਾਂ ਸਾਰੇ ਇਹਨਾਂ ਦਾ ਸਾਥ ਦੇਈਏ ਜਿਹੜਾ ਇਹਨਾਂ ਪਹਿਲੀ ਵਾਰੀ ਫੰਡ ਰੇਜ਼ਿੰਗ ਨਿਊਯਾਰਕ ਦੀ ਧਰਤੀ 'ਤੇ ਕੀਤਾ ਹੈ। ਆਪਾਂ ਇਹਨਾਂ ਦਾ ਦਿਲ ਖੋਲ੍ਹ ਕੇ ਸਾਥ ਦੇਈਏ ਕਿ ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਹਰ ਘਰ ਦੇ ਵਿੱਚ ਇਹ ਪੁੱਜਦੀ ਕੰਮ। ਮੈਂ ਸਿੱਖ ਸਭਾ ਜਸਟਿਸ ਵੱਲੋਂ ਹਰ ਟਾਈਮ ਹਰ ਪਲ ਹਰ ਘੜੀ ਅਸੀਂ ਇਹਨਾਂ ਦੇ ਨਾਲ ਹਾਂ, ਇਹਨਾਂ ਦਾ ਸਾਥ ਦੇ ਰਹੇ ਹਾਂ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਡੇ ਵੱਡੇ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੁੱਦੋਗੇ ਜਿਹੜੇ ਕਿ ਸਾਡੇ ਬੜੇ ਪਿਆਰੇ ਦੋਸਤ ਮਿੱਤਰ ਸਾਡੇ ਗੁਆਂਢੀ ਹਨ, ਉਹ ਵੀ ਸਪੈਸ਼ਲ ਸਿੱਖ ਜਸਟਿਸ ਵੱਲੋਂ ਅਤੇ ਇਹਨਾਂ ਵੱਲੋਂ ਜ਼ਰੂਰ ਧੰਨਵਾਦ ਕਰਦਾ ਹਾਂ। ਹੋਰ ਚੁੱਕਦੀ ਫਿਲਮਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਕਿ ਮੈਂ ਉਹਨਾਂ ਨੂੰ ਦੇਖਿਆ ਨਹੀਂ, ਪਰ ਹੁਣ ਮੈਂ ਬੇਨਤੀ ਕਰਦਾ ਕਿ ਜ਼ਰੂਰ ਸਟੇਜ 'ਤੇ ਆਓ ਔਰ ਆਪਣੇ ਜਿਹੜੇ ਸ਼ਬਦ ਹੈ ਉਹ 2 ਮਿੰਟ ਮੀਡੀਆ ਦੇ ਬਾਰੇ ਦੇ ਵਿੱਚ ਜ਼ਰੂਰ ਬੋਲੋ। ਹਾਂਜੀ, ਉਹਨਾਂ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਸੁਰਜੀਤ ਸਿੰਘ ਕਲਾਰ, ਤੁਸੀਂ ਰੈਡੀ ਰਹੋ 1-1.5 ਮਿੰਟ ਦੇ ਵਿੱਚ, ਫਿਰ ਆਪਾਂ 2 ਜਾਂ 3 ਬੁਲਾਰੇ ਹੋਰ ਬੋਲ ਕੇ ਉਹ ਤੋਂ ਬਾਅਦ ਸੁਖਪ੍ਰੀਤ ਸਿੰਘ ਜੀ ਉਦੋਗੇ। ਇਸ ਖੂਬਸੂਰਤ ਨਿਊਯਾਰਕ ਦੀ ਧਰਤੀ 'ਤੇ ਇੰਨੇ ਸਿੱਖਾਂ ਦਾ ਇਕੱਠ ਦੇਖ ਕੇ ਮਨ ਜਿਹੜਾ ਬਹੁਤ ਖੁਸ਼ ਹੋਇਆ। ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਬਾਰੇ ਹਰ ਉਸ ਆਵਾਜ਼ ਦੀ ਜਿਹੜੀ ਹੱਕ ਅਤੇ ਸੱਚ ਦੇ ਨੂੰ ਪ੍ਰਗਟ ਕਰਦੀ ਹੈ ਉਸ ਦਾ ਸਤਿਕਾਰ ਕਰਦੇ ਹਾਂ। ਕਈ ਵਾਰੀ ਮਨੁੱਖੀ ਫਿਤਰਤ ਹੈ, ਕੁਝ ਚਿਰ ਨਾਲ ਚੱਲਦਿਆਂ ਸਾਡੇ ਆਪਸ ਵਿੱਚ ਡਿਫਰੈਂਸਿਸ ਵੀ ਆ ਜਾਂਦੇ ਨੇ, ਪਰ ਅਸੀਂ ਚਾਹੁੰਦੇ ਹਾਂ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਜਿਹੜੀਆਂ ਹੱਕ ਅਤੇ ਸੱਚ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਪੋਰਟ ਕੀਤਾ ਜਾਵੇ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਇੱਕ ਅਜਿਹੀ ਸੰਸਥਾ ਹੈ, ਮੈਂ ਸਮਝਦਾ ਸਿੱਖਾਂ ਦੇ ਇੱਥੇ ਖਾਸ ਕਰਕੇ ਨਿਊਯਾਰਕ ਦੇ ਵਿੱਚ ਕੋਈ ਐਸੀ ਸੰਸਥਾ ਨਹੀਂ ਜਿਹਦੇ ਅਸੀਂ ਫਾਈਨੈਂਸ਼ੀਅਲ ਨਾ ਬਣੇ ਹੋਈਏ, ਭਾਵੇਂ ਇਹਦੇ 'ਚ ਸਿੱਖ ਫਾਰ ਜਸਟਿਸ ਦਾ ਰੋਲ ਹੋਵੇ, ਭਾਵੇਂ ਇਹਦੇ 'ਚ 84 ਟੀਵੀ ਦਾ ਰੋਲ ਹੋਵੇ, ਭਾਵੇਂ ਗਲੋਬਲ ਪੰਜਾਬ ਦਾ ਟੀਵੀ ਦਾ ਰੋਲ ਹੋਵੇ,
ਜਿਹੜਾ ਜਲਦੀ ਕਿਸੇ ਹੋਰ ਰੂਪ ਵਿੱਚ ਸਾਡੇ ਸਾਹਮਣੇ ਆਏਗਾ। ਅਸੀਂ ਸਮਝਦੇ ਹਾਂ ਉਹਨਾਂ ਦੀ ਅਸੀਂ ਬੜੀ ਤਕੜੀ ਤਰ੍ਹਾਂ ਫਾਈਨੈਂਸ਼ਲੀ ਮਦਦ ਕੀਤੀ ਔਰ ਅਸੀਂ ਇਸ ਗੱਲ ਨੂੰ ਵੀ ਸਿੱਖਾਂ ਦੀ ਕਿਸੇ ਵੀ ਮੂਵਮੈਂਟ ਦੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਜਿੰਨਾ ਸਾਡਾ ਯੋਗਦਾਨ ਬਣਦਾ ਅਸੀਂ ਉਹ ਸਾਰਾ ਯੋਗਦਾਨ ਜਿਹੜਾ ਪਾਉਂਦੇ ਹਾਂ ਔਰ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਵੀ ਇਹ ਕੋਈ ਮੈਂ ਮੇਰੇ ਖਿਆਲ 16-17 ਸਾਲ ਹੋ ਗਏ ਨੇ ਸਿੱਖ ਕਲਚਰ ਸੋਸਾਇਟੀ ਤੋਂ ਲੈ ਕੇ ਅਸੀਂ ਹਰ ਔਖਾ ਸੌਖਾ ਸਮਾਂ ਦੇਖਿਆ ਔਰ ਤਕਰੀਬਨ ਕੋਈ ਮੂਵਮੈਂਟ ਐਸੀ ਨਹੀਂ ਜਿਹਦੇ 'ਚ ਅਸੀਂ ਪਾਰਟੀਸਪੇਟ ਨਾ ਕੀਤਾ ਹੋਵੇ। ਲੇਕਿਨ ਕਈ ਵਾਰ ਇੰਨੇ ਲੰਬੇ ਸਮੇਂ ਤੋਂ ਬਾਅਦ ਇਹ ਗੱਲ ਵੀ ਮਹਿਸੂਸ ਕਰਦੇ ਹਾਂ ਵੀ ਹਾਲੇ ਤੱਕ ਵੀ ਅਸੀਂ ਕੁਝ ਸਟੈਬਲਿਸ਼ ਜਿਸ ਤਰ੍ਹਾਂ ਇਸ ਦੁਨੀਆਂ ਦੇ ਮੀਡੀਆ ਦੇ ਵਿੱਚ ਔਰ ਇਸ ਦੁਨੀਆਂ ਦੇ ਉਸਾਰੂ ਲੋਕਾਂ ਵਿੱਚ ਜਿਹੜੀ ਸਾਡੀ ਥਾਂ ਬਣਨੀ ਸੀ ਹਾਲੇ ਤੱਕ ਅਸੀਂ ਉੱਥੇ ਤੱਕ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਕਰ ਸਕੇ। ਪਰ ਗਤੀਸ਼ੀਲ ਰਹਿਣਾ ਹੀ ਜੁੰਦੀਆਂ ਕੌਮਾਂ ਦਾ ਕੰਮ ਹੈ ਔਰ ਕੋਈ ਜਿਹੜੀ ਸਾਡੀ ਮੰਜ਼ਿਲ ਜਿਹੜੀ ਅਸੀਂ ਸਮਝਦੇ ਹਾਂ ਮੈਂ ਸਮਝਦਾ ਨੇਰ ਸਵੇਰੇ ਛੇਤੀ ਦੇਰ ਨਾਲ ਜ਼ਰੂਰ ਉਸ ਸਥਾਨ ਦੇ ਉੱਤੇ ਪਹੁੰਚ ਜਾਵਾਂਗੇ। ਮੈਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਕਿ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਂ ਸਿੱਖ ਸੈਂਟਰ ਦੀ ਸਾਰੀ ਸਮੁੱਚੀ ਟੀਮ ਜਿਹੜੀ ਹੈ ਉਹ ਇਸ ਵਾਇਸ ਆਫ ਜਿਹੜੀ ਖਾਲਸਾ ਹੈ ਉਸਦਾ ਭਰਪੂਰ ਸਮਰਥਨ ਕਰਦੀ ਹੈ ਅਤੇ ਇਹਦੇ ਨਾਲ ਨਾਲ ਹੀ ਦੁਨੀਆਂ ਦਾ ਜਿੰਨਾ ਵੀ ਮੀਡੀਆ ਹੈ ਭਾਵੇਂ ਉਹ ਸਿੱਖਾਂ ਦਾ ਹੋਵੇ ਭਾਵੇਂ ਕਿਸੇ ਹੋਰ ਧਰਮ ਦਾ ਵੀ ਹੋਵੇ ਜਿਹੜੇ ਸੱਚ ਅਤੇ ਹੱਕ ਦੀ ਗੱਲ ਕਰਨਗੇ ਉਹਨਾਂ ਨਾਲ ਖੜੋਣ ਦਾ ਸਾਡਾ ਪੂਰਾ ਤਹੀਆ ਹੈ ਔਰ ਅਸੀਂ ਦਿਲੋਂ ਬੜੇ ਡਿਟਰਮਿੰਡ ਹਾਂ ਵੀ ਜਿਹੜੀਆਂ ਆਵਾਜ਼ਾਂ ਸੰਸਾਰ ਦੇ ਵੱਖਰੇ ਵੱਖਰੇ ਕੋਨਿਆਂ ਤੋਂ ਪੈਦਾ ਹੋਣਗੀਆਂ ਉਹ ਲੋਕਾਂ ਦੇ ਭਲਾਈ ਲਈ ਔਰ ਲੋਕਾਂ ਦੇ ਹਿੱਤ ਲਈ ਔਰ ਚੰਗੇ ਲੋਕਾਂ ਦੇ ਹਿੱਤ ਲਈ ਔਰ ਚੰਗਾ ਸਮਾਜ ਜਿਹੜਾ ਉਹ ਸਾਰੀ ਦੁਨੀਆਂ 'ਚ ਅਸੀਂ ਸਿਰ ਸਕਾਂਗੇ। ਗੁਰੂ ਨਾਨਕ ਦਾ ਉਹ ਸੁਪਨਾ 4 ਉਦਾਸੀਆਂ ਦਾ ਵੀ ਦੁਨੀਆਂ ਦੇ ਸਾਰੇ ਲੋਕਾਂ ਨੂੰ ਉਪਦੇਸ਼ ਦੇਣਾ ਔਰ ਉਪਦੇਸ਼ ਜਿਹੜਾ ਚੌਂ ਵਰਨਾ ਕੋ ਸਾਂਝਾ ਜੇ ਇਹਨੂੰ ਥੋੜ੍ਹੀ ਜਿਹੀ ਅਸੀਂ ਐਕਸਟੈਂਡ ਕਰਕੇ ਦੇਖੀਏ ਤਾਂ ਗੁਰੂ ਨਾਨਕ ਦਾ ਉਪਦੇਸ਼ ਜਿਹੜਾ ਉਹ ਸਾਰੀ ਦੁਨੀਆਂ ਦੇ ਲੋਕਾਂ ਲਈ ਹੈ ਸਾਰੇ ਰੰਗ ਦੇ ਲੋਕਾਂ ਲਈ ਹੈ ਸਾਰੀਆਂ ਜ਼ਬਾਨਾਂ ਦੇ ਲੋਕਾਂ ਲਈ ਹੈ ਸਾਰੇ ਧਰਮਾਂ ਲਈ ਸੰਦੇਸ਼ ਗੁਰੂ ਨਾਨਕ ਦਾ ਸਾਂਝਾ। ਇਸ ਗੱਲ ਦਾ ਅਸੀਂ ਸਾਰੇ ਜਿਹੜੇ ਨੇ ਅਸੀਂ ਬੜੇ ਆਪਣੇ ਦਿਲ 'ਚ ਮੈਂ ਮਹਿਸੂਸ ਕਰਨਾ ਵੀ ਗੁਰੂ ਨਾਨਕ ਦਾ ਜਿਹੜਾ ਉਪਦੇਸ਼ ਹੈ ਉਹ ਦੁਨੀਆਂ ਦੀ ਲੁਕਾਈ ਲਈ ਹੈ ਔਰ ਦੁਨੀਆਂ ਦੀ ਭਲਾਈ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮੈਂ ਬੇਨਤੀ ਕਰਦਾ ਸੁਰਜੀਤ ਸਿੰਘ ਕਲਾਰ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਤੋਂ ਬਾਅਦ ਸਾਡੇ ਸਤਿਕਾਰਯੋਗ ਵੀਰ ਹਰਦੇਵ ਸਿੰਘ ਜੀ ਪੱਡਾ ਉਹ ਰੈਡੀ ਰਹਿਣ ਅਤੇ ਹੁਣ ਆਪਾਂ ਜਿਹੜੇ ਹੋਰ ਸਾਰੇ ਵੀਰ ਆਏ ਨੇ ਉਹਨਾਂ ਦੇ ਵਿੱਚੋਂ ਆਪਾਂ ਜਿਹੜੇ ਜਥੇਬੰਦੀਆਂ ਕਮੇਟੀਆਂ ਸੁਸਾਇਟੀਆਂ ਸੋ ਇੱਕ ਇੱਕ ਮਿੰਟ ਉਹਨਾਂ ਨੂੰ ਆਪਾਂ ਜ਼ਰੂਰ ਬੇਨਤੀ ਕਰਾਂਗੇ ਕਿ ਆਪਣੇ ਸੁਝਾਅ ਆਪਣੀ ਗੱਲਬਾਤ ਚੰਦ ਸ਼ਬਦਾਂ ਵਿੱਚ ਜ਼ਰੂਰ ਕਹੋ ਸਾਨੂੰ। ਹਾਂਜੀ ਸੁਰਜੀਤ ਸਿੰਘ ਕਲਾਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੇਡੀਓ ਵਾਇਓ ਖਾਲਸਾ ਦੇ ਸੱਦੇ ਦੇ ਸਾਰੇ ਵੀਰਾਂ ਦਾ ਦਾਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਇੱਕੋ ਇੱਕ ਆਪਣੇ ਕੋਲ ਰੇਡੀਓ ਦਾਸ ਨੂੰ ਇੱਥੇ ਅਬਾਊਟ 34 ਸਾਲ ਹੋ ਗਏ ਆ। ਰੇਡੀਓ ਬਹੁਤ ਆਏ ਪਰ ਜਦੋਂ ਉਹਨਾਂ ਵਿੱਚ ਸੁਣ ਲਈ ਆਉਂਦਾ ਗਾਣੇ ਸੁਣਨੇ ਜਾਂ ਕੁਛ, ਪਰ ਇਹ ਰੇਡੀਓ ਇੱਕ ਉਹ ਆ ਜਿਹਨੇ ਕੌਮ ਨੂੰ ਸੇਧ ਦਿੱਤੀ। ਜੇ ਗੱਲ ਕੋਈ ਵੀ ਪੰਜਾਬ ਜਾਂ ਇਹਨਾਂ ਮੁਲਕਾਂ ਵਿੱਚ ਕੋਈ ਵੀ ਗੱਲਬਾਤ ਸਿੱਖਾਂ ਦੀ ਹੁੰਦੀ ਹੈ ਤੇ ਇਹ ਕਰਦੇ ਨੇ। ਜੇ 84 ਦੀ ਜਾਂ ਕੋਈ ਪੰਜਾਬ ਦੇ ਵਿੱਚ ਅੱਜ ਸਰਬੱਤ ਖਾਲਸਾ ਹੋ ਰਿਹਾ ਆ ਤੇ ਇਹ ਅੱਜ ਸਰਬੱਤ ਖਾਲਸੇ ਦੀ ਗੱਲ ਕਰ ਰਹੇ ਨੇ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਇੱਕ ਜੋ ਸਰਬੱਤ ਖਾਲਸਾ ਆ ਉਹਨੂੰ ਆਪਾਂ ਯਾਦ ਕਿੱਦਾਂ ਕਰਾਉਣਾ, ਕਿਉਂਕਿ ਜੋ ਸਾਡਾ ਅਕਾਲ ਤਖ਼ਤ ਬੜੇ ਚਿਰ ਤੋਂ ਗੁਲਾਮ ਹੋ ਚੁੱਕਾ ਉਹਨੂੰ ਯਾਦ ਕਰਾਉਣ ਲਈ ਸਾਰੀ ਕੌਮ ਅੱਜ ਇਕੱਠੀ ਆ। ਇਹ ਅੱਜ ਮੈਸੇਜ ਜਿਹੜਾ ਉਹ ਰੇਡੀਓ ਰਾਹੀਂ ਜਾ ਸਕਦਾ ਜਾਂ ਟੀਵੀ ਰਾਹੀਂ ਜਾ ਸਕਦਾ ਆ ਉਹਦੀ ਮੈਂ ਅੱਜ ਰੇਡੀਓ ਵਾਇਸ ਆਫ ਖਾਲਸਾ ਨੂੰ ਵਧਾਈ ਦਿੰਦਾ ਜੋ ਉਹਨਾਂ ਨੇ ਅੱਜ ਦੱਸਿਆ ਸਾਨੂੰ ਸਰਗੋਈ ਵੀ ਇਹਨਾਂ ਨੇ
बहुत ही वड्डे अपराधे किए। कुछ साल पहला सुखविंदर सिंह नाल मुलाकात हुई जदों स्टार्टिंग दे विच इन्हां ने काम शुरू किया ते अज जदों ये चीज देखण आउंदी आ हर एक दे फोन दे विच जदों रेडियो वायो खालसा नपदे आ ते सुणी दा कोई ना कोई गलबात कौम दी हो रही आ छड्डण नूं दिल नहीं करदा। ये वीरियो आपां सारे रल के इन्हां दी सपोर्ट करो जो भी अगले अपराधे कर रहे हैं क्योंकि फाइनेंस तो बिना कोई काम नहीं हुंदा। इन्नी बड़ी वड्डी हिम्मत है सारी टीम की जो एक वलंटियर बन के इन्होंने कौम का काम कर रहे हैं। दास सारे मीडिया नूं रेडियो वॉइस ऑफ खालसा 84 चैनल और जो भी टीवी हैं उन्होंने इस चीज़ की बधाई दिता जी सिखा की गल करते हैं। श्रोमणी अकाली दल अमृतसर रेडियो खालसा की सदा ही संजोग देवेगा असी ना नाल हाँ। वाहिगुरू जी का खालसा वाहिगुरू जी की फतह। बहुत बहुत धन्यवाद तुहाडा। मैं हुण बेनती करदा हरदेव सिंह जी पट्टा साडे वड्डे वीर आपां सुखप्रीत सिंह जी उदोंग जी दे बोलण तों पहलां सीडी लॉन्च करांगे उस तों बाद सुखप्रीत सिंह जी उदोंग टाइम इन्हां दा ही आ। खालसा पंथ दे दर्जनों वॉइस ऑफ खालसा के सदे से आए हुए जिन्हें भी मेरे सत्कार योग वीर भैनाए हैं दसवें पातशाह भाई श्री फतेह साहब बाबू जी का जी का फतेह बुलाओ वाहेगुरू जी का खालसा वाहेगुरू जी की फतेह। दास धनवादी है रेडियो वॉइस ऑफ खालसा का जिन्होंने इन्ने थोड़े समय के बहुत ही लंबिया उलंघ पट्टिया हैं। दास नूं याद है कि 2012 दे विच जदों इस रेडियो की शुरुआत हुई सी ते उस वक्त रेडियो का नाम सी खालसा बागी जां बादशाह। दास उदों तो इस रेडियो का स्रोता रहा है बहुत ध्यान नाल सुन की कोशिश की है। इस रेडियो तो जिन्हें प्रोग्राम आए हैं बाद जदों इन्हों का नाम रेडियो वॉइस ऑफ खालसा सारी टीम ने रखा तो मन बहुत खुशी हुई क्योंकि कोई भी रेडियो ऐसा है जो खालसे की गल करेगा। मेरे वीरों कोई भी चीज है उसकी पहचान उस दे नाम तो होंगी है। जे रेडियो का नाम वॉइस ऑफ खालसा है तो नैचुरली ही ये जो गल है वो खालसा पंथ की खालसा जीवन की खालसा के विच जो सिंघां ने शहीदियां दित्तियां हन अपने होम राज लई खालसा लई उन्हां दी गल करना इन्हां दा मुढ़ला फर्ज है। ये करदे भी हां ते आस करदा हां कि इसे तरह चढ़दी कला विच करदे रहणगे। दास दा एक छोटा जिहा सुझाव है जिस तरीके दे नाल कई वारी गुरु महाराज जी दा इतिहास सुण नूं मिलदा है जां जो मेरी भैन जां कोई मेरा वीर एंकर बैठा हुंदा है उस नूं कई बार ऐसे सुन किया कि गुरु महाराज का जो इतिहास है उस नूं 100% हू दोहराया जाए पर कई बार मेरे वर्गा अनजाण बंदा गुरु महाराज का जो इतिहास है उस विच थोड़ा बहुत तब्दीली करन दी कोशिश करदा है
ਜੋ ਸਾਡੇ ਸਿੱਖਾਂ ਵਾਸਤੇ ਅਤੇ ਖਾਲਸਾ ਪੰਥ ਵਾਸਤੇ ਬਹੁਤ ਹੀ ਮਨਭਾਗੀ ਗੱਲ ਹੁੰਦੀ ਹੈ। ਦਾਸ ਦੀ ਨਿਮਰਤਾ ਸਾਹਿਬ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਗ੍ਰੰਥ ਸਾਹਿਬਾਨ ਰੇਡੀਓ ਤੋਂ ਆਪਣਾ ਪ੍ਰੋਗਰਾਮ ਦਿੰਦੇ ਹਨ ਉਹ ਇੰਨਾ ਆਪਣੇ ਮਨ ਦੇ ਵਿੱਚ ਦ੍ਰਿੜਤਾ ਦੇ ਨਾਲ ਸਿੱਖ ਧਰਮ ਦਾ ਜੋ ਇਤਿਹਾਸ ਹੈ ਉਸ ਨੂੰ ਪੂਰਾ ਪੜ੍ਹ ਕੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਭਾਈ ਸੁਖਵਿੰਦਰ ਸਿੰਘ ਜੀ ਹੋਣਾ ਉਹਨਾਂ ਨੇ ਸਭ ਤੋਂ ਪਹਿਲਾਂ ਜਿੰਦਰ ਸਿੰਘ ਹੋਣਾ ਦੀ ਗੱਲ ਕੀਤੀ ਹੈ ਅਸੀਂ ਸਾਰੇ ਹੀ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਜੋ ਸਿਧਾਂਤ ਉਹਨਾਂ ਨੇ ਸਿੱਖ ਕੌਮ ਨੂੰ ਬਖਸ਼ਿਆ ਹੈ ਅਸੀਂ ਉਹਨਾਂ ਦੇ ਪੈਰਾਂ ਦੇ ਚੱਲਣ ਦੀ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਜੋ ਸਿੱਖ ਕੌਮ ਦੇ ਵਿੱਚ ਏਕਤਾ ਪਿਆਰ ਕੁਰਬਾਨੀ ਦਾ ਜਜ਼ਬਾ ਅਤੇ ਜੋ ਸਾਡੀ ਮੰਜ਼ਿਲ ਹੈ ਖਾਲਿਸਤਾਨ ਉਸ ਤੱਕ ਅਸੀਂ ਪਹੁੰਚ ਚੁੱਕੇ। ਮੇਰੇ ਤੋਂ ਸਾਰੇ ਸਤਿਕਾਰਯੋਗ ਵੀਰ ਬੈਠੇ ਹਨ ਦਾਸ ਇਹਨਾਂ ਵੱਡੇ ਭਰਾਵਾਂ ਦੇ ਤਰ੍ਹਾਂ ਦੀ ਧੂੜ ਹੈ। ਦਾਸ ਦਾ ਇਹ ਜੋ ਇੱਕ ਅੱਧਾ ਸੁਝਾਅ ਸੀ ਮਨ ਵਿੱਚ ਸੀ ਦਾਸ ਨੇ ਸਾਂਝਾ ਕਰ ਲਿਆ ਹੈ। ਅਗਰ ਇਸ ਸੁਝਾਅ ਦੇ ਨਾਲ ਕਿਸੇ ਮੇਰੇ ਵੀਰ ਦਾ ਭੈਣ ਦਾ ਦਿਲ ਦੁਖਿਆ ਹੋਵੇ ਦਾਸ ਹੱਥ ਬਣ ਕੇ ਉਹਨਾਂ ਨੂੰ ਮਾਫ਼ੀ ਚਾਹੇਗਾ। ਪਰ ਇਸ ਰੇਡੀਓ ਦਾ ਨਾਂ ਹੀ ਹੱਕ ਸੱਚ ਦੀ ਆਵਾਜ਼ ਹੈ ਉੱਥੇ ਹਰੇਕ ਵੀਰ ਨੂੰ ਆਪਣੀ ਗੱਲ ਕਹਿਣ ਦਾ ਜੋ ਹੱਕ ਹੈ ਉਸ ਦਾ ਅਧਿਕਾਰ ਹੈ। ਇਸ ਕਰਕੇ ਦਾਸ ਨੇ ਹੋ ਸਕਦਾ ਦਾਸ ਇਸ ਚੀਜ਼ ਵਿੱਚ ਕਿਤੇ ਗਲਤ ਹੋਵੇ ਪਰ ਜੋ ਦਾਸ ਨੇ ਸੁਣਨ ਵਿੱਚ ਆਇਆ ਉਸਨੂੰ ਵਿਚਾਰਿਆ ਉਸ ਬਾਰੇ ਦਾਸ ਨੇ ਗੱਲ ਕੀਤੀ ਹੈ। ਦੂਸਰੀ ਗੱਲ ਖਾਲਸਾ ਪੰਥ ਵਾਸਤੇ ਜਿੰਨਾ ਸੰਘਰਸ਼ ਇਹ ਮੇਰੇ ਵੀਰ ਵੱਡੇ ਤੋਂ ਵੱਡਾ ਵਿਦਵਾਨ ਨੂੰ ਲੈ ਕੇ ਪੇਸ਼ ਕਰਦੇ ਹਨ ਜਿਸ ਤਰ੍ਹਾਂ ਸੰਤ ਬਾਬਾ ਜਿੰਦਰ ਸਿੰਘ ਉਹਨਾਂ ਦੀ ਜੀਵਨੀ ਤੇ ਇਹਨਾਂ ਨੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਹੋਣਾ ਦੇ ਕੋਲੋਂ ਮਾਲਕਨ ਜਹਿਦ ਸੀ ਡੀ ਸਾਰੀ ਕੌਮ ਦੇ ਵਿੱਚ ਵੰਡੀ ਹੈ ਉਹ ਇੱਕ ਬਹੁਤ ਹੀ ਸਲਾਹਕਾਰੀ ਕਦਮ ਹੈ। ਇਹ ਸਾਰੀ ਟੀਮ ਵਧਾਈ ਦੇ ਪਾਤਰ ਹਨ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਡਾਕਟਰ ਸਾਹਿਬ ਸੁਖਪ੍ਰੀਤ ਸਿੰਘ ਉਹਦੇ ਦੇ ਸਾਹਮਣੇ ਬੈਠੇ ਹਨ ਦਾਸ ਉਹਨਾਂ ਨੂੰ ਵੀ ਆਇਆ ਖੜਾ ਹੈ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹੈ। ਜਿੰਨੀਆਂ ਸੰਗਤਾਂ ਜਿੰਨੇ ਮੇਰੇ ਵੀਰ ਭੈਣ ਭਰਾ ਬੱਚੇ ਇਸ ਸਮੇਂ ਦੇ ਵਿੱਚ ਸਮੇਂ ਤੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਹਨ ਦਾਸ ਦਿਲ ਦੀਆਂ ਗਵਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹੈ। ਸਿੱਖ ਸੈਂਟਰ ਪ੍ਰਸ਼ਾਸਨ ਨੇ ਖਜ਼ਾਨਜੀ ਸਾਹਿਬਾਨ ਬੈਠੇ ਹਨ ਪ੍ਰਧਾਨ ਸਾਹਿਬ ਅਤੇ ਸਾਹਿਬ ਪਤਾ ਨਹੀਂ ਕਿਸੇ ਕਾਰਨ ਕਰਕੇ ਨਹੀਂ ਆ ਸਕੇ। ਅਸੀਂ ਸਿੱਖ ਸੈਂਟਰ ਪ੍ਰਸ਼ਾਸਨ ਵੱਲੋਂ ਵੀ ਦਾਸ ਅਤੇ ਆਪਣੇ ਵੱਲੋਂ ਵੀ ਇਸ ਖਾਲਸਾ ਪੰਥ ਦਾ ਜੋ ਰੇਡੀਓ ਹੈ ਵਾਇਸ ਆਫ ਖਾਲਸਾ ਉਸਨੂੰ ਸਭ ਕਾਮਨਾ ਦਿੰਦੇ ਹਾਂ ਅਤੇ ਤਨ ਮਨ ਅਤੇ ਧਨ ਦੇ ਨਾਲ ਇਹਨਾਂ ਦੇ ਨਾਲ ਹਮੇਸ਼ਾ ਰਹਾਂਗੇ। ਇੰਨੀਆਂ ਗੱਲਾਂ ਇੰਨੀਆਂ ਬੇਨਤੀਆਂ ਕਰਦਾ ਰਹਿੰਦਾ ਕਿ ਮੈਂ ਸਾਡੇ ਪੁੱਤ ਗੁਰੂ ਸਮਾਜ ਸਾਡੇ ਵਧਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਧੰਨਵਾਦ ਜੀ ਤੁਹਾਡਾ ਹਰਦੇਵ ਸਿੰਘ ਜੀ ਬਹੁਤ ਬਹੁਤ ਔਰ ਤੁਹਾਡਾ ਸੁਝਾਅ ਜਿਹੜਾ ਉਹ ਨੋਟ ਕਰ ਲਿਆ ਗਿਆ ਜੀ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਫੰਡ ਰੇਜ਼ਿੰਗ ਜੇ ਰੱਖਿਆ ਪਰ ਤੁਹਾਡੇ ਸੁਝਾਅ ਸਾਡੇ ਲਈ ਜ਼ਿਆਦਾ ਅਣਮੁੱਲੇ ਨੇ ਜਿਹੜੇ ਅਸੀਂ ਕੋਈ ਗਲਤੀਆਂ ਕਰਦੇ ਹਾਂ ਅਤੇ ਅਸੀਂ ਉਹਨੂੰ ਸਭ ਤੋਂ ਜ਼ਿਆਦਾ ਨਾ ਲਿਆ ਜਾਵੇ। ਹੁਣ ਹਰਭਜਨ ਸਿੰਘ ਜੀ ਗਲੋਬਲ ਪੰਜਾਬ ਇੱਕ ਡੇਢ ਦੋ ਮਿੰਟ ਦੇ ਲਈ ਉਹ ਤੋਂ ਬਾਅਦ ਬੀਬੀ ਦਲਜੀਤ ਕੌਰ ਜੀ ਜਿਨ੍ਹਾਂ ਤੋਂ ਸਿੱਖੀ ਦੀ ਦਾਤ ਅਤੇ ਉੱਤੇ ਉਹਨਾਂ ਨੂੰ ਮੇਰੇ ਲਈ ਬਹੁਤ ਕੁਛ ਕੀਤਾ ਕਿ ਜਦੋਂ ਪਹਿਲਾਂ ਮੈਂ ਕਲੀਨ ਸ਼ੇਪ ਹੁੰਦਾ ਸੀ ਔਰ ਸਿੱਖੀ ਦੀ ਜਿੱਦਾਂ ਕਹਿ ਲਈਏ ਵੀ ਜਾਗ ਲੱਗਣ ਵਾਲੀ ਗੱਲ ਜਿਹੜੀ ਹੁੰਦੀ ਆ ਉਹ ਇਹਨਾਂ ਤੋਂ ਪ੍ਰਾਪਤ ਕੀਤੀ। ਮੈਂ ਚਾਹੂੰਗਾ ਕਿ ਇੱਕ ਮਿੰਟ ਦੇ ਲਈ ਉਹ ਵੀ ਇਹਨਾਂ ਤੋਂ ਬਾਅਦ ਸਟੇਜ ਤੇ ਆਉਣ ਔਰ ਆਪਣੇ ਸ਼ਬਦ ਜਿਹੜੇ ਆ ਉਹ ਜ਼ਰੂਰ ਕਹਿਣ। ਹਾਂਜੀ ਹਰਭਜਨ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਜਦੋਂ ਕੋਈ ਮੀਡੀਆ ਦਾ ਇੱਕ ਦਾ ਪ੍ਰੋਗਰਾਮ ਹੁੰਦਾ ਇਹਨਾਂ ਦਾ ਦੂਸਰਾ ਮੀਡੀਆ 10 ਫੁੱਟ ਤੋਂ ਦੂਰ ਰਹਿੰਦਾ ਹੈ ਬਹੁਤਾ ਪਾਰਟੀਸਪੇਟ ਨਹੀਂ ਕਰਦਾ। ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਰਸਤੇ ਦੇ ਉੱਤੇ ਚੱਲੇ ਹੋਏ ਨੇ ਇਹ ਸ਼ੂ ਦਾ ਮੈਨੂੰ ਅਹਿਸਾਸ ਹੈ ਕਿ ਸ਼ੂ ਮੇਰਾ ਵੀ ਟਾਈਟ ਹੈ। ਇਹਨਾਂ ਦਾ ਕੰਮ ਹੈ ਪ੍ਰਿੰਟ ਮੀਡੀਆ ਤੋਂ
आवाज दे विच जाना ते मेरा कम प्रिंट दे नाल आवाज नू दोहां नू मिलाप करके उहदा वीडियो तैयार करना सो मेरा कम इहनां नाल थोड़ा जिहा होर औखा है पर जिहड़ा इह कम करदे ने साडे च कोई कॉमन गल्लां ने एक साडा कॉमन होस्ट है सुरिंदर सिंह जिहड़ा कि पिछले एक महीने तो ही जेल तो बाहर आया है तब साडा सांझा है कौम दीआं गल्लां पंजाब दीआं गल्लां इह भी अवेयर कराना चाहते ने आवाम नू एम जरा है मेरा भी उ है कि बस मैं वीडियो के रूप करना है एम आवाज के रूप करना यह मैं कल ही पता लगा कि असं गुआढ़ी पिंड दो चार मील के डिस्टेंस सेम इलाके बिलोंग करते हैं सो मैं अपने वालों कॉन्टेंट की सांझ जी इन्हों पा सकता है कि गुरु नानक देव महाराज के गुरपुरब के असं ननकाणा साहब तो तीन दिनों का प्रोग्राम जरा है वो लाइव टेलीकास्ट कर रहे हैं सो वह जोड़े उतों के प्रोग्राम ने मैं चाहागा कि जे ये अपने रेडियो के उत्ते टैलीकास्ट करके आवाम के साझ पानी चाहते हो तो कि ना कि मैं अपने फील्ड के इन्होंने जो प्रोजेक्ट जो शेयर करने की तैयार है सो मैं इन्हों बधाई भी देंगा तो मैं थोड़ा अपील भी करा कि अपने वालों जिनी इन्हों की हेल्प कर सकते हो करो ताकि जो रस्ते चले हुए हो तो उन्होंने थोड़ा जरा बखो भी थोड़ी बहुत तंदगी दे जो अपना एक तंगियां तो बहुत होंगे ये थोड़ा जा सौखा हो गया काम अपना वाहू जी का खालसा वाहू जी की हरभजन सिंह जी बहुत बहुत धन्यवाद तुहाडा हुण मैं बेनती करदा बीबी दलजीत कौर जी ते जिस तरह तुसी हरभजन सिंह जी कहा हैगा भी मीडिया के खेत्र दे विच 10 फुट लोग दूर रहिंदे ने जिस तरह ग्लोबल पंजाब ते टीवी 84 एक वो भी साढ़े वाली सिचुएशन चो ही लंघ रहे हैं पर जिहड़ा साडा साथ भरावां जिथे भी असी किते मजारे ते जाना जां किते जिंदाबाद मुरदाबाद कानी ते असी कट्ठे ही हुंने आ सो ये जिहड़ा पिंडा मीडिए दा असी भी चुनिया होया ते ग्लोबल पंजाब जिस तरह गल कर रहे सी ते जां टीवी 84 दा मैं दिल दीआं गहराईआं तों धन्नवाद करदा जी डॉक्टर अमरजीत सिंह जी ने भी आना सी पर कुछ कारण करके वो आ नहीं सके सो आपां मैं हुण बेनती करदा सिंह साहब ते बीबी दलजीत कौर जी आशीर्वाद भी दे रेडियो नूं और एक दो मिनट अपने शब्द जिहड़े आ जरूर साडे सारे वीर भैण जिहड़े दूर दूर चल के आए ने उहनां नाल सांझे करन हांजी वाहिगुरू जी का खालसा वाहिगुरू जी की फतेह गुरु की कोई अक्रमती होगी जो अज रेडियो वॉइस ऑफ खालसा इस स्टेज के लेवल ते पहुंचा है मैं इस बच्चे नो 2000 तो जानती हाँ उदो इन्हें अमृत नहीं छपिया सी ते मैं दो मिनट कि मैं इन ठीक करा मैनू समझ नहीं आ रही पर मैं कोशिश कर दी हाँ ते अमृत छकन की मैं बार बार कहती सी कि अमृत छकना है हाँ जी एक दिन छकांगा जी तो जो छकिया तो ऐसी मेहर हुई इस बच्चे ते कि जिवें असी बिना तैरना सीख के समुंदर दे विच छलांग लगा दईए या बिना तापे सीखे कबड्डी दे मेन मैदान दे विच आ जाइए इस इन्ना कौम का दर्द और इन्नी गुरु की अत कृपा हुई रहमत हुई तो इसने मीडिया दे मेन स्ट्रीम दे विच छलांग लगा दी कि गुरु जी देखेंगे की करना है कि नहीं और इन्हों आप ही गुरु जी समर्थ देंगे हैं आप जी आप ही हौसला देंगे हैं ट्रक दे विच मैं साक्षी हाँ इस गल की ट्रक दे विच सात सात दिन दस दस दिन भुखे भाने बिना सोते एक किवें प्रोग्राम करता होगा कोई गुरु ही करा सकता है आम बंदा नहीं कर सकता और सारे असी काम कार करते हैं सारे ने इत्थे परदेसां च आके बच्चे पाले हैं कौम कली एदी तो नहीं है कौम साड़ी भी है ते अज इत्थे असी खड़े हाँ तो साडा सब का ही फर्ज बनता है कि मन तन धन तो जिन्ना रेडियो वॉइस ऑफ खालसा नूं आपां सपोर्ट कर सकीए उन्ना करिए गुरु मैं गुरु को अरदास करांगी कि सानूं सब नूं ऐसा जज्बा बख्शे कि असी अपना मन तन धन नाल अपने नूं पिछे रख के गुरु नूं अगे रख के असी कौम की सेवा कर सकीए दो लफ्ज मैं सुखप्रीत सिंह अलोके वास्ते कहना चाहवांगी एडा वड्डा विद्वान
ਕੁਰਬਾਨ ਜਾਵਾਂ ਇਸ ਤੇ ਇੰਨਾ ਡਾਊਨ ਟੂ ਅਰਥ। ਮੈਂ ਇਹਨਾਂ ਦੇ ਘਰ ਗਈ, ਦੂਰੋਂ ਭੱਜ ਕੇ ਵੀਰ ਜੀ ਪਹਿਲੀ ਹੱਥ ਲਾ, ਇਹਨੂੰ ਕੋਈ ਨੀ ਕਿ ਮੈਂ ਵਿਦਵਾਨ ਹਾਂ। ਘਰ ਗਈ, ਸਿੰਪਲ ਲਾਈਫ, ਨੀਡ ਬੜੀ ਮੁਸ਼ਕਲ, ਨੀਡ ਉਹ ਘਰ ਜਿੱਥੇ ਰਹਿੰਦੇ ਕਿ ਬੜੀ ਮੁਸ਼ਕਲ ਨਾਲ ਉਹ ਨੀਡ ਪੂਰੀ ਹੁੰਦੀ ਹੈ ਆਮ ਬੰਦੇ ਦੀ, ਜੇ ਸਿੰਪਲ ਘਰ ਦੇ ਵਿੱਚ ਰਹਿੰਦੇ। ਸਾਰੇ ਘਰ ਚ ਇੱਕ ਬਾਥਰੂਮ, ਸਿੰਪਲ ਦੋ ਚਾਰ ਕਮਰੇ ਜੋ ਇਹਨਾਂ ਦੇ ਪਿਤਾ ਜੀ ਬਣਾ ਗਏ। ਆਪਣੀ ਕੋਠੀਆਂ ਵੇਚ, ਜ਼ਮੀਨਾਂ ਵੇਚ, ਆਪਣੀ ਪਰਵਾਹ ਨਾ ਕਰਦੇ ਹੋਏ, ਔਰ ਸਾਰਾ ਪਰਿਵਾਰ ਉਸਨੂੰ ਸਪੋਰਟ ਕਰਦਾ ਹੈ। ਬਲਹਾਰ ਨਾ ਇਸ ਤੇ, ਇਹ ਨਹੀਂ ਕਿ ਕੱਲਾ ਵਿਦਵਾਨ ਹੈ, ਬੱਚਿਆਂ ਦੀ ਹੈਲਪ, ਗਰੀਬਾਂ ਦੀ ਹੈਲਪ, ਜਿੱਥੇ ਜਿੱਥੇ ਇਸਦਾ ਜ਼ੋਰ ਚੱਲਦਾ ਹੈ, ਉਸ ਤੋਂ ਵੀ ਵੱਧ ਗੋਲੀਆਂ ਦੇ ਵਿੱਚ, ਬੰਦੂਕਾਂ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ, ਜਿੰਨਾ ਵੀ ਰਿਸਕ ਨਾਲ ਕੋਈ ਪਰਵਾਹ ਨਾ ਕਰਦੇ ਹੋਏ ਇਸ ਕੌਮ ਦੀ ਸੇਵਾ ਕਰਦਾ ਹੈ। ਆਪਾਂ ਸਾਰੇ ਅਰਦਾਸ ਕਰੀਏ ਰੇਡੀਓ ਵਾਇਸ ਆਫ ਖਾਲਸਾ ਦੇ ਸਮੂਹ ਟੀਮਾਂ ਨੂੰ ਤੇ ਸੁਖਪ੍ਰੀਤ ਸਿੰਘ ਅਦੋਕੇ ਨੂੰ, ਗੁਰੂ ਬਹੁਤ ਚੜ੍ਹਦੀ ਕਲਾ ਬਖਸ਼ੇ, ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ, ਔਰ ਕੌਮ ਨੂੰ ਕੋਈ ਨਾ ਕੋਈ ਸੇਧ ਦੇ ਦੇਣ, ਔਰ ਅਨਪੜ੍ਹ ਸਭ ਦਾ ਫਰਜ਼ ਬਣਦਾ ਹੈ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੀਏ। ਗਲਤੀ ਦੀ ਭੁੱਲ ਚੁੱਕ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਨਿਸ਼ਕਾਮ ਸੇਵਾ ਕਰ ਰਹੇ ਹਨ ਕੌਮ ਦੀ ਖਾਤਰ, ਤਾਂ ਕਿ ਸਾਡੀ ਕੌਮ ਜਿਹੜੀ ਹੈ, ਜੋ ਗੁਰੂ ਮਹਾਰਾਜ ਜੀ ਦੀਆਂ ਰਹਿਮਤਾਂ ਦੇ ਨਾਲ ਸਦੀਆਂ ਤੋਂ ਇੰਨੇ ਕਸ਼ਟ ਸਹਾਰ ਕੇ ਵੀ ਅਸੀਂ, ਜੋ ਸਾਡਾ ਮਿਸ਼ਨ ਹੈ ਖਾਲਸਾ ਪੰਥ ਦਾ, ਉਹ ਹੈ ਗੁਰੂ ਸ਼ਬਦ ਨੂੰ ਸਦਾ ਧੁਰਾ ਬਣਾ ਕੇ ਸੰਸਾਰ ਵਿੱਚ ਵਿਚਰਨਾ। ਅਸੀਂ ਕੌਮ ਨੇ ਬਹੁਤ ਦੁਬਾਰਾ ਰਿਵਾਈਵ ਕਰਨੇ ਦਾ ਔਰ ਸੱਚੋ ਸੱਚ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਦੇ ਵਿੱਚ ਸਾਨੂੰ ਸਾਰਿਆਂ ਵੀਰਾਂ ਨੂੰ ਕੋਈ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡੇ ਨਿੱਜੀ ਵਿਚਾਰ ਕੀ ਹਨ। ਨਸਲਕੁਸ਼ੀ ਦੇ ਹਮਲੇ, ਉਹਨਾਂ ਤੋਂ ਕੌਮ ਨੂੰ ਸੁਚੇਤ ਕਰਨ ਦੇ ਲਈ ਇਹ ਸਾਰੇ ਉਪਰਾਲੇ ਹਨ, ਉਹ ਇਹ ਵੀਰ ਕਰ ਰਹੇ ਹਨ। ਦਾਸ ਨੇ ਭਾਈ ਸਾਹਿਬ ਸੁਖਪ੍ਰੀਤ ਸਿੰਘ ਉਹਨਾਂ ਨੂੰ, ਇੱਕ ਸਾਡੇ ਜਾਣ ਪਛਾਣ ਵਾਲਾ ਸੀ, ਉਹ ਕਹਿੰਦੇ ਜੀ ਮੈਂ ਦਸਵੰਧ ਜਿਹੜਾ ਹੈ ਇਹ ਗੁਰਦੁਆਰੇ ਵਿੱਚ ਦੇ ਕੇ ਆਉਂਦਾ ਹਾਂ। ਮੈਂ ਵੀਰ ਜੀ ਉਹਨਾਂ ਬਾਰੇ ਦੱਸਿਆ ਕਿ ਇਹ ਆਹ ਕੰਮ ਕਰ ਰਹੇ ਹਨ। ਉਹਨਾਂ ਨੂੰ 1.5 ਸਾਲ ਹੋ ਗਿਆ ਇਹਨਾਂ ਦੀ ਉਡੀਕ ਕਰਦਿਆਂ ਨੂੰ ਕਿ ਜੀ ਮੇਰੇ ਕੋਲ ਇੰਨੇ ਪੈਸੇ ਦਸਵੰਧ ਦੇ ਪਏ ਹਨ ਅਤੇ ਤੁਸੀਂ ਮੰਗਾ ਲਓ। ਇਹਨਾਂ ਦਾ ਸਦਾ ਇਹੀ ਹੁੰਦਾ, ਵੀਰ ਜੀ ਜਦੋਂ ਕੋਈ ਪ੍ਰੋਜੈਕਟ ਆਏਗਾ ਮੈਂ ਆਪ ਜੀ ਨੂੰ ਜ਼ਰੂਰ ਦੱਸ ਦਿਆਂਗਾ, ਤੁਸੀਂ ਉਦੋਂ ਇਹ ਸੇਵਾ ਕਰ ਦਿਓ। ਵੀਰ ਜੀ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ 104 ਬੱਚੇ ਜਿਹੜੇ ਹਨ ਨਿੱਜੀ ਤੌਰ ਤੇ ਪੜ੍ਹਾ ਰਹੇ ਹਨ। ਸਾਡਾ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਉਸ ਪ੍ਰੋਜੈਕਟ ਨੂੰ ਔਰ ਵੋਇਸ ਆਫ ਖਾਲਸਾ ਦੇ ਥਰੂ ਉਹਨੂੰ ਪ੍ਰਚਾਰ ਕੇ ਇੱਥੋਂ ਜ਼ਿਆਦਾ ਤੋਂ ਜ਼ਿਆਦਾ ਆਪਣੀਆਂ ਟੀਮਾਂ ਨਿਸ਼ਕਾਮ ਸੇਵਾ ਦੀਆਂ, ਜਿਹੜੀਆਂ ਕਿ ਉੱਥੇ ਬੱਚਿਆਂ ਦੇ ਲਈ ਤੁਸੀਂ ਇੱਥੋਂ ਕੱਪੜੇ ਇਕੱਠੇ ਕਰਕੇ ਭੇਜ ਸਕਦੇ ਹੋ, ਹੋਰ ਜਿਹੜੇ ਬਹੁਤ ਪ੍ਰੋਜੈਕਟ ਹਨ ਉਹ ਜਿਹੜੇ ਅਸੀਂ ਜਿਹੜੇ ਤਿਆਰ ਕਰ ਸਕਦੇ ਹਾਂ ਉਸ ਦੇ ਲਈ ਜਿਹੜੇ ਨਿਸ਼ਕਾਮ ਵੀਰਾਂ ਦੀ ਲੋੜ ਹੈ। ਵਲੰਟੀਅਰ ਬਹੁਤ ਹੀ ਜ਼ਰੂਰੀ ਹੈ, ਉਹ ਸਾਨੂੰ ਸਭ ਨੂੰ ਆਪਣੇ ਫਰਜ਼ ਜਿਹੜੇ ਹਨ ਉਹ ਪਹਿਚਾਨਣੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ। ਆਪਾਂ 2-3 ਬੁਲਾਰੇ, 1-1 ਮਿੰਟ ਤੋਂ ਜ਼ਿਆਦਾ ਪਲੀਜ਼ ਟਾਈਮ ਨਾ ਲਓ, ਅਤੇ ਆਪਾਂ ਬਹੁਤ ਜ਼ਿਆਦਾ ਲੇਟ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਅਸੀਂ CD ਵਿੱਚ ਵੀ ਪਰੋਈਆਂ ਹੋਈਆਂ ਨੇ 2, ਅਤੇ ਮੈਂ ਚਾਹੁੰਦਾ ਵੀ ਉਹ ਆਪਣੀ ਨਜ਼ਮ ਵੀ 1-1.5 ਮਿੰਟ ਦੇ ਅੰਦਰ ਤੁਹਾਡੇ ਸਾਹਮਣੇ ਰੱਖਣ, ਅਤੇ ਨਾਲੇ ਇਹ ਪ੍ਰੋਗਰਾਮ ਵੀ ਕਰਦੇ ਨੇ ਔਰ ਸਾਡੇ ਬਹੁਤ ਤਕੜੇ ਸਪੋਰਟਰ ਨੇ। ਉਹ ਤੋਂ ਬਾਅਦ ਸਾਡੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਵੈਸੇ ਦਾਸ ਇਸ ਕਾਬਲ ਤਾਂ ਨਹੀਂ ਹੈਗਾ ਜੋ ਰੇਡੀਓ 'ਤੇ ਪ੍ਰੋਗਰਾਮ ਕਰ ਰਹੇ ਹਾਂ। ਜਿੱਦਾਂ ਪੱਤਰਕਾਰ ਦੇ ਲਹਿਜੇ ਤੋਂ ਜੇ ਸੋਚਿਆ ਜਾਵੇ ਤਾਂ ਪਰ ਗੱਲ ਨਹੀਂ ਬਣਦੀ। ਪਰ ਸਾਡੇ ਕਿਸੇ ਵੀਰ ਨੇ ਇਹ ਗੱਲ ਕਹੀ ਸੀਗੀ ਜਦੋਂ ਸ਼ੁਰੂ ਦੇ ਵਿੱਚ ਮੈਂ ਕਿਹਾ ਵੀ ਮੈਂ ਇਸ ਦੇ ਕਾਬਲ ਨਹੀਂ ਹੈਗਾ, ਪਰ ਉਸਨੇ ਇਹ ਗੱਲ ਕਹੀ ਵੀ ਜਿਹੜੀ ਹੱਕ ਤੇ ਸੱਚ ਦੀ ਗੱਲਬਾਤ ਕਰਨੀ ਆ, ਜਿਹੜੇ ਪ੍ਰੋਫੈਸ਼ਨਲ ਪੱਤਰਕਾਰ ਉਹ ਨਹੀਂ ਕਰਦੇ, ਸਾਰੇ ਕਰਦੇ, ਮੈਂ ਵੀ ਬਹੁਤ ਕਰਦਾ ਹਾਂ,
ਤੇ ਉਹਨਾਂ ਦੀ ਗੱਲ ਇੱਕ ਨਹੀਂ ਆਪਾਂ ਕਰਦੇ ਹੈਗੇ, ਜਿਹੜੀ ਆਪਾਂ ਗੱਲ ਉਹ ਭੁਲਾ ਦਿੱਤੀ ਆ, ਵਿਸਾਰ ਦਿੱਤੀ ਆ ਮਨਾਂ ਚੋਂ। ਉਹ ਜਿਸ ਵੇਲੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਉਹਨਾਂ ਨੇ ਗੱਲ ਕਹੀ ਸੀਗੀ ਕਿ ਇਸ ਤੋਂ ਬਾਅਦ ਖਾਲਿਸਤਾਨ ਕੌਮੀ ਘਰ ਦੀ ਨੀਂਹ ਰੱਖੀ ਜਾਊਗੀ। ਅੱਜ ਵੀ ਸਾਡੇ ਬਹੁਤ ਵੀਰ ਇਹ ਗੱਲ ਨਹੀਂ ਕਰਦੇ ਹੈਗੇ, ਵੈਸੇ ਮੇਰੇ ਵਰਗਾ ਕਈ ਵਾਰੀ ਉਹਨਾਂ ਦੀ ਫੋਟੋ ਜ਼ਰੂਰ ਲਾ ਲੈਂਦਾ, ਪਰ ਇਹ ਨਹੀਂ ਗੱਲ ਕਰਦੇ। ਉਹਨਾਂ ਦੀ ਇੱਕ ਇਹਨਾਂ ਗੱਲਾਂ ਨੂੰ ਇਹ ਮੱਦੇ ਨਜ਼ਰ ਰੱਖਦੇ ਹੋਏ ਦਾਸ ਨੇ ਕਵਿਤਾ ਲਿਖੀ ਆ ਤੇ ਉਹ ਤੁਹਾਡੀ ਨਜ਼ਰ। ਵਾਹੇ ਗੁਰੂ ਦੇ ਮੰਨ ਕੇ ਹੁਕਮ ਨੂੰ, ਪਿੰਡਰਾਂ ਵਾਲਾ ਜੋਧਾ ਗਾਜਿਆ, ਜਿਹੜੇ ਸਿੰਘ ਨੇ ਗੁਰੂ ਦਸ਼ਮੇਸ਼ ਦੇ ਗੁਲਾਮੀ ਉਹਨਾਂ ਦੇ ਸਿਰ ਕਰਜਿਆ, ਜਿਹੜੇ ਸਿੰਘ ਨੇ ਗੁਰੂ ਦਸ਼ਮੇਸ਼ ਦੇ ਗੁਲਾਮੀ ਉਹਨਾਂ ਦੇ ਸਿਰ ਕਰਜਿਆ। ਹਰ ਮੰਦਰ ਸਾਹਿਬ ਦੇ ਵੱਲ ਨੂੰ, ਹਰ ਮੰਦਰ ਸਾਹਿਬ ਦੇ ਵੱਲ ਨੂੰ ਜਿਹਨੇ ਮਾੜੀ ਨਿਗਾਹ ਨਾਲ ਤੱਕਿਆ, 6 ਮਹੀਨਿਆਂ ਤੋਂ ਉਹ ਵੱਧਨਾ, 6 ਮਹੀਨਿਆਂ ਤੋਂ ਉਹ ਵੱਧਨਾ, ਜੱਗ ਉੱਤੇ ਬਈ ਕਦੇ ਬੱਚਿਆ। ਸੋਧਾ ਜਨਮ ਦਾ ਇਹ ਲਾਉਣ ਨੂੰ, ਸੋਧਾ ਜਨਮ ਦਾ ਇਹ ਲਾਉਣ ਨੂੰ ਸਿੰਘੋ ਬਣਦਾ ਸਾਡਾ ਹੱਕਿਆ, ਜਿਹੜੇ ਸਿੰਘ ਨੇ ਗੁਰੂ ਦਸ਼ਮੇਸ਼ ਦੇ ਗੁਲਾਮੀ ਉਹਨਾਂ ਦੇ ਸਿਰ ਕਰਜਿਆ, ਜਿਹੜੇ ਸਿੰਘ ਨੇ ਗੁਰੂ ਦਸ਼ਮੇਸ਼ ਦੇ ਗੁਲਾਮੀ ਉਹਨਾਂ ਦੇ ਸਿਰ ਕਰਜਿਆ। ਸਤਸੰਗ ਜੀ, ਅਸਲ ਵਿੱਚ ਕਵਿਤਾ ਤਾਂ ਹੈਗੀ ਬਹੁਤ ਲੰਮੀ, ਪਰ ਸਮੇਂ ਦੀ ਨਿਜਾਗਤ ਨੂੰ ਮੁੱਖ ਰੱਖਦੇ ਹੋਏ ਕਿਉਂ ਸਾਡੇ ਕੋਲ ਹੋਰ ਵੀ ਬੁਲਾਰੇ ਹੈਗੇ ਆ ਤੇ ਕਵਿਤਾ ਮੈਂ ਇੱਥੇ ਸਮਾਪਤ ਕਰਦਾ। ਸਮਾਂ ਮਿਲਿਆ ਤੇ ਜ਼ਰੂਰ ਕਿਤੇ ਫਿਰ ਵੀ ਸੁਣਾਊਂਗਾ ਤੇ ਵਿੱਚ, ਵੈਸੇ ਮੈਨੂੰ ਲੱਗਦਾ ਵੀ ਇਹ ਸੀ ਡੀ ਦੇ ਵਿੱਚ ਵੀ ਸ਼ਾਇਦ ਇਹ ਕਵਿਤਾ ਹੈਗੀ ਆ ਤੇ ਉਹਦੇ ਵਿੱਚ ਤੁਸੀਂ ਸੁਣ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰਾ ਕੁਛ ਜ਼ਰੂਰੀ ਆ, ਸੋ ਆਪਾਂ ਸਾਰੇ ਭੈਣ ਭਰਾ ਅੱਜ ਇਕੱਠੇ ਹੋਏ ਆ ਔਰ ਤੁਹਾਡਾ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਆਸ਼ੀਰਵਾਦ ਦੇਣ ਦੇ ਲਈ ਦੇਰ ਤੱਕ ਸਾਡਾ ਸਾਥ ਦੇ ਰਹੇ ਹੋ। ਹਾਂਜੀ ਨਿਰਮਲ ਸਿੰਘ ਜੀ, ਹੱਕ ਸੱਚ ਦੀ ਆਵਾਜ਼ ਹੱਕ ਸੱਚ ਦੀ ਆਵਾਜ਼ ਦੇ ਨਾਲ ਖੜਨ ਦਾ ਪਰਮ ਮਨ ਦੇ ਕਿ ਹੱਕ ਸੱਚ ਦੀ ਆਵਾਜ਼ ਜਿਹੜੀ ਰੇਡੀਓ ਵਾਇਸ ਆਫ ਖਾਲਸਾ ਹੈ, ਉਹਨਾਂ ਨੇ ਜੋ ਇਹ ਪਾਏ ਪੂਰਨੇ ਹੈ, ਜਿਹੜੀ ਤਕਲੀਫ ਸਾਨੂੰ ਕੱਲਿਆਂ ਕੱਲਿਆਂ ਨੂੰ ਮਹਿਸੂਸ ਹੁੰਦੀ ਹੈ, ਉਹ ਇਹਨਾਂ ਵੱਲੋਂ ਜਿਹੜੀਆਂ ਪਾਈਆਂ ਪਿਰਤਾਂ, ਜਿੱਥੇ ਸਾਨੂੰ ਪੂਰਨ ਭਰੋਸਾ ਹੈ ਉੱਥੇ ਅਰਦਾਸ ਹੈ ਕਿ ਉਹ ਤਕਲੀਫ ਸਾਡੀ ਸਾਰਿਆਂ ਦੀ ਇੱਕ ਬਣ ਜਾਵੇ ਤੇ ਸਾਡਾ ਜਿਹੜਾ ਬਾਪ ਹੈ ਜਿਹੜਾ ਬੇਗਮਪੁਰੇ ਦੀ ਗੱਲ ਕਰਦਾ ਹੈ, ਜਿਹੜਾ ਰਾਜਭਾਗ ਦੀ ਗੱਲ ਕਰਦਾ ਹੈ, ਜਿਹੜਾ ਏਕ ਪਿਤਾ ਦੀ ਗੱਲ ਕਰਦਾ ਹੈ, ਉਹ ਸਾਨੂੰ ਇੱਕ ਲੱਗਣ ਲੱਗ ਜਾਵੇ, ਪਰ ਅਜੇ ਤੱਕ ਨਹੀਂ। ਅਸੀਂ ਤਕਲੀਫ ਦੇ ਵਿੱਚ ਹੁੰਦੇ ਹਾਂ, ਪਰ ਜਦੋਂ ਅਸੀਂ ਇਕੱਲੇ ਇਕੱਲੇ ਤਕਲੀਫ ਨੂੰ ਹਟਾਉਂਦੇ ਹਾਂ, ਸੋ ਸਾਡੀ ਦਿਲੀ ਅਰਦਾਸ ਹੈ ਕਿ ਇਹਨਾਂ ਵੱਲੋਂ ਜਿਹੜੇ ਪਾਏ ਪੂਰਨੇ ਆ, ਇਹਨਾਂ ਦੀ ਜਿਹੜੀ ਆਵਾਜ਼ ਹੈ ਉਸਦੇ ਵਿੱਚੋਂ ਸਾਡੀ ਤਕਲੀਫ ਇੱਕ ਬਣ ਜਾਵੇ ਤੇ ਸਾਨੂੰ ਆਪਣੇ ਬਾਪ ਦੀ ਪਹਿਚਾਣ ਆ ਜਾਵੇ ਤੇ ਅਸੀਂ ਇੱਕ ਹੋ ਕੇ ਆਪਣੇ ਦੁਸ਼ਮਣ ਦਾ ਟਾਕਰਾ ਕਰੀਏ ਤੇ ਫਿਰ ਆਉਣ ਵਾਲਾ ਸਮਾਂ ਤੇ ਜਿਹੜਾ ਉਹ ਤੁਹਾਡਾ ਹੋਵੇਗਾ। ਤੇ ਮੈਂ ਦਿਨੋਂ ਸ਼ੁਭਕਾਮਨਾਵਾਂ ਦਿੰਦਾ ਹੋਇਆ ਸ਼੍ਰੀ ਗੁਰਦਾਸ ਵੈਲਫੇਅਰ ਸੋਸਾਇਟੀ ਦੇ ਸਮੁੱਚੇ ਮੈਂਬਰ ਸਾਹਿਬਾਨਾਂ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਜਿਹੜਾ ਜਿੱਥੇ ਹੱਕ ਸੱਚ ਇਨਸਾਫ ਦੀ ਗੱਲ ਹੋਵੇਗੀ ਉੱਥੇ ਅਸੀਂ ਜ਼ਰੂਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜੇ ਅਸੀਂ ਲੇਟੇ ਹਾਂ ਕਿਉਂਕਿ ਸੁਖਪ੍ਰੀਤ ਸਿੰਘ ਯੂਦੋ ਕੇ ਨੂੰ ਸੁਣਨਾ, ਦੋ ਬੁਲਾਰੇ ਹੋਣੇ ਸਿਰਫ ਇੱਕ ਇੱਕ ਮਿੰਟ। ਜਸਵੀਰ ਕੌਰ ਜੀ ਤੁਸੀਂ ਸਟੇਜ ਤੇ ਆਓ, ਇੱਕ ਮਿੰਟ ਤੁਹਾਡਾ ਤੇ ਇੱਕ ਮਿੰਟ ਉਹ ਤੋਂ ਬਾਅਦ ਮੇਘਰਾਜ ਸਿੰਘ, ਫਿਰ ਆਪਾਂ ਸੁਖਪ੍ਰੀਤ ਸਿੰਘ ਦੀ ਯੂਦੋ ਕੇ ਨੂੰ ਤੇ ਸੀਡੀ ਲਾਉਣੀ। ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਮੈਂ ਅੱਜ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ। ਜਦੋਂ 2012 ਦੇ ਵਿੱਚ ਰੇਡੀਓ ਵੋਇਸ ਆਫ ਖਾਲਸਾ ਦੀ ਸ਼ੁਰੂਆਤ ਹੋਈ ਸੀ, ਉਸ ਟਾਈਮ ਇਸਦਾ ਨਾਮ ਰੇਡੀਓ ਬਾਗੀ। ਮੈਂ ਬੜੀ ਕੋਸ਼ਿਸ਼ ਕੀਤੀ ਇਹਨਾਂ ਨਾਲ ਮੋਢੇ ਨਾਲ ਮੋਢਾ ਲਾਉਣ ਦੀ, ਪਰ ਕੋਈ ਵੀ ਜਥੇਬੰਦੀਆਂ ਸਾਨੂੰ ਮਤਲਬ ਉੱਥੇ ਟਿਕਣ ਨਹੀਂ ਦਿੰਦੀਆਂ ਸੀਗੀਆਂ। ਪਰ ਫਿਰ ਵੀ ਮੈਂ ਥੋੜਾ ਜਿਹਾ ਹੌਸਲਾ ਛੱਡ ਗਈ, ਪਰ ਮੇਰੇ ਪਤੀ ਦੇਵ ਨੇ ਕਦੀ ਹੌਸਲਾ ਨਹੀਂ ਛੱਡਿਆ।
ਤੇ ਆਪਣੀਆਂ ਰਾਹਾਂ ਤੇ ਤੁਰਦੇ ਗਏ ਸਾਨੂੰ ਸਾਡੀ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਹਟੇ ਇਹਨਾਂ ਦੇ ਚੋਰੀਆਂ ਵੀ ਕੀਤੀਆਂ ਬਟ ਇਹ ਕਦੀ ਪਿੱਛੇ ਨਹੀਂ ਹਟੇ। ਹੁਣ ਮੈਂ ਵੀਰ ਉਦੋ ਕਿ ਜੀ ਨੂੰ ਪੁੱਛ ਰਹੀ ਸੀ ਕਿ ਤੁਹਾਡਾ ਕੀ ਹਾਲ ਹੈ, ਕਹਿੰਦੇ ਜੋ ਤੁਹਾਡਾ ਹਾਲ ਹੈ ਉਹੀ ਉਹੀ ਮੇਰੀ ਘਰਵਾਲੀ ਦਾ ਵੀ ਹਾਲ ਹੈ। ਸੋ ਜਿਹੜੇ ਕੰਮ ਚੰਗੇ ਹੁੰਦੇ ਆ, ਚੰਗੀਆਂ ਸੱਚੀਆਂ ਰਾਹਾਂ ਤੇ ਚੱਲਣਾ ਬਹੁਤ ਹੀ ਮੁਸ਼ਕਿਲ ਹੁੰਦਾ ਆ, ਤੇ ਖਾਸ ਕਰਕੇ ਮੈਂ ਆਪਣੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਆਦਮੀਆਂ ਦਾ, ਸਾਡੇ ਵੀਰਾਂ ਦਾ ਜ਼ਰੂਰ ਸਾਥ ਦਿਓ, ਕਿ ਸਾਡੇ ਸਾਥ ਤੋਂ ਬਿਨਾਂ ਕੁਛ ਵੀ ਨਹੀਂ ਕਰ ਸਕਦੇ। ਸੋ ਆਮ ਬਲੈਸ ਕਰੇ ਕਿ ਇਹ ਆਪਣੀਆਂ ਸੱਚੀਆਂ ਰਾਹਾਂ ਤੇ ਤੁਰਦੇ ਜਾਣ, ਪਰਮਾਤਮਾ ਮੈਨੂੰ ਵੀ ਬਲੈਸ ਕਰੇ ਕਿ ਮੈਂ ਇਹਨਾਂ ਦਾ ਸਾਥ ਦੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅਮਰੂਦ ਤੇ ਫਿਰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੈਂ ਆਪ ਇੱਥੇ ਬੋਲਿਆ ਹੈ ਉਸਦੇ ਵਿੱਚ ਅਤੇ ਗੁਰੂ ਨਾਨਕ ਦੀ ਕਿਰਪਾ ਨਾਲ ਜੋ ਵੀ ਲਿਖਤ ਦੇ ਵਿੱਚ ਮਾਨਿਆ ਹੋਇਆ ਡਾਕਟਰ ਰਜੀਸ਼ ਸਿੰਘ ਦਾ ਹੱਥ ਹੈ ਅਤੇ ਅੱਜ ਜੋ ਬੋਲਣ ਜੋਗਾ ਹੋਇਆ ਹੈ ਰੇਡੀਓ ਅਸਰ ਖਾਲਸਾਤ ਦੇ ਵਿੱਚ ਰੇਡੀਓ ਸੁਖਵਿੰਦਰ ਸਿੰਘ ਦਾ ਹੱਥ ਹੈ ਅਤੇ ਮੈਂ ਕੁਛ ਨਹੀਂ ਬੋਲ ਸਕਦਾ ਆਪਣੇ ਵੱਲੋਂ, ਲੇਕਿਨ ਆਰਮੀ ਦੇ ਨਾਲ ਇੱਕ ਵਾਅਦਾ ਕਰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਰੇਡੀਓ ਉੱਤੇ ਮੁਸਲਮਾਨ ਵੀਰ ਵੀ ਪ੍ਰਚਾਰ ਕਰਨਗੇ, ਈਸਾਈ ਵੀ, ਜੋ ਵੀ ਬ੍ਰਾਹਮਣ ਦੇ ਸਿਪਾਹੀ ਹੈਗੇ ਉਹ ਸਾਰੇ ਦੇ ਸਾਰੇ ਇਸ ਰੇਡੀਓ ਦੇ ਉੱਤੇ ਕਾਨਫਰੰਸ ਕੋਲ ਦੌਰਾਨ ਗੱਲਬਾਤ ਕਰ ਰਹੇ ਨੇ। ਇੱਦਾਂ ਬੋਲ ਰਿਹਾ ਪ੍ਰੇਖਿਆ ਵਾਲੇ ਡਾਕਟਰ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਡਾਕਟਰ ਰਜੀਤ ਸਿੰਘ ਨੂੰ TV 84 ਅਤੇ ਉਸ ਤੋਂ ਬਾਅਦ ਵੀਰ ਜੋਗਰਾ ਸਿੰਘ ਜੀ ਨਿਊਜਰਸੀ ਤੋਂ, ਤਾਂ ਫਿਰ ਆਪਾਂ ਕਰੀਏ ਕਿਉਂਕਿ ਮੈਂ ਮਾਫ਼ੀ ਬਾਹਰ ਮੰਗਦਾ ਤੁਹਾਡੇ ਤੋਂ ਕਿਉਂਕਿ ਸਾਰਾ ਕੁਛ ਹੀ ਜ਼ਰੂਰੀ ਆ, ਸੋ ਆਪਾਂ ਲੇਟ ਵੀ ਹੈਗੇ ਹਾਂ। ਡਾਕਟਰ ਰਣਜੀਤ ਸਿੰਘ ਜੀ ਬਹੁਤ ਔਖਾ ਅਤੇ ਮੈਂ ਉਹ ਸਾਰੇ ਭਰਾਵਾਂ ਨੂੰ ਜਿਹੜੇ ਕਿਸੇ ਵੀ ਫੀਲਡ ਦੇ ਵਿੱਚ ਖਾਲਸਾ ਬਾਗੀ ਜਾਂ ਬਾਦਸ਼ਾਹ TV 84 ਜਾਂ ਹੋਰ ਇਸ ਕਿਸਮ ਦੇ ਜਿੰਨੇ ਵੀ ਅਦਾਰੇ ਅਤੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਕੌਮ ਲਈ ਜਾ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਸਲੂਟ। ਅਤੇ ਸੈਕਿੰਡਲੀ ਬਹੁਤ ਵਾਰ ਬੀਬੀਆਂ ਦਾ ਜ਼ਿਕਰ ਆਉਂਦਾ ਪਰ ਮੇਰਾ ਖਿਆਲ ਹੈ ਜਿਹੜੇ ਬੰਦੇ ਇੱਥੇ ਬੈਠੇ ਨੇ ਉਹ ਬੈਠੇ ਨਾ ਹੁੰਦੇ ਜੇ ਉਹਨਾਂ ਦਾ ਸਾਥ ਨਾ ਹੁੰਦਾ, ਸੋ ਉਹਨਾਂ ਨੂੰ ਵੀ ਸਲੂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਸਾਊਥ ਰਿਸ਼ੀ ਦੇ ਵਿੱਚ ਪਾਏ ਨੇ ਗੁਰਦੁਆਰਾ, ਬਸ ਦਾ ਨਾਮ ਹਰਜਿੰਦਰ ਸਿੰਘ। ਇੱਕ ਮਿੰਟ ਦਿੱਤਾ ਹੈ ਪਰ ਇੱਕ ਮਿੰਟ ਤੋਂ ਸ਼ਾਇਦ ਥੋੜ੍ਹਾ ਜਿਹਾ ਟਾਈਮ ਲੱਗ ਜਾਵੇ ਜ਼ਿਆਦਾ। ਪਹਿਲਾਂ ਤਾਂ ਵੋਇਸ ਆਫ ਖਾਲਸਾ ਰੇਡੀਓ ਨੂੰ ਬਹੁਤ ਬਹੁਤ ਵਧਾਈ। ਮੈਂ ਕੋਈ ਇੱਕ ਸਾਲ ਦੇ ਸਮੇਂ ਤੋਂ ਇਹਨਾਂ ਦਾ ਪ੍ਰੋਗਰਾਮ ਸੁਣ ਰਿਹਾ ਅਤੇ ਐਵਰੀ ਟਾਈਮ ਦੇ ਕਮਾਂ ਵਿੱਚ ਬੜੇ ਬੜੇ ਅੱਛੇ ਟੌਪਿਕਸ, ਬੜੀ ਬੜੀ ਅੱਛੀ ਡਿਸਕਸ਼ਨ, ਅਤੇ ਇਸ ਕਰਕੇ ਇਹ ਬੜੇ ਵਧਾਈ ਦੇ ਪਾਤਰ ਨੇ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਦੋ ਸੁਜੈਸ਼ਨ ਜ਼ਰੂਰ ਦੇਣੇ ਨੇ ਜਿਹੜੇ ਤੁਸੀਂ ਕਹਿ ਰਹੇ ਸੀ, ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਸ਼ੇਅਰ ਕਰ ਰਿਹਾ। ਅੱਜ ਸਾਡੇ ਗੁਰੂ ਘਰ ਦੇ ਵਿੱਚ ਸਾਊਥ ਜਰਸੀ ਦੇ US ਕਾਂਗਰਸਮੈਨ ਉੱਥੇ ਆਏ ਸੀ ਅਤੇ ਉਹ ਹੈਗੇ ਨੇ ਮਿਸਟਰ ਡੋਨਲਡ ਨੋਰਕ੍ਰੋਸ, ਕੰਗਰੈਸ਼ਨਲ ਡਿਸਟ੍ਰਿਕਟ ਨਿਊ ਜਰਸੀ ਦਾ ਜਿਹੜਾ ਵਨ ਡਿਸਟ੍ਰਿਕਟ ਹੈ ਉਹਦੇ ਕਾਂਗਰਸਮੈਨ ਨੇ। ਪਹਿਲੀ ਵਾਰੀ ਗੁਰੂ ਘਰ 'ਚ ਆਏ ਸੀ, ਸਿੱਖਾਂ ਬਾਰੇ ਉਹਨਾਂ ਨੂੰ ਕੋਈ ਬਾਹਲੀ ਕੋਈ ਨੌਲੇਜ ਨਹੀਂ ਸੀ ਅਤੇ ਉਹ ਜਿਹੜੀ ਹਾਊਸ ਆਰਮ ਸਰਵਿਸਿਸ ਦੀ ਜਿਹੜੀ ਕਮੇਟੀ ਹੈ ਉਹਦੇ ਮੈਂਬਰ ਨੇ, ਉਹਦੀ ਸਬ ਕਮੇਟੀ ਹੈਗੀ ਹੈ ਸਪਾਈਨੇਜ ਅਤੇ ਅੰਡਰ ਕਵਰ ਆਪਰੇਸ਼ਨਸ, ਉਹਦੇ ਵਿੱਚ ਵੀ ਉਹ ਮੈਂਬਰ ਨੇ ਅਤੇ ਚੇਅਰਮੈਨ ਨੇ ਉਸ ਕਮੇਟੀ। ਮੈਂ ਉਹਨਾਂ ਨੂੰ ਦੱਸਿਆ ਸੀ ਕਿ ਸਿੱਖਾਂ ਬਾਰੇ ਜਦੋਂ ਉਹਨਾਂ ਨੂੰ ਇੰਟਰੋਡਿਊਸ ਕਰਵਾਇਆ ਸੰਗਤ ਦੇ ਨਾਲ ਵੀ ਸਾਨੂੰ ਸਾਡੇ ਦੇ ਟੈਰੋਰਿਸਟ ਦਾ ਲੇਬਲ ਲਾ ਕੇ ਹਿੰਦੁਸਤਾਨ ਦੀ ਸਰਕਾਰ ਨੇ 1984 'ਚ ਸਾਡੇ ਵੈਟੀਕਨ, ਸਾਡੇ ਗੋਲਡਨ ਟੈਂਪਲ 'ਤੇ ਹਮਲਾ ਕਰਕੇ ਸਾਡਾ ਉਹਨਾਂ ਨੇ ਕੰਮ ਕੀਤਾ ਅਤੇ
ਉਹਨਾਂ ਨੂੰ ਕੋਈ ਇਹੋ ਜਿਹੇ ਸਿੱਖਾਂ ਬਾਰੇ ਇੰਨਾ ਨੌਲੇਜ ਨਹੀਂ, ਪਰ ਉਹਨਾਂ ਨੇ ਆਪਣੇ ਜਦੋਂ ਐਡਰੈਸ ਕੀਤਾ ਸੰਗਤ ਨੂੰ ਇੱਕ ਕਮੈਂਟ ਦਿੱਤਾ ਜਿਹਨੂੰ ਬੜਾ ਖੁਸ਼ ਹੋ ਕੇ ਅਸੀਂ ਸੁਣਿਆ ਕਿ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਾਰੀ ਜਿਹੜੀ ਸੀਕਰਟ ਇਨਫੋਰਮੇਸ਼ਨ ਹੀਅਰਿੰਗਸ ਦੇ ਵਿੱਚ ਮੈਂ ਜਾਣਾ ਕਿ ਮੈਨੂੰ ਕਈ ਸਾਲ ਹੋ ਗਏ ਨੇ ਇਸ ਕੰਮ ਦੇ ਵਿੱਚ, ਪਰ ਅੱਜ ਤੱਕ ਵੀ ਇੱਕ ਸਿੱਖ ਬੰਦੇ ਦਾ ਵੀ ਨਾਂ ਟੈਰੋਰਿਜ਼ਮ ਦੇ ਵਿੱਚ ਰਿਪੋਰਟ ਨਹੀਂ ਕੀਤਾ। ਭਾਵੇਂ ਇੰਡੀਅਨ ਸਰਕਾਰ ਜੋ ਮਰਜ਼ੀ ਕਹੀ ਜਾਵੇ, ਜਿਹੜੀ US ਗਵਰਨਮੈਂਟ ਹੈ ਉਹਨਾਂ ਨੂੰ ਸਾਰੇ ਤੱਥਾਂ ਦਾ ਹਰ ਚੀਜ਼ ਦਾ ਉਹਦਾ ਪਤਾ। ਜੇ ਹੁਣ ਮੈਂ ਆਪਣੇ ਸੁਜੈਸ਼ਨ ਜਿਹੜੇ ਨੇ ਇੱਕ ਦੋ ਸੁਜੈਸ਼ਨ ਉਹਨਾਂ ਦੇਣਗੇ। ਪਹਿਲਾ ਸੁਜੈਸ਼ਨ ਤਾਂ ਇਹ ਹੈ ਕਿ ਮੈਂ ਜਿਹੜੇ ਪ੍ਰੋਗਰਾਮ ਦੇ ਵਿੱਚ ਇੱਕ ਘੰਟੇ ਦਾ ਪ੍ਰੋਗਰਾਮ ਹੁੰਦਾ ਤੇ ਉਹਦੇ ਵਿੱਚ ਮੈਂ ਇਹ ਦੇਖਿਆ ਕਿ ਜਿਹੜੇ ਮੋਡਰੇਟਰਸ ਨੇ ਉਹ ਮੋਸਟ ਆਫ ਦ ਟਾਈਮ ਉਹ ਲੈ ਜਾਂਦੇ ਨੇ ਤੇ ਕਾਲਰਸ ਨੂੰ ਜਿਹੜੀ ਅਪਰਚੁਨਿਟੀ ਘੱਟ ਦਿੱਤੀ ਜਾਂਦੀ ਤੇ ਆਈ ਥਿੰਕ ਮੋਡਰੇਟਰਸ ਜਿਹੜਾ ਹੈ ਉਹ ਵਿਸ਼ੇ ਨੂੰ ਸੰਖੇਪ ਦੇ ਵਿੱਚ ਜੇ 15-20 ਮਿੰਟ ਕਰਕੇ ਮੈਨੂੰ ਲੱਗਦਾ ਕਾਲਰਸ ਦੀ ਪਾਰਟੀਸਪੇਸ਼ਨ ਜਿਹੜੀ ਉਹ ਜ਼ਿਆਦਾ ਕਰਨੀ ਚਾਹੀਦੀ। ਸੈਕਿੰਡ ਸੁਜੈਸ਼ਨ ਮੇਰਾ ਇਹ ਹੈ ਵੀ ਅਸੀਂ ਹੁਣ ਪਹਿਲੀ ਵਾਰ ਤਾਂ ਮੈਨੂੰ ਇੰਨਾ ਨਹੀਂ ਸੀ ਪਤਾ, ਮੈਂ ਸਮਝਿਆ ਸੀ ਵੀ USA ਦਾ ਹੀ ਰੇਡੀਓ ਨੈਟਵਰਕ ਹੈ, ਪਰ ਅੱਜ ਜਿਹੜੀ ਤੁਸੀਂ ਪ੍ਰੈਜੈਂਟੇਸ਼ਨ ਦਿੱਤੀ ਹੈ ਉੱਥੋਂ ਪਤਾ ਲੱਗਾ ਕਿ ਯੂ ਆਰ ਗਲੋਬਲੀ, ਯੂ ਆਰ ਇਨ ਯੂਰਪ, ਯੂ ਆਰ ਇਨ ਪੰਜਾਬ, ਯੂ ਆਰ ਇਨ ਅਦਰ ਕੰਟਰੀਜ਼ ਆਲਸੋ, ਵਿਚ ਇਜ਼ ਵੈਰੀ ਗੁੱਡ। ਪਰ ਸਾਨੂੰ ਜਿਹੜਾ ਹੈ ਜਿਹੜੀਆਂ USA ਦੇ ਜਿੱਦਾਂ ਨੌਰਥ ਅਮੈਰੀਕਾ ਦੇ ਪੁਆਇੰਟ ਆਫ ਵਿਊ ਨਾਲ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਜਿਹਨਾਂ ਦੀ ਕਿ ਮਦਰ ਟੰਗ ਜਿਹੜੀ ਹੈ ਪੰਜਾਬੀ ਨਹੀਂ ਹੈ, ਜਿਹੜੇ ਕਿ ਇੰਗਲਿਸ਼ ਸਪੀਕਿੰਗ ਨੇ, ਤੇ ਸਾਨੂੰ ਜਿਹੜਾ ਪ੍ਰੋਗਰਾਮ ਹੈ ਉਹ ਐਕਸਪੈਂਡ ਕਰਨਾ ਚਾਹੀਦਾ ਤਾਂ ਕਿ ਯੰਗਰ ਜਨਰੇਸ਼ਨ ਇਸ ਰੇਡੀਓ ਨੂੰ ਸੁਣੇ, ਉਹਨਾਂ ਨੂੰ ਪਤਾ ਲੱਗੇ ਕਿ ਸਿੱਖਾਂ ਦੀ ਜਿਹੜੀ ਹੈ ਸਟਰਗਲ ਜਿਹੜੀ ਹੈ ਉਹ ਕੀ ਹੈ, ਉਹਦਾ ਕੀ ਮਤਲਬ ਹੈ, ਤਾਂ ਕਿ ਉਹ ਇਸ 'ਚ ਪਾਰਟੀਸਪੇਟ ਕਰਨ ਅਤੇ ਜਿਹੜੀ ਸਾਡੀ ਜਿਹੜੀ ਸਟਰਗਲ ਹੈ ਜਿਹੜੀ ਕਿ ਲੌਂਗ ਹੋਈ ਜਾ ਰਹੀ ਹੈ ਕੈਰੀ ਕਰਨ। ਅਤੇ ਤੀਸਰਾ ਸੁਜੈਸ਼ਨ ਜਿਹੜਾ ਲੈਸ ਸੁਜੈਸ਼ਨ ਹੈ ਉਸ ਤੋਂ ਬਾਅਦ ਫਿਨਿਸ਼ ਵੀ ਜਿਹੜੇ ਸਾਡੇ ਸਿੱਖ ਆਈਡੈਂਟੀਟੀ ਦੇ ਟੋਪਿਕਸ ਨੇ ਐਸ ਲਿਵਿੰਗ ਇਨ ਫੋਰਨ ਕੰਟਰੀਜ਼, ਪੰਜਾਬ ਤੋਂ ਬਾਹਰ ਜਿਹੜੇ ਸੁਣੇ ਨੇ ਉਸ ਨੂੰ ਵੀ ਤਰਜੀਹ ਦਿੱਤੀ ਜਾਵੇ ਤਾਂ ਕਿ ਸਿੱਖ ਆਈਡੈਂਟੀਟੀ ਦਾ ਜੇ ਤੁਸੀਂ ਇੰਗਲਿਸ਼ 'ਚ ਪ੍ਰੋਗਰਾਮ ਕਰੋਗੇ ਤੇ ਜਿਹੜੇ ਦੂਜੇ ਮਿਸਟਰ ਨੇ ਉਹ ਵੀ ਪਾਰਟੀਸਪੇਟ ਕਰਨ ਤੇ ਉਹਨਾਂ ਨੂੰ ਸਿੱਖਾਂ ਦੇ ਬਾਰੇ ਪਤਾ। ਇੰਨੀਆਂ ਬੇਨਤੀਆਂ ਨੇ ਇੱਕ ਵਾਰੀ ਫਿਰ ਮੇਰੀ ਵਾਇਸ ਆਫ ਖਾਲਸਾ ਰੇਡੀਓ ਨੂੰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮੈਂ ਬਰੀਫ ਦੇ ਵਿੱਚ ਇਹਨਾਂ ਦਾ ਜਿਹੜਾ ਲਾਸਟ ਸਵਾਲ ਸੀਗਾ ਉਹਦੇ ਬਾਰੇ ਮੈਂ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ। ਜਿਹੜੀ ਕਿ ਅਲੱਗ ਅਲੱਗ ਲੈਂਗੁਏਜ ਦੀ ਗੱਲ ਕੀਤੀ ਆ, ਆਲਰੇਡੀ ਅਸੀਂ 8 ਮਹੀਨੇ ਤੋਂ ਹਿੰਦੀ ਦੇ ਵਿੱਚ ਪ੍ਰੋਗਰਾਮ ਸਟਾਰਟ ਕੀਤਾ ਹੋਇਆ ਔਰ 4 ਦਿਨ ਹਫ਼ਤੇ ਦਾ ਉਹ ਬ੍ਰੌਡਕਾਸਟ ਹੁੰਦਾ ਔਰ ਉਹਦੀ ਹੋਸਟ ਵੀ ਹਿੰਦੀ ਦੇ ਪ੍ਰਭਾਵ ਤੋਂ ਮੱਧ ਪ੍ਰਦੇਸ਼ ਦੇ ਵਿੱਚੋਂ ਆ ਔਰ ਅੱਜ ਇੱਕੋ ਇੱਕ ਮੀਡੀਆ ਜਿਹੜਾ ਪੰਜਾਬੀਆਂ ਦਾ ਔਰ ਉਹ ਹਿੰਦੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸੁਣਿਆ ਜਾਂਦਾ, ਭਾਵਾਂ ਉਹ ਆਪਣਾ ਹੀ ਪ੍ਰੋਗਰਾਮ ਸੁਣਦੇ ਨੇ ਹਿੰਦੀ ਵਾਲਾ ਹੀ, ਪੰਜਾਬੀ ਸਮਝ ਨਾ ਆਉਣ ਕਰਕੇ ਉਹ ਸੁਣਦੇ ਨਹੀਂ, ਲੇਕਿਨ ਜਿਹੜੀ ਇੰਗਲਿਸ਼ ਦੀ ਬੱਚਿਆਂ ਦੇ ਉੱਤੇ ਉਹ ਸਾਡਾ ਸਟਿਲ 1 ਸਾਲ ਤੋਂ ਫੋਕਸ ਹੈਗਾ, ਉਹਦੀ ਪ੍ਰੋਬਲਮ ਇਹ ਬਣ ਰਹੀ ਆ। ਈਵਨ ਕਿ ਮੇਰੀ ਬੱਚੀ ਵੀ 15-16 ਸਾਲ ਦੀ, ਉਹ ਵੀ ਸ਼ਰਮਾਉਂਦੀ ਆ ਰੇਡੀਓ ਤੇ ਆਉਣ ਨੂੰ, ਤੇ ਮੇਰੀ ਕੋਸ਼ਿਸ਼ ਹੈ ਸਾਰੀ ਸਾਲ ਹੋ ਗਿਆ ਵੀ ਬੱਚਿਆਂ ਦੀ ਇਹਨਾਂ ਦੀ ਸੁਝਾਅ ਬਹੁਤ ਵਧੀਆ ਕਿ ਜਿਹੜੇ ਬੱਚੇ ਯੰਗ ਜਨਰੇਸ਼ਨ ਹੈ, ਪਰ ਜਦੋਂ ਕੰਮ ਕਰਨ ਦਾ ਨਾਮ ਆਉਂਦਾ ਉਹ ਮੇਰਾ ਥੋੜਾ ਮੁਸ਼ਕਲ ਹੋ ਜਾਂਦਾ ਵੀ ਜੇ 1 ਵੀਕ ਕਰਦੇ ਨੇ ਅਗਲੇ ਵੀਕ ਨਹੀਂ ਕਰ ਪਾਉਂਦੇ, ਜੇ 2 ਵੀਕ ਕਰਦੇ ਨੇ ਤੀਜੇ ਵੀਕ ਨਹੀਂ ਕਰ ਪਾਉਂਦੇ, ਪਰ ਇਹ ਜ਼ਰੂਰ ਅਸੀਂ ਬਹੁਤ ਥੋੜੇ ਟਾਈਮ ਦੇ ਵਿੱਚ ਅਸੀਂ ਇੰਗਲਿਸ਼ ਦੇ ਵਿੱਚ ਬੱਚਿਆਂ ਦੇ ਪ੍ਰੋਗਰਾਮ ਲੈ ਕੇ ਆਵਾਂਗੇ। ਤੇ ਇੱਕ ਮੈਂ ਪਹਿਲਾਂ ਦੱਸਣਾ ਭੁੱਲ ਗਿਆ, ਮੈਂ ਮਾਫ਼ੀ ਵੀ ਚਾਹੁੰਦਾ, ਸਿੱਖ ਨਸਲ ਖੁਸ਼ੀ ਦੇ ਉੱਤੇ 31 ਅਕਤੂਬਰ ਨੂੰ ਅਸੀਂ 19 ਘੰਟੇ ਦਾ ਪ੍ਰੋਗਰਾਮ ਨੌਨ ਸਟੋਪ, ਉਹਦਾ ਪੋਸਟਰ 1-2 ਦਿਨ ਦੇ ਵਿੱਚ ਲੱਗ ਜਾਏਗਾ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ, ਤੇ 1 ਨਵੰਬਰ ਨੂੰ 20-19 ਘੰਟੇ ਦਾ ਪ੍ਰੋਗਰਾਮ ਸਿਰਫ 5 ਘੰਟੇ ਸਟੋਪ ਹੋਏਗਾ, ਵੀ ਰੈਸਟ ਕਰ ਲਓ, ਸੌ ਜਾਓ, ਤੇ ਲੇਕਿਨ ਉਹ ਜਾਰੀ ਰਹੇਗਾ। ਹੁਣ ਮੈਂ ਬੇਨਤੀ ਕਰਦਾ ਵੀ ਆਪਾਂ CD ਲੌਂਚ ਕਰੀਏ। ਰਜਿੰਦਰ ਸਿੰਘ ਜੀ ਸਾਰਿਆਂ ਦਾ ਜਿਹੜੀਆਂ ਜਥੇਬੰਦੀਆਂ ਆਈਆਂ ਹੋਈਆਂ ਨੇ ਕਿਉਂਕਿ ਇਹਨਾਂ ਨੇ ਲਿਖੇ ਹੋਏ ਨੇ ਨਾਮ ਉਹਨਾਂ ਦੇ, ਤੇ ਆਪਾਂ ਸਾਰੇ ਅੱਜ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜੇ ਮੈਂ ਨੌਣ ਲੈਣ ਲੱਗਿਆ
क्योंकि बहुत सारे इतने सीनियर आगू बैठे किसी का नाम रह भी सकता है, इसलिए मैं संतान ने नाम लवाना सिख फॉर जस्टिस गुरद्वारा पाइन इन साउथ न्यू जर्सी गुरद्वारा में हरसन सिख कल्चर सोसायटी सिस्टर न्यू जर गुरु नानक सिख सोसायटी बी हाई वैली पेंसिलवेनिया बाबा बंदा सिंह बहादुर इंटरनेशनल सिख सोसायटी गुरद्वारा बाबा मक्खन शाह द्वारा सिख सेंटर रिकमेंड है न्यू जर गुरु तेग बहादुर जी फाउंडेशन लाहौर कनेक्टिकट श्रोमणी अकाली दल अमृतसर दुआबा सिख एसोसिएशन न्यू जर गुरु नानक दरबार न्यूयॉर्क गुरु गोबिंद सिंह जी सकटरी सर्कल न्यूयॉर्क गुरुद्वारा सिख सेंटर फाउंडेशन न्यूयॉर्क सिख पंथ सोसायटी न्यूयॉर्क श्री गुरु रविदास वेलफेयर सोसायटी न्यूयॉर्क फिलाडेल्फिया सिख सोसायटी अपर डर्बी संत बाबा प्रेम सिंह जी कल्चरल सोसायटी बाबा दीप सिंह जी ते साडे साबका प्रधान भुपिंदर सिंह जी गोपाल राय भी पहुंचे कैल सिंह जी ते हुण सारे नूं बेनती है जथेबंदियां दे नुमाइंदे जिहड़े स्टेट दे नेड़े अमृतसर सिटी रिलीज करदी है उदों बाद डॉक्टर साहब जी अपने विचार रखणगे ते सोसायटियां दे जिन्ने भी नुमाइंदे आ जाए अमृतपाल सिटी रिलीज करिए जी उस तो बाद फिर डॉक्टर साहब का अपना विचार सुनिए जो सिख मीडिया वास्ते है सारे नूं बेनती स्टेज दे नेड़े आ जाओ सारे एक बार भी जिन्ने एक साडा इतिहास इन्हां ने डॉक्यूमेंट किया रेडियो वॉइस ऑफ खालसा की समुची टीम का असं सारिया जथेबंदियों वालों प्रबंधक कमेटियों वालों बहुत धन्यवाद करते हैं जिन्होंने जून 1984 संबंधी भी आप जी को 125 घंटे की सीडी रिलीज करके दी ताकि अपन अपने इतिहास का पता लग जाए वाहेगुरु जी का खालसा वाहेगुरु जी की फतेह। मेरा विशा काफी अहम सी और लंबा सी कि मीडिया का असारू के आलोचनात्मक पक्ष की होंगे जानकारी और ज्ञान का अध्ययन किवें होंगे मीडिया के जो रहन होंगे ने उन्हों की भूमिका की होंगी है कि कौमी असारी के भेख वास्ते इस किवें लगाया जा सकता है। सो मैं सोचता है कि इस समय के इस विषय के हालातों पूरा नहीं किया जा सकता क्योंकि शायद मेरी भी जिंदगी की गलती सी कि मैं तकरीबन गुरु साहबान गुरु गुरु ग्रंथ साहब महाराज के सामने संबोधित होता रहा इन्होंने हालातों के इन्हें रौले रपे च बोलना मेरे लिए भी काफी औखा है। सो मैं यही कहूँगा कि जो समुचे वीर तुम आए हो क्योंकि एक बड़ा एक संजीदा सबजैक्ट से मीडिया के उपर कंस्पेक्टिव पर जरा क्रिटिकल एनालिसिस सो इस विषय इन हालातों के पूरा नहीं किया जा सकता। सब बेनती कर सकते हैं कि रेडियो वॉइस ऑफ खालसा में जिन्ना भी सहयोग दे सकते हैं वो जरूर देिए ताकि इन्होंने वीर की जी है वह हौसला अफजाई जी है वह होंगी रहे। दरअसल ये कोई शक नहीं कि किसी समय के इतिहास युगों का होंगे फिर इतिहास सदियों का बनया फिर इतिहास जरा उभरिया के रूप में आया अच एक एक पल का इतिहास है। सो उस एक एक पल के इतिहास को एनालाइज करने वास्ते कह सकते हो कि जो रोज वापर रहे वर्तारे ने हर एक के हाथ के अजकल समार्टफोन है और ये अदकथनी नहीं है कि हर बंदे को वापर रहे हर वर्तारे की जानकारी है पर जानकारी के ज्ञान का जो अंतर है वह मीडिया में जी एक हब बनती है चाहे आडियो के रूप हो चाहे वीडियो के रूप हो एक जिम्मेवारी बन जाती है कि वह वक्त रहे वर्तारियों को एनालाइज किए करती है साढ़े तक लैके किए जाती है भावें कि तुम सारे विदेशों के बैठे हो
और बेशक इतने बैठे होने के बावजूद भी ताकि सड़क का केंद्र ताकि मानसिक चेतनता का केंद्र पंजाब है वो तो एक कारण है कि जिन्हें भी तुम प्रोग्राम की ऐड जी है वो वेख रहे हो उन्होंने सारे कि ना कि अध्ययन यही किया जा रहा है कि पंजाब की समस्यावान की ने यह जो पंजाब की समस्याव ने ये प्रति क्यों चेतन होने की लड़ है चाहे वह इतने मेरे जानदा बैठे ने मास्टर जी भी बैठे ने सरदार रघबीर सिंह भी बैठे ने चाहे सिख फॉर जस्टिस वाले बैठे ने चाहे अकाली दल अमृतसर के वीर बैठे ने पंजाब के उपर ही ध्यान केंद्रित क्यों है वो कुछ कारण ने पहला कारण तो है शायद अभी एक रशिया का राइटर हुआ रसूल हमजा तो उसने पढ़िया हो उस किताबों मेरा दागिस्तान एक बड़ी विलक्षण घटना है एक बागी होया दागिस्तान का इमाम शमील इमाम शमील 18 साल रूस के यार के खिलाफ लड़िया अखीर हार गया जख्मी होकर मैदान जंग के खड़ा उसका जेतू समय बिरयातिंस्की उसके सामने खड़ा उन्हें सवाल किया इमाम शमील कहता इमाम शमील अज तू हार चुका तेरे साथी मारे गए तेरे को कुछ भी नहीं ऐसा कि मैदान जंग के मेरे टाकरे से आगे तू लड़ सके फिर भी गर्दन नहीं झुका रहा पर हैरानी मुझे इस गल की है इमाम शमील तू इन्हां पत्थरां दे वास्ते लड़िया तू इस बियाबान दे वास्ते लड़िया तू पानी दे झरनियां दे वास्ते लड़िया तू ते मूर्ख सी ते इमाम शमील ने एक जवाब दिता सी कहिंदा मैं तां अपनी जन्म भूमि दे वास्ते लड़िया मूर्ख ते तू है जिहड़ा इन्हां पत्थरां वास्ते लड़िया सो अज पंजाब दे विच जितियां भी समस्यावां जन्म लैंदियां ने ओह आवाज किसी ना किसी रूप च किवें भी मीडिया च उठदी है उस दे पिछे सब तो वड्डा कारण यही हुंदा है कि तुसीं अपनी जन्म भूमि दे नाल जुड़े और सानूं जुड़ना भी इस करके जरूरी है कि केवल साडी जन्म भूमि ही साडे धर्म की कर्म भूमि नहीं होती उत्थे खालसे दी सिरजना होई है उत्थे गुरु नानक सच्चे पातशाह दी रूहानी आवाज हुंदी है सो चाहे 2020 तो लैके या फिर उत्थे गरीबां दी मदद इतिहास की सिरजना जिन्हें भी मुद्दे विदेशों च बैठिया संस्थावां वालों जिन्हें भी मुद्दे उभार के कितने ना कितने कौमी चेतन की केंद्रता की गल की जाती है कि समुचे रूप के इस सांझी प्रक्रिया को किसी ना किसी रूप च किसी मंच से उभारिया जाए तो आ जाके तुहाडी सारी उस मानसिक सत्ता की जिहड़ी सोचनी का केंद्र है वह पंजाब है क्योंकि उस पंजाब के नाल असीं जुड़े हुए हैं जिन्हें भी असं प्रोग्राम वेखे ने मैं तो यह किया कि बहुत जरूरी होंगे मैं जे मैं इन्होंने रेडियो वॉइस ऑफ खालसा ने बुलाया तो यह मतलब यह नहीं कि मैं केवल इन्हों की सिफत करनी है जेकर मीडिया का निरपक्षता के अध्ययन करना तो तुहाडे सामने दो पक्ष होंगे ने कि मीडिया का असारू पक्ष की है तो आलोचनात्मक पक्ष की सोशल मीडिया अज के समय सानू पता है कि पल पल की जानकारी जी है वह सानू मिल रही है कोई शक नहीं तुसी व्हाट्सएप पर बैठे हो तुसी यूट्यूब पर बैठे हो किसी भी सोशल मीडिया पर बैठे हो पर यह भी एक कौड़ी सच्चाई है कि जो जानकारी के साधन बहुत ज्यादा बढ़ जाते हैं सही जानकारी में चुनना औखा हो जाता है अब जिनी जानकारी बढ़ती जा रही है दुविधा उन्नी बढ़ती जा रही है उसका कारण की है हिंदुस्तान वाले झाती मारो कुछ भी जो उत्थे जुड़े होंगे अकैडमिक इंस्टीट्यूशन के नाल जो IPS से IAS की ट्रेनिंग दी जाती है तो जो स्टूडेंट्स ने उन्होंने एक अखबार पढ़ने वास्ते कहा जाता है कि होर जो मर्जी तुम अखबार पढ़ो किताबा पढ़ो एक अखबार जरूर पढ़नी अखबार का नाम है द हिंदू क्यों पढ़नी है क्योंकि द हिंदू अखबार में रोज ओपीनियन आते खबर हर अखबार छोड़ पर ओपीनियन जरा होंगे वो बहुत लोड़ होती है हम ओपीनियन न्यूज के जो डिफरेंस है वह जानकारी के ज्ञान है और दुनिया की हर भाषा के दो शब्द जानकारी और ज्ञान मिलते हैं नॉलेज एंड इनफॉरमेशन जो कुछ असं पढ़ रहे हैं जो कुछ अखबारों के राय साढ़े सामने आ रही है इनफॉरमेशन है नॉलेज है एनालाइज होकर नॉलेज बनती है पता होता है बस उल्टी है कारण की है वो ज्ञान है इस बात जो तुम बोधी साहिब के पढ़ोगे तो किसी वेले नाग सिंह ना दे एक बोधी को राजा मिलंद ने यह सवाल किया तू बड़ा मशहूर बोधी है तेरे को बड़ा ज्ञान है मैं एक गल का जवाब दे जानकारी ते ज्ञान च अंतर की है ते नाग साहिब ने जवाब दिता सी कदी किसे किसान नूं कणक कटदे वेख्या तुसीं कणक वढदे उसने कहा ना वेख्या कहिंदा कणक नूं वढना जानकारी है पर दाणियां दी संभाल ज्ञान सो यही नॉलेज एंड इनफॉरमेशन है वक्त वक्त माध्यमों के रहो
ਤੁਹਾਨੂੰ ਜਾਣਕਾਰੀ ਤਾਂ ਮਿਲ ਸਕਦੀ ਹੈ ਪਰ ਉਹਨੂੰ ਐਨਾਲਾਈਜ਼ ਕਰਕੇ ਭਵਿੱਖ ਦੀ ਪੀੜ੍ਹੀ ਦੇ ਵਾਸਤੇ ਉਹਦੇ ਚੰਗੇ ਨਤੀਜੇ ਕੱਢ ਕੇ ਅਨਾਜ ਵਾਂਗੂ ਜਿਹੜਾ ਸਾਹਮਣਾ ਤੁਹਾਡਾ ਗਿਆ। ਸੋ ਇਹ ਜਿਹੜਾ ਸਾਡਾ ਸੋਸ਼ਲ ਮੀਡੀਆ ਜਾਂ ਵਾਇਸ ਆਫ ਖਾਲਸਾ ਹੈ, ਇਹਨਾਂ ਦੀ ਸਾਰਥਕ ਭੂਮਿਕਾ ਜਿਹੜੀ ਹੈ ਉਸ ਵੇਲੇ ਜਨਮ ਲੈਂਦੀ ਹੈ ਜਦੋਂ ਇਹ ਹਰ ਚੀਜ਼ ਦੀ ਨਿਰਪੱਖ ਜਾਣਕਾਰੀ ਨੂੰ ਗਿਆਨ ਦੇ ਰੂਪ ਚ ਲੋਕਾਂ ਦੀ ਝੋਲੀ ਚ ਪਾਉਣਗੇ। ਸੋ ਇਹ ਇੱਕ ਮੀਡੀਆ ਦਾ ਪਹਿਲਾ ਜਿਹੜਾ ਉਹ ਫਰਜ਼ ਬਣ ਜਾਂਦਾ ਹੈ। ਦੂਸਰੀ ਗੱਲ, ਬੇਸ਼ੱਕ ਇਹਨਾਂ ਸਮੱਸਿਆਵਾਂ ਦਾ ਸੰਬੰਧ ਪੰਜਾਬ ਦੇ ਨਾਲ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਤੁਸੀਂ ਜਿੰਨੇ ਵੀ ਪ੍ਰੋਗਰਾਮ ਦੇ ਸਲਾਈਡ ਸ਼ੋਅ ਵੇਖ ਰਹੇ ਹੋ, ਮੈਂ ਵੀ ਵੇਖ ਰਿਹਾ, ਤਕਰੀਬਨ 99% ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਸੰਬੰਧ ਪੰਜਾਬ ਦੇ ਨਾਲ। ਜਿਹੜੀ ਸਾਡੀ ਇੱਥੇ ਅਗਲੀ ਪੀੜ੍ਹੀ ਹੈ, ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਵਾਪਸਤਾ ਨਹੀਂ ਹੈ, ਪਰ ਫਿਰ ਵੀ ਉਹਨੂੰ ਇਸ ਰੇਡੀਓ ਦੀ ਕਿਉਂ ਲੋੜ ਹੈ? ਮੈਂ ਇਹਦੀ ਉਦਾਹਰਣ ਫਿਰ ਤਾਂ ਗੁਰੂ ਸ੍ਰੀ ਸਾਹਿਬ ਦੇ ਵਿੱਚੋਂ ਦਿੰਦਾ। ਰਸੂਲ ਹਮਜ਼ਾਪੁਰ ਲਿਖਦਾ ਹੈ, ਕਹਿੰਦਾ ਕਿ ਮੇਰੇ ਕਬੀਲੇ ਦਾ ਇੱਕ ਬੱਚਾ ਸ਼ਹਿਰ ਚਲਾ ਗਿਆ, ਸ਼ਹਿਰ ਚੋਂ ਕਿਸੇ ਹੋਰ ਦੇਸ਼ ਚਲਾ ਗਿਆ, ਘੁੰਮਦਾ ਘੁੰਮਦਾ ਉਹ ਪੈਰਿਸ ਚਲਾ ਗਿਆ, ਫਰਾਂਸ ਚਲਾ ਗਿਆ। ਕਹਿੰਦਾ ਉਹਨਾਂ ਸਮਿਆਂ ਚ ਨਾ ਕੋਈ ਜਾਣਕਾਰੀ ਦਾ ਸਾਧਨ, ਨਾ ਕੋਈ ਚਿੱਠੀ, ਨਾ ਕੋਈ ਪੱਤਰ। ਜਦੋਂ ਕਾਫੀ ਸਮਾਂ ਵਾਪਸ ਨਾ ਮੁੜਿਆ ਤੇ ਮਾਂ ਬਾਪ ਨੇ ਹੌਲੀ ਹੌਲੀ ਮੌਤ ਦੀਆਂ ਰਸਮਾਂ ਅਦਾ ਕਰ ਦਿੱਤੀਆਂ ਕਿ ਮੁੰਡਾ ਮਰ ਚੁੱਕਾ। ਪਿਓ ਦੀ ਵੀ ਸਦਮੇ ਚ ਮੌਤ ਹੋ ਗਈ, ਮਾਂ ਵੀ ਰੋ ਰੋ ਕੇ ਬੜਾ ਬੁਰਾ ਹਾਲ ਹੋ ਗਿਆ। ਕਹਿੰਦਾ 30-35 ਸਾਲ ਬਾਅਦ ਜਦੋਂ ਮੈਂ ਯੂਰਪ ਗਿਆ ਤੇ ਫਿਰਦਿਆਂ ਫਰਾਉਂਦਿਆਂ ਮੈਨੂੰ ਉਹ ਮੁੰਡਾ ਮਿਲ ਗਿਆ। ਕਹਿੰਦਾ ਬੜਾ ਬਿਜ਼ਨਸ, ਬੜਾ ਕਾਰੋਬਾਰ, ਬਹੁਤ ਕੁਛ ਉਸਦੇ ਕੋਲ, ਜਿਸ ਤਰ੍ਹਾਂ ਅਸੀਂ ਵੀ ਪੰਜਾਬ ਆਪਣੇ ਪਿਤਰੀ ਖਿੱਤੇ ਨੂੰ ਛੱਡ ਕੇ ਆਏ ਹਾਂ। ਸਭ ਕੁਛ ਹੈ ਸਾਡੇ ਕੋਲ ਇੱਥੇ, ਸਾਡੇ ਕੋਲ ਬਿਜ਼ਨਸ ਹੈ, ਸਾਡੇ ਕੋਲ ਪੈਸਾ ਹੈ, ਸਾਰੇ ਸਾਧਨ ਨੇ, ਪਰ ਰੂਹ ਪੰਜਾਬ ਦੇ ਵਾਸਤੇ ਕਿਉਂ ਤੜਫਦੀ ਹੈ? ਹੁਣ ਕਹਿੰਦਾ ਉਹਦੇ ਕੋਲ ਸਭ ਕੁਛ ਸੀ। ਕਹਿੰਦਾ ਉਸਨੂੰ ਮੈਂ ਵੇਖਿਆ, ਉਹਨੂੰ ਮੈਂ ਮਿਲਿਆ, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਸਦੇ ਘਰ ਗਿਆ, ਉਹਨੇ ਵਿਆਹ ਵੀ ਉੱਥੋਂ ਦੀ ਲੜਕੀ ਨਾਲ ਕਰਾਇਆ ਹੋਇਆ ਸੀ, ਉਸਦੇ ਬੱਚੇ ਵੀ ਸੀ। ਕਹਿੰਦਾ ਮੈਂ ਜਦੋਂ ਵਾਪਸ ਕਬੀਲੇ ਚ ਮੁੜਿਆ ਤੇ ਮੈਂ ਉਹਦੀ ਮਾਂ ਦੇ ਘਰ ਗਿਆ, ਮਾਂ ਤੇਰਾ ਪੁੱਤ ਜੇ ਜਿਉਂਦਾ। ਕਹਿੰਦਾ ਮਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਸੀ, ਇੰਨੀ ਖੁਸ਼ ਮੇਰਾ ਪੁੱਤ ਜਿਉਂਦਾ। ਕਹਿੰਦਾ ਮਾਂ ਤੇਰੇ ਪੁੱਤ ਦਾ ਬੜਾ ਵੱਡਾ ਕਾਰੋਬਾਰ ਹੈ। ਕਹਿੰਦੀ ਹੋਰ ਖੁਸ਼ ਹੋਈ, ਬੜੀ ਖੁਸ਼ ਹੋਈ। ਕਹਿੰਦਾ ਮੈਂ ਕਿਹਾ ਮਾਂ ਉੱਥੇ ਤੇਰੀ ਨੂੰਹ ਵੀ ਹੈ, ਤੇਰੇ ਪੋਤਰੇ ਵੀ ਨੇ, ਹੋਰ ਤੇ ਹੋਰ ਤੇਰਾ ਪੁੱਤ ਜਿਹੜਾ ਹੁਣ ਤਾਂ ਕੱਪੜੇ ਵੀ ਉਹਨਾਂ ਵਰਗੇ ਪਾਉਂਦਾ ਹੈ। ਕਹਿੰਦਾ ਮੈਨੂੰ ਇੰਝ ਲੱਗਦਾ ਸੀ ਕਿ ਮਾਂ ਦੀਆਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਵਗ ਰਹੇ ਸੀ। ਤੇ ਕਹਿੰਦਾ ਫਿਰ ਮੈਂ ਕਿਹਾ ਮਾਂ ਹੁਣ ਉਹ ਸਾਡੇ ਕਬੀਲੇ ਦੀ ਬੋਲੀ ਨਹੀਂ ਬੋਲਦਾ, ਅੱਜ ਕੱਲ੍ਹ ਉੱਥੋਂ ਦੀ ਬੋਲੀ ਬੋਲਦਾ। ਤੇ ਕਹਿੰਦਾ ਧਾਹਾਂ ਮਾਰ ਕੇ ਰੋਣ ਲੱਗੀ, ਅੱਜੇ ਨਹੀਂ ਸੀ ਮਰਿਆ, ਅੱਜ ਮਰ ਗਿਆ। ਕਹਿੰਦੀ ਪਹਿਲਾਂ ਜਿੰਦਾ ਸੀ, ਅੱਜ ਮਰ ਗਿਆ ਕਿ ਉਹਨੇ ਆਪਣੀ ਮਾਂ ਬੋਲੀ ਨੂੰ ਛੱਡ ਦਿੱਤਾ। ਸੋ ਇਹ ਜਿਹੜਾ ਮੀਡੀਆ, ਇਹਦੀ ਇਸ ਕਰਕੇ ਵੀ ਲੋੜ ਹੈ ਕਿ ਜੇਕਰ ਇਹ ਪੰਜਾਬੀ ਮੀਡੀਆ ਜਾਂ ਇਹ ਪੰਜਾਬੀ ਚੈਨਲ ਸਾਡੇ ਘਰਾਂ ਦੇ ਵਿੱਚ, ਕਾਰਾਂ ਦੇ ਵਿੱਚ, ਟਰੱਕਾਂ ਵਿੱਚ ਜੇ ਚੱਲਦੇ ਨੇ, ਤਾਂ ਕਿਤੇ ਨਾ ਕਿਤੇ ਸਾਡੇ ਬੱਚੇ ਜੇਕਰ ਸਮੱਸਿਆ ਦੇ ਨਾਲ ਵਾਪਸ ਤਾਂ ਨਹੀਂ ਨੇ, ਤੇ ਉਹ ਪੰਜਾਬੀ ਬੋਲੀ ਦੇ ਨਾਲ ਜ਼ਰੂਰ ਜੁੜੇ। ਜਦੋਂ ਅਸੀਂ ਪੰਜਾਬ ਤੋਂ ਵੱਖ ਵੱਖ ਭਾਸ਼ਾ ਵਿਗਿਆਨੀ ਜਾਂ ਕੋਈ ਗੈਸਟ ਲੈਂਦੇ ਇਸ ਤਰ੍ਹਾਂ ਦੇ ਨਾਲ, ਤਾਂ ਕਿਤੇ ਨਾ ਕਿਤੇ ਜਿਹੜੀ ਪੰਜਾਬੀ ਸ਼ਬਦਾਵਲੀ ਹੈ ਉਹ ਸਾਡੀ ਨੌਜਵਾਨ ਇੱਥੋਂ ਦੀ ਪੀੜ੍ਹੀ ਦੀ ਮਾਨਸਿਕਤਾ ਨੂੰ ਜ਼ਰੂਰ ਡੁੱਬਦੀ ਹੈ। ਸੋ ਇੱਕ ਲੋੜ ਉਹ ਬਣ ਜਾਂਦੀ ਹੈ, ਕਿਉਂਕਿ ਪਿੱਛੇ ਜੇ ਯੂਨੈਸਕੋ ਦੇ ਵਿੱਚ ਇੱਕ ਖਬਰ ਆਈ ਸੀ, ਤੁਸੀਂ ਸੁਣਿਆ ਹੋਵੇਗਾ, ਉਹਦੇ 'ਚ ਉਹਨਾਂ ਕਿਹਾ ਸੀ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਪੰਜਾਬੀ ਬੋਲੀ ਇਹੋ ਜਿਹੀਆਂ ਭਾਸ਼ਾਵਾਂ 'ਚੋਂ ਹੈ ਜਿਹੜਾ ਵਜ਼ੂਦ ਖਤਮ ਹੋ ਜਾਵੇਗਾ। ਹੁਣ ਬੋਲੀ ਨੂੰ ਕੋਈ ਹੋਰ ਥੋੜ੍ਹਾ ਖਤਮ ਕਰਦਾ, ਜਾਂ ਅਸੀਂ ਵਿਦੇਸ਼ਾਂ 'ਚ ਬੈਠੇ ਸਿੱਖਾਂ 'ਤੇ ਥੋੜ੍ਹਾ ਦੋਸ਼ ਦੇ ਸਕਦੇ ਕਿ ਬੋਲੀ ਨੂੰ ਤੁਸੀਂ ਖਤਮ ਕਰ ਰਹੇ ਹੋ? ਬੋਲੀ ਤੇ ਬੋਲਚਾਲ ਦਾ ਮਾਧਿਅਮ ਹੈ, ਇੱਥੇ ਸਟੋਰਾਂ 'ਤੇ ਜਾ ਕੇ, ਡਾਕਟਰ ਦੇ ਕੋਲ ਜਾ ਕੇ, ਵਿਦਿਅਕ ਸੰਸਥਾਵਾਂ 'ਤੇ ਜਾ ਕੇ, ਤਾਂ ਉਹਨੂੰ ਇੱਥੋਂ ਦੀ ਭਾਸ਼ਾ ਵਰਤਣੀ ਹੀ ਪੈਣੀ ਹੈ, ਪਰ ਸਾਡੇ ਪਰਿਵਾਰਾਂ ਦੇ ਵਿੱਚੋਂ ਇਹ ਭਾਸ਼ਾ ਖਤਮ ਨਾ ਹੋਵੇ। ਵਿਦੇਸ਼ਾਂ ਦੇ ਵਿੱਚ ਤਾਂ ਇੱਕ ਸਮੱਸਿਆ ਹੋ ਸਕਦੀ ਹੈ, ਮੈਂ ਪੰਜਾਬ ਦੀ ਗੱਲ ਤੁਹਾਡਾ ਸਾਂਝੀ ਕਰਦਾ ਕਿ ਪੰਜਾਬ ਦੇ ਵਿੱਚ ਵੀ ਅਸੀਂ ਬਾਹਰੀ ਭਾਸ਼ਾਵਾਂ ਦੇ ਸ਼ਬਦਾਂ ਦਾ ਇੰਨਾ ਮਲਗੋਭਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬੀ ਦੇ ਮੂਲ ਸ਼ਬਦ ਖਤਮ ਹੁੰਦੇ ਜਾ ਰਹੇ। ਬੋਲੀ ਇੱਕ ਦਿਨ 'ਚ ਖਤਮ ਨਹੀਂ ਹੁੰਦੀ, ਇੱਕ ਲੰਬਾ ਸਮਾਂ ਲੱਗ ਜਾਂਦਾ ਬੋਲੀ ਨੂੰ ਖਤਮ ਹੁੰਦੇ। ਸੋ ਪੰਜਾਬੀ ਭਾਸ਼ਾ ਦੇ ਮੂਲ ਸ਼ਬਦ ਖਤਮ ਹੁੰਦੇ ਜਾ ਰਹੇ ਨੇ। ਮੈਂ ਪੇਸ਼ੇ ਵਜੋਂ ਡਾਕਟਰ ਹਾਂ, ਕਿੰਨੀ ਮਰੀਜ਼ ਆ ਕੇ ਬੱਚੀਆਂ ਦਵਾਈ ਮੰਗਦੀਆਂ ਨੇ, ਡਾਕਟਰ ਸਾਹਿਬ ਬੱਚੇ ਦੇ ਹੈਡ ਤੇ ਹੈਡ ਤੇ ਰੱਖ ਕੇ ਵੇਖੋ ਕਿੰਨਾ ਹੌਟ ਹੈ, ਨਾ ਇਹ ਸਲੀਪ ਦਾ, ਨਾ ਇਹ ਈਟ ਦਾ, ਸਾਰਾ ਦਿਨ ਬੀਤਦਾ ਹੀ ਰਹਿੰਦਾ। ਸੋ ਇਹ ਕਿਹੜੀ ਭਾਸ਼ਾ? ਇਹ ਉਹੀ ਭਾਸ਼ਾ ਹੈ ਜਿਹੜੀ ਕਿਤੇ ਨਾ ਕਿਤੇ ਸਾਡੀ ਮਾਂ ਬੋਲੀ ਨੂੰ ਹੌਲੀ ਹੌਲੀ ਖਤਮ ਕਰਦੀ ਜਾ ਰਹੀ ਹੈ। ਸੋ ਇੱਥੇ ਵੀ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹੋ ਜਿਹੜੇ ਸਾਡੇ ਮਾਧਿਅਮ ਨੇ ਸੋਸ਼ਲ ਮੀਡੀਆ ਦੇ ਰਾਹੀਂ, ਜੇਕਰ ਇਹ ਸਾਡੀ ਮਾਂ ਬੋਲੀ ਦੀ ਸੇਵਾ ਉਹ ਸਾਧੂ ਰੂਪ ਦੇ ਵਿੱਚ ਕਰਨ, ਤਾਂ ਕਿਤੇ ਨਾ ਕਿਤੇ ਕੀ ਉਪਰਾਲੇ ਜਿਹੜੇ ਨੇ ਉਹ ਬੜੇ ਸਾਰਥਕ ਹੋ ਜਾਂਦੇ ਨੇ। ਅਗਲੀ ਗੱਲ ਹੋ ਜਾਂਦੀ ਹੈ ਓਪੀਨੀਅਨ ਮੇਕਿੰਗ, ਜਿਸ ਨੂੰ ਅਸੀਂ ਕਿਵੇਂ ਨਜ਼ਰੀਆ ਦਾ ਧਾਰਨ ਸਮਰੱਥਾ। ਸਭ ਤੋਂ ਵੱਡੀ ਅਹਿਮ ਗੱਲ ਹੁੰਦੀ ਹੈ ਕਿ ਜਿਹੜਾ ਮੀਡੀਆ ਉਹ ਕੌਮ ਦੇ ਵਿੱਚ ਓਪੀਨੀਅਨ ਪੈਦਾ ਕਰਦਾ ਹੈ। ਜੇਕਰ ਅਸੀਂ ਮੀਡੀਆ ਦੇ ਰਾਹੀਂ ਕੌਮ ਦੇ ਵਿੱਚ ਕਿਸੇ ਮੁੱਦੇ ਦੇ ਪ੍ਰਤੀ ਇੱਕ ਸਾਰਥਕ ਓਪੀਨੀਅਨ ਨਹੀਂ ਪੈਦਾ ਕਰ ਸਕੇ, ਤਾਂ ਮੈਂ ਸੋਚਦਾ ਕਿਤੇ ਨਾ ਕਿਤੇ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾ ਸਕਦੇ। ਅੱਜ ਸਾਡੇ ਕੋਲ ਟੀਵੀ, ਸਾਡੇ ਕੋਲ ਚੈਨਲ, ਅਖਬਾਰਾਂ, ਹਰ ਹੱਥ ਦੇ ਵਿੱਚ ਜਾਣਕਾਰੀ ਦਾ ਸਾਧਨ ਸਾਡਾ ਸਮਾਰਟਫੋਨ,
ਸਮਾਰਟਫੋਨ ਦੇ ਕੰਪਿਊਟਰ ਦੀ ਵਰਤੋਂ ਨੂੰ ਦੂਰ ਛੱਡ ਦਿੱਤਾ। ਸਾਰਾ ਗਿਆਨ ਤੁਹਾਡੇ ਹੱਥਾਂ ਦੇ ਵਿੱਚ ਹੈ, ਉਹਦੇ ਬਾਵਜੂਦ ਵੀ ਓਪੀਨੀਅਨ ਮੇਕਿੰਗ ਨਹੀਂ ਹੈ। ਨਜ਼ਰੀਆ ਨਿਰਧਾਰਨ ਸਮਰੱਥਾ ਸਾਡੀ ਕੌਮ ਚੋਂ ਖਤਮ ਹੁੰਦੀ ਜਾ ਰਹੀ ਹੈ, ਉਹਦਾ ਕਾਰਨ ਕੀ ਹੈ? 18ਵੀਂ ਸਦੀ ਦੇ ਵਿੱਚ ਸਾਡੇ ਕੋਲ ਇੰਨੀ ਨਜ਼ਰੀਆ ਨਿਰਧਾਰਨ ਸਮਰੱਥਾ ਕਿਉਂ ਹੈ? ਕਿਉਂਕਿ ਉਸ ਵੇਲੇ ਬੇਸ਼ੱਕ ਜਾਣਕਾਰੀ ਦੇ ਸਾਧਨ ਘੱਟ ਨੇ, ਪਰੰਤੂ ਅਸੀਂ ਆਪਣੇ ਗੁਰੂ ਦੇ ਅਕੀਦੇ ਪ੍ਰਤੀ ਦ੍ਰਿੜ ਹਾਂ। ਅੱਜ ਉਹ ਦ੍ਰਿੜਤਾ ਖਤਮ ਹੁੰਦੀ ਜਾ ਰਹੀ ਹੈ। ਅੱਜ ਜਿਹੜੀ ਸਾਡੀ ਦੌੜ ਹੈ ਉਹ ਮੀਡੀਆ 'ਚ ਕੇਵਲ ਆਪਣਾ ਆਪਾ ਚਮਕਾਉਣ ਹੈ, ਕੇਵਲ ਆਪਾਂ ਆਪਣਾ ਚਮਕਾਉਣ। ਆਪੇ ਹੀ ਆਪਣੇ ਮੀਡੀਆ ਵਿੱਚ ਕੋਈ ਨਾ ਕੋਈ ਖ਼ਬਰ ਪ੍ਰਕਾਸ਼ ਕਰਦੇ ਹਾਂ, ਆਪੇ ਹੀ ਵੱਖ ਵੱਖ ਆਈਡੀਆ ਬਣਾ ਕੇ ਉਸਨੂੰ ਲਾਈਕ ਕਰਦੇ ਹਾਂ, ਆਪੇ ਉਸਦੇ ਕਮੈਂਟਸ ਨੂੰ ਵੇਖ ਕੇ ਖੁਸ਼ ਹੁੰਦੇ ਹਾਂ। ਉਹਦਾ ਕਾਰਨ ਹੁੰਦਾ ਕਿ ਕਿਤੇ ਨਾ ਕਿਤੇ ਆਪੇ ਨੂੰ ਜਲਾਉਣ ਦੀ ਜਿਹੜੀ ਸਾਡੇ ਮਨ ਦੇ ਅੰਦਰ ਪ੍ਰਵਿਰਤੀ ਪੈਦਾ ਹੋ ਚੁੱਕੀ ਹੈ, ਆਪੇ ਨੂੰ ਲੁਕਾਉਣ ਦੀ ਪ੍ਰਵਿਰਤੀ ਪੈਦਾ ਨਹੀਂ ਹੋਈ। ਸੋ ਜਿੰਨਾ ਚਿਰ ਤੱਕ ਇਹ ਮੀਡੀਆ ਜਿਹੜਾ ਹੈ ਉਹ ਨਜ਼ਰੀਆ ਨਿਰਧਾਰਨ ਸਮਰੱਥਾ ਨੂੰ ਜਨਮ ਨਹੀਂ ਦਿੰਦਾ, ਜਿਹਦੇ ਕਿ ਓਪੀਨੀਅਨ ਮੇਕਿੰਗ ਜਿਹੜੀ ਪਾਵਰ ਹੈ, ਜਿਸਨੇ ਇੱਕ ਖਾਸ ਮੁੱਦੇ ਦੇ ਪ੍ਰਤੀ ਆਪਣਾ ਇੱਕ ਨਜ਼ਰੀਆ ਜਿਹੜਾ ਉਹਨੂੰ ਆਪਣੇ ਇੱਕ ਮਜ਼ਰੋਂ ਮਕਸੂਦ ਤੇ ਲੈ ਕੇ ਚਰਮ ਸੀਮਾ ਤੇ ਲੈ ਕੇ ਜਾਣਾ। ਮੀਡੀਆ ਦੀ ਇਹ ਸਭ ਤੋਂ ਵੱਡੀ ਭੂਮਿਕਾ ਬਣ ਜਾਂਦੀ ਹੈ ਕਿ ਉਹ ਮੀਡੀਆ ਜਿਹੜਾ ਉਹ ਕੌਮ ਦਾ ਕਿਸੇ ਵੀ ਪੱਖ ਦੇ ਪ੍ਰਤੀ ਜਿਹੜਾ ਨਜ਼ਰੀਆ ਉਹਨੂੰ ਨਿਰਧਾਰਨ ਕਰੇ। ਅਗਲੀ ਗੱਲ ਆ ਜਾਂਦੀ ਹੈ ਕਿ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਵੀਰ, ਜਿੰਨਾ ਚਿਰ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਵੀਰ ਆਪਣੀਆਂ ਪਾਰਟੀਆਂ ਦੇ ਧੜੇ ਪਾਰਟੀਆਂ ਤੋਂ ਨਿਰਪੱਖ ਨਹੀਂ ਹੋਣਗੇ, ਉਹਨਾਂ ਚਿਰ ਤੱਕ ਉਹ ਕਦੇ ਵੀ ਸਹੀ ਰੂਪ ਵਿੱਚ ਕੌਮ ਦੀ ਤਸਵੀਰ ਪੇਸ਼ ਨਹੀਂ ਕਰ ਸਕਦੇ। ਮੀਡੀਆ ਦਾ ਕਿਸੇ ਵੀ ਪ੍ਰੋਗਰਾਮ ਨੂੰ ਪ੍ਰਜੈਂਟ ਕਰਨ ਵਾਲਾ ਪ੍ਰਜੈਂਟਰ ਨਿੱਜੀ ਤੌਰ ਤੇ ਕਿਸੇ ਵੀ ਪਾਰਟੀ ਦਾ, ਕਿਸੇ ਵੀ ਧੜੇ ਦਾ, ਕਿਸੇ ਵੀ ਗਰੁੱਪ ਦਾ ਮੈਂਬਰ ਹੋਵੇ, ਪਰ ਜਦੋਂ ਉਹਦੇ ਹੱਥ ਦੇ ਵਿੱਚ ਰੇਡੀਓ ਦਾ ਮਾਈਕਰੋਫੋਨ ਹੋਵੇ ਉਹ ਧੜੇਬੰਦੀ ਤੋਂ ਮੁਕਤ ਹੋਣਾ ਚਾਹੀਦਾ। ਜੇਕਰ ਸਾਡੀ ਧੜੇਬੰਦੀ ਮੀਡੀਆ ਦੇ ਵਿੱਚ ਵੀ ਸਾਹਮਣੇ ਆਵੇਗੀ ਤਾਂ ਉਹਨਾਂ ਨੁਕਸਾਨ ਧਰਾਤਲ ਦੇ ਪੱਧਰ ਤੇ ਕੰਮ ਕਰ ਰਹੇ ਲੋਕ ਨਹੀਂ ਕਰਦੇ ਜਿੰਨਾ ਮੀਡੀਆ ਨੁਕਸਾਨ ਤੇ ਸਾਬਤ ਹੋ ਜਾਂਦਾ ਜਦੋਂ ਮੀਡੀਆ 'ਚ ਸਾਡੀ ਆਪਾ ਧਾਰਮੀ ਪਾਟੋ ਧਾਰ ਤੇ ਆਪਸੀ ਮਤਭੇਦ ਜਿਹੜੇ ਨੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਇਹੋ ਜਿਹੀਆਂ ਗੱਲਾਂ ਨੇ ਕਿ ਜਿਹਦੇ 'ਚ ਮੀਡੀਆ ਦੀ ਨਜ਼ਰੀਆ ਨਿਰਧਾਰਨ ਸਮਰੱਥਾ ਕੀ ਹੋਵੇ, ਇਹਦਾ ਕ੍ਰਿਟੀਕਲ ਤੇ ਕੰਸਟਰਕਟਿਵ ਅਨਾਲਿਸਿਸ ਕਿਵੇਂ ਕੀਤਾ ਜਾਵੇ, ਇਹ ਕੌਮ ਦੀ ਜਿਹੜੀ ਭਵਿੱਖ ਦੀ ਪੀੜ੍ਹੀ ਹੈ ਉਹਦੇ ਸਾਹਮਣੇ ਇੱਕ ਮਿਸਾਲ ਕਿਵੇਂ ਪੈਦਾ ਕਰ ਸਕੇ। ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਕਰਦਾ। 18ਵੀਂ ਸਦੀ ਦੇ ਵਿੱਚ ਜਿਸ ਵੇਲੇ ਜ਼ਕਰੀਆ ਖਾਨ ਸਿੱਖਾਂ ਨੂੰ ਨਵਾਬੀ ਪੇਸ਼ ਕਰਦਾ ਹੈ ਤੇ ਜੇ ਉਹ ਨਵਾਬੀ ਦਰਬਾਰਾ ਸਿੰਘ ਦੇ ਕੋਲ ਜਾਂਦੀ ਹੈ ਤਾਂ ਉਹਨਾਂ ਦਾ ਜਿਹੜਾ ਓਪੀਨੀਅਨ ਹੈ ਉਹ ਕੀ ਹੈ? ਉਹ ਕਹਿੰਦੇ ਨੇ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇੱਕ ਦੂਜਾ ਅਨੁਰੂਪਾ ਵਾ, ਸਾਨੂੰ ਨਵਾਬੀ ਦੀ ਲੋੜ ਨਹੀਂ, ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ। ਉਹੀ ਨਵਾਬੀ ਪੰਜ ਪਿਆਰਿਆਂ ਦੇ ਕੋਲ ਚਲਦੀ ਹੈ ਜਿਸ 'ਚ ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਕਰਮ ਸਿੰਘ ਸ਼ਹੀਦ, ਇਸ ਤੋਂ ਇਲਾਵਾ ਸਰਦਾਰ ਜੱਸਾ ਸਿੰਘ ਬੈਠੇ ਨੇ, ਇਸ ਤੋਂ ਇਲਾਵਾ ਸਰਦਾਰ ਹਰੀ ਸਿੰਘ ਨੇ ਤੇ ਸਰਦਾਰ ਬੁੱਢਾ ਸਿੰਘ ਨੇ, ਇਹ ਪੰਜ ਬੈਠੇ ਨੇ ਜਥੇਦਾਰ। ਜਦੋਂ ਉਹਨਾਂ ਦੇ ਕੋਲ ਜਾਂਦੀ ਹੈ ਤੇ ਉਹ ਕਹਿੰਦੇ ਨੇ ਪਾਤਸ਼ਾਹੀ ਛੱਡ ਕੇ ਮਲੇਹੇ ਨਵਾਬੀ ਇੱਕ ਉੱਤੇ ਕੇਵਲ ਕਰੇ ਖਰਾਬੀ, ਆਪਸ 'ਚ ਕੋਈ ਸਲਾਹ ਨਹੀਂ। ਜਰਨੈਲ ਵੀ ਕਹਿ ਰਹੇ ਨਵਾਬੀ ਦੀ ਲੋੜ ਨਹੀਂ, ਪੰਜ ਪਿਆਰੇ ਵੀ ਕਹਿ ਰਹੇ ਨੇ ਨਵਾਬੀ ਦੀ ਲੋੜ ਨਹੀਂ। ਜਦੋਂ ਸੰਗਤ ਨੂੰ ਪੁੱਛਿਆ ਜਾਂਦਾ ਤੇ ਨਵਾਬ ਕਪੂਰ ਸਿੰਘ ਬਾਅਦ 'ਚ ਨਵਾਬ ਬਣਦਾ, ਸਿੱਖ ਦੇ ਰੂਪ 'ਚ ਕਹਿੰਦਾ ਹਮਕੋ ਲੋੜ ਨਵਾਬੀ ਦਾ ਨਹੀਂ, ਹਮਕੋ ਪਾਤਸ਼ਾਹੀ ਨਾ ਲਿਖ ਦੇ। ਹੁਣ ਸੰਗਤ ਦੇ ਵਿੱਚ, ਜਥੇਦਾਰਾਂ ਦੇ ਵਿੱਚ, ਪੰਜ ਪਿਆਰਿਆਂ ਵਿੱਚ ਇੱਕ ਨਜ਼ਰੀਆ ਕਿਉਂ ਹੈ? ਕਿਉਂਕਿ ਕੇਵਲ ਇੱਕ ਨਾਲ ਜੁੜੇ ਹੋਏ। ਜਿੰਨਾ ਚਿਰ ਤੱਕ ਅਸੀਂ ਇੱਕ ਨਾਲ ਨਹੀਂ ਜੁੜਦੇ ਉਹਨਾਂ ਚਿਰ ਸਾਡੇ ਵਿੱਚ ਕੋਈ ਨਜ਼ਰੀਆ ਨਿਰਧਾਰਨ ਸਮਰੱਥਾ ਜਿਹੜੀ ਕੋਈ ਜਨਮ ਨਹੀਂ ਲਵੇਗੀ। ਤੇ ਅੱਜ ਸਾਡੀ ਦੁਬਿਧਾ ਦਾ ਕਾਰਨ ਇਹੀ ਹੈ ਕਿ ਸਾਡੇ ਜਿਹੜੇ ਇਹ ਸੋਸ਼ਲ ਮਾਧਿਅਮ ਨੇ ਜਿਹਨੂੰ ਅਸੀਂ ਸਮਾਜਿਕ ਮੀਡੀਆ ਕਹਿੰਦੇ ਹਾਂ, ਇਹ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਇਹ ਜੋੜਨ ਦੀ ਜਗ੍ਹਾ ਤੇ ਸਾਡਾ ਤੋੜਨ ਦਾ ਕਾਰਨ ਬਣਦਾ ਜਾ ਰਿਹਾ ਵੱਖ ਵੱਖ ਗਰੁੱਪਾਂ ਦੇ ਰੂਪ ਵਿੱਚ। ਅਸੀਂ ਇਸ ਮਾਧਿਅਮ ਦੇ ਉੱਪਰ ਆ ਕੇ ਆਪਣੀ ਧੜੇਬੰਦੀ ਨੂੰ ਘਬਾਰਨਾ ਸ਼ੁਰੂ ਕਰ ਦਿੱਤਾ ਹੈ। ਜਿੰਨਾ ਚਿਰ ਤੱਕ ਅਸੀਂ ਇਸ ਮਾਧਿਅਮ ਨੂੰ ਸੱਚੇ ਰੂਪ ਵਿੱਚ ਕੌਮੀ ਏਕਤਾ ਦੇ ਵਾਸਤੇ ਨਹੀਂ ਵਰਤਦੇ ਉਹਨਾਂ ਚਿਰ ਤੱਕ ਇਸ ਦੇ ਸਾਰਥਕ ਸਿੱਟੇ ਸਾਡੇ ਸਾਹਮਣੇ ਨਹੀਂ ਆ ਸਕਦੇ। ਸੋ ਇਹਨਾਂ ਦਾ ਵਾਇਸ ਆਫ ਖਾਲਸਾ ਵਾਲੇ ਵੀਰਾਂ ਦਾ ਇਹ ਉਪਰਾਲਾ ਬਹੁਤ ਵੱਡਾ ਹੈ ਕਿ ਹਰ ਪਾਰਟੀ, ਹਰ ਜਥੇਬੰਦੀ ਦੇ ਹਰ ਨੁਮਾਇੰਦੇ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਵਕਤ ਦਿੰਦੇ ਨੇ। ਮੈਂ ਅੱਗੇ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਦੋ ਚੀਜ਼ਾਂ ਦੀ ਫੌਰੀ ਲੋੜ ਹੈ, ਉਸ ਨੂੰ ਚਾਹੇ ਆਪਣਾ ਆਲੋਚਨਾਤਮਕ ਅਧਿਐਨ ਸਮਝ ਲਿਓ ਜਾਂ ਮੇਰਾ ਸੁਝਾਅ ਸਮਝ ਲਿਓ। ਪਹਿਲੀ ਗੱਲ ਤੇ ਜਿੰਨੇ ਵੀ ਵੀਰ ਪ੍ਰੋਗਰਾਮ ਪ੍ਰਜੈਂਟ ਕਰਦੇ ਨੇ ਉਹਨਾਂ ਦੇ ਵਾਸਤੇ ਇੱਕ ਰਿਫਰੈਸ਼ਿੰਗ ਕੋਰਸ ਦੀ ਜ਼ਰੂਰ ਲੋੜ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਮੀਡੀਆ ਵਿੱਚ ਆ ਕੇ, ਤੁਸੀਂ ਬੀਬੀਸੀ ਨੂੰ ਵੇਖੋ, ਵਾਇਸ ਆਫ ਅਮੈਰੀਕਾ ਨੂੰ ਵੇਖੋ, ਮੈਂ ਦਾ ਹਿੰਦੂ ਦੀ ਗੱਲ ਕੀਤੀ ਸੀ, ਉਹਨਾਂ ਦੇ ਓਪੀਨੀਅਨ ਵੇਖੋ। ਬਹੁਤ ਜ਼ਰੂਰੀ ਹੈ ਕਿ ਸਾਡੀ ਜਾਣਕਾਰੀ ਦਾ ਪੱਧਰ ਬਹੁਤ ਉੱਚਾ ਹੋਵੇ। ਦੂਜੀ ਗੱਲ ਹੈ ਕਿ ਜਿਹੜੇ ਵੀ ਕੌਮ ਦੇ ਮੁੱਦੇ ਦੇ ਉੱਪਰ ਗੱਲ ਕੀਤੀ ਜਾਵੇ ਗੁਰਮਤ ਨਜ਼ਰੀਏ ਤੇ ਆਪਣੀ ਕੌਮੀ ਮਰਿਆਦਾ ਦੇ ਵਿੱਚੋਂ ਵੀ ਵਧਾ ਕੇ ਵੇਖਿਆ ਜਾਵੇ ਕਿ ਅਸੀਂ ਉਹਦਾ ਐਨਾਲਾਈਜ਼ ਕਿਵੇਂ ਕਰ ਰਹੇ ਹਾਂ, ਕਿਤੇ ਇਹ ਮੁੱਦਾ ਕੌਮ ਵਿੱਚ ਫੁੱਟ ਪਾਉਣ ਦਾ ਕਾਰਨ ਤਾਂ ਨਹੀਂ ਬਣ ਰਿਹਾ। ਸੋ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਇਹ ਸੋਸ਼ਲ ਮਾਧਿਅਮ ਨੂੰ ਕੌਮ ਦੇ ਉਸਾਰੂ ਸੁਚਾਰੂ ਭਵਿੱਖ ਦੇ ਵਾਸਤੇ ਵਰਤਣ ਦੀ ਲੋੜ ਹੈ, ਨਾ ਕਿ ਅਸੀਂ ਇਸ ਨੂੰ ਧੜੇਬੰਦੀ ਦਾ ਕਾਰਨ ਬਣ ਦਈਏ। ਸੋ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਇਸ ਕੌਮੀ ਮਾਧਿਅਮ ਦੇ ਰਾਹੀਂ
ਕੌਮ ਦੀ ਏਕਤਾ ਦੇ ਵਾਸਤੇ ਸਮੁੱਚੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲੈ ਕੇ ਉਹਨਾਂ ਨੂੰ ਵਕਤ ਦੇ ਕੇ ਉਹਨਾਂ ਦੇ ਵਿਚਾਰ ਲੈ ਕੇ ਇਸ ਪੱਧਰ ਦੇ ਉੱਪਰ ਪਹੁੰਚਾ ਸਕੀਏ ਕਿ ਅਸੀਂ ਸਾਰੀ ਕੌਮ ਨੂੰ ਏਕਤਾ ਦੇ ਸੂਤਰ ਵਿੱਚ ਪਰੋਣਾ ਹੈ ਤੇ ਆਪਣੇ ਛੋਟੇ ਛੋਟੇ ਜਿਹੜੇ ਮਤ ਭੇਦ ਨੇ ਉਹਨਾਂ ਨੂੰ ਭੁਲਾ ਕੇ ਅਸੀਂ ਇੱਕ ਨਵੀਂ ਕਰੋਈ ਤੇ ਚੰਗੀ ਕੌਮੀ ਭਵਿੱਖ ਦੀ ਘਾੜ ਦਾ ਜਿਹੜਾ ਸੁਪਨਾ ਉਹ ਵੇਖ ਸਕੀਏ। ਸੋ ਇਹਨੀਆਂ ਬੇਨਤੀਆਂ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੌਮ ਦੇ ਮਹਾਨ ਵਿਦਵਾਨ ਸੁਖਪ੍ਰੀਤ ਸਿੰਘ ਜੀ ਉਦੋਂ ਕੇ। ਸੋ ਦੋ ਤਿੰਨ ਬੇਨਤੀਆਂ ਨੇ, ਫਿਰ ਇੱਕ ਤਾਂ ਇਹ ਆ ਵੀ ਤੁਸੀਂ ਦੇਰ ਤੱਕ ਬੈਠੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ, ਔਰ ਇੰਨਾ ਸਾਥ ਔਰ ਇੰਨਾ ਪਿਆਰ ਦਿੱਤਾ, ਪ੍ਰਸ਼ਾਦਾ ਤਿਆਰ ਆ। ਜਿਹੜੇ ਦੂਰ ਤੋਂ ਵੀਰ ਪੈਨਸਲਵੇਨੀਆ 188 ਤੋਂ ਆਏ ਨੇ, ਵੀਰ ਹਰਜਿੰਦਰ ਸਿੰਘ ਜੀ ਹੋਣੀ, ਇਹਨਾਂ ਦਾ ਮੈਂ ਧੰਨਵਾਦ, ਜਿਹਨਾਂ ਨੇ 2 ਘੰਟੇ ਦੀ 3 ਘੰਟੇ ਦੀ ਹੁਣ ਡਰਾਈਵ ਕਰਕੇ ਵੀ ਜਾਣਾ, 12-1-2 ਵੱਜ ਜਾਣੇ ਆ ਸੁਣਦਿਆਂ ਨੂੰ। ਸੋ ਮੈਂ ਦਿਲ ਦੀਆਂ ਗਹਿਰਾਈਆਂ ਨੂੰ ਧੰਨਵਾਦ ਕਰਦਾ। ਹੁਣ ਮੈਂ ਬੀਬੀ ਦਲਜੀਤ ਕੌਰ ਨੂੰ, ਸਿਮਰਜੀਤ ਸਿੰਘ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਕਿ ਸੁਖਪ੍ਰੀਤ ਸਿੰਘ ਜੀ ਉਦੋਂ ਮੈਨੂੰ ਉਹ ਸਨਮਾਨਿਤ ਕਰਨਾ ਆਪਾਂ, ਤੇ ਤੁਸੀਂ ਸਟੇਜ ਤੇ ਆਓ, ਤੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਪ੍ਰਸ਼ਾਦਾ ਤਿਆਰ ਆ ਤੇ ਆਪਾਂ ਪ੍ਰਸ਼ਾਦਾ ਛਕੀਏ। ਤੇ ਦੂਸਰੀ ਗੱਲ ਆ, ਅਸੀਂ ਸੀੜੀਆਂ ਜਿਹਨਾਂ ਨੂੰ ਨਹੀਂ ਮਿਲੀਆਂ ਜਾਂ ਦੇ ਸਕੇ, ਅਸੀਂ ਉਹ ਦੁਆਰਾ ਟੇਬਲਾਂ ਤੇ ਆਪਾਂ ਦੁਆਰਾ ਪਹੁੰਚ ਕਰਕੇ ਦਿੰਦੇ ਹਾਂ ਤੁਹਾਨੂੰ। ਤੇ ਇਹ ਇੱਕ ਫਾਰਮ ਹੈ, ਜਿਹੜੇ ਵੀ ਵੀਰ ਭੈਣ ਨੇ ਇੰਡੀਵਿਜੁਅਲ ਤੌਰ ਤੇ ਅਸੀਂ ਛਪਾਏ ਹੋਏ ਆ, ਕਾਫੀ ਫਾਰਮ ਅਸੀਂ ਟੇਬਲ ਤੇ ਪਹੁੰਚਦੇ ਵੀ ਕਰ ਦਿੰਦੇ ਹਾਂ, ਚਾਹੇ 10 ਡਾਲਰ ਮਹੀਨੇ ਦੇ, ਜਾਂ 5 ਡਾਲਰ ਮਹੀਨੇ ਦੇ, ਜਾਂ 2 ਡਾਲਰ ਮਹੀਨੇ ਦੇ। ਇਹ ਜ਼ਰੂਰ ਕਮਿਟਮੈਂਟ ਕਰੋ ਤਾਂ ਕਿ ਅਸੀਂ ਕ੍ਰੈਡਿਟ ਕਾਰਡ ਚੋਂ ਜਾਂ ਤੁਹਾਡੇ ਡੈਬਿਟ ਕਾਰਡ ਚੋਂ ਜਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਅਸੀਂ ਆਟੋਮੈਟਿਕਲੀ ਉਹਨੂੰ ਵਿਦਡਰਾਅ ਕਰ ਸਕੀਏ, ਜਿਹਦੇ ਨਾਲ ਕਿ ਸਾਨੂੰ ਜੇ ਮੰਥਲੀ ਬਜਟ ਦਾ ਪਤਾ ਹੋਏਗਾ ਕਿ ਇੰਨੇ ਕੁ ਵੀਰਾਂ ਨੇ ਕਮਿਟਮੈਂਟ ਕੀਤੀ ਆ, ਅਤੇ ਉਹ ਸਾਨੂੰ ਕੰਮ ਕਾਰ ਦੇ ਵਿੱਚ ਥੋੜ੍ਹੀ ਮੁਸ਼ਕਲ ਜਿਹੜੀ ਆਉਂਦੀ ਆ ਉਹਨੂੰ ਅਸੀਂ ਹੱਲ ਵੀ ਕਰ ਸਕਦੇ ਹਾਂ। ਸੋ ਸਾਰਿਆਂ ਨੂੰ ਬੇਨਤੀ ਆ, ਅਸੀਂ ਤੁਹਾਨੂੰ ਸਾਰਿਆਂ ਨੂੰ ਦੇ ਦਿੰਦੇ ਹਾਂ, ਪਰ ਪੜ੍ਹ ਕੇ ਜਿਹੜੇ ਵੀ ਸਮਝਦੇ ਨੇ 5 ਡਾਲਰ 10 ਡਾਲਰ 20 ਡਾਲਰ ਜਿੰਨੇ ਵੀ ਤੁਸੀਂ ਮੁਨਾਸਬ ਸਮਝਦੇ ਹੋ, ਮੰਥਲੀ ਜ਼ਰੂਰ ਕਮਿਟਮੈਂਟ ਕਰੋ। ਹੁਣ ਮੈਂ ਬੇਨਤੀ ਕਰਦਾ ਸੁਖਪ੍ਰੀਤ ਸਿੰਘ ਜੀ ਉਦੋਂਗੇ, ਅਤੇ ਬੀਬੀ ਦਲੀਪ ਕੌਰ ਜੀ, ਸਿੰਘ ਸਾਹਿਬ ਅਤੇ ਉਹਨਾਂ ਦਾ ਪਰਿਵਾਰ ਜ਼ਰੂਰ ਸਟੇਜ 'ਤੇ ਆਓ ਤਾਂ ਕਿ ਆਪਾਂ ਉਦੋਂ ਸਾਨੂੰ ਸਨਮਾਨਿਤ ਕਰ ਸਕੀਏ। ਔਰ ਸਾਡੀ ਟੀਮ ਰੇਡੀਓ ਵਾਇਸ ਆਫ ਖਾਲਸਾ ਦੀ ਕੁਲਵਿੰਦਰ ਸਿੰਘ ਤੇਜੀ ਅਜੇ ਮੇਰੀ ਆਵਾਜ਼ ਸੁਣਦੇ ਆ, ਤੁਸੀਂ ਵੀ ਆਓ ਸਾਡੀ ਸਾਰੀ ਟੀਮ, ਤਾਂ ਕਿ ਸਾਡੀ ਟੀਮ ਦੇ ਬਾਰੇ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਕਿਹੜੇ ਕੰਮ ਕਰਦੇ ਨੇ ਔਰ ਕਿਹੜੇ ਕਿਹੜੇ ਇੱਥੇ ਅਵੇਲੇਬਲ ਨੇ। ਅੱਜ ਜਸਵੀਰ ਸਿੰਘ ਦੀ ਗੱਲ ਆ, ਅਤੇ ਜਸਵੀਰ ਸਿੰਘ ਜੀ ਮੁੱਖ ਸੇਵਾਦਾਰ ਰੇਡੀਓ ਵਾਇਸ ਆਫ ਖਾਲਸਾ ਦੇ ਜਿਹੜੇ ਫਾਊਂਡਰ ਨੇ, ਆਓ ਸਟੇਜ ਦੇ ਉੱਤੇ। ਨਾਲ ਹੀ ਜਿਹੜਾ ਫਾਰਮ ਇਹ ਹੈਗਾ, ਇਹ ਵੀ ਤੁਸੀਂ ਯਾਨੀ ਮੰਥਲੀ ਜਾਂ ਕੁਆਟਰਲੀ ਜਾਂ ਈਅਰਲੀ ਜਾਂ ਵੀਕਲੀ, ਵਟਐਵਰ ਜਿੱਦਾਂ ਕੰਫਰਟੇਬਲ ਫੀਲ ਕਰਦੇ ਹੋ, ਇਹ ਜ਼ਰੂਰ ਕਮਿਟਮੈਂਟ ਕਰੋ, ਭਾਵੇਂ 1 ਡਾਲਰ ਦੀ ਕਰੋ, ਪਰ ਜ਼ਰੂਰ ਕਰੋ ਤਾਂ ਕਿ ਸਾਨੂੰ ਜਿਹੜਾ ਉਹ ਜਿਹੜਾ ਡੈਡੀਕੇਸ਼ਨ ਤੁਹਾਡੀ ਜਿਹੜੀ ਰੈਗੂਲਰ ਸਹਿਯੋਗ ਆ ਹਰ ਰੋਜ਼ ਦਾ, ਹਰ ਮਹੀਨੇ ਦਾ, ਹਰ ਵੀਕ ਦਾ, ਹਰ ਕੁਆਟਰ ਦਾ, ਉਹ ਮਿਲ ਸਕੇ। ਉਹਦੇ ਨਾਲ ਸਾਨੂੰ ਕੰਮ ਕਰਨਾ ਸੌਖਾ ਹੋ ਜਾਂਦਾ, ਸਾਡੇ ਜਿਹੜੇ ਪਲਾਨ ਤਲੀਕੇ ਹੁੰਦੇ ਆ ਉਹ ਸੌਖੇ ਹੋ ਜਾਂਦੇ ਹੈਗੇ ਆ। ਸਾਰਿਆਂ ਨੂੰ ਬੇਨਤੀ ਆ ਕਿ ਪ੍ਰਸ਼ਾਦਾ ਵੀ ਛਕੋ, ਤੇ ਪਰ ਉਹ ਜਿਹੜੇ ਸੱਜਣ ਬੈਠੇ ਆ ਉਹ ਵਿਹਲੇ ਬਹਿ ਗਏ ਆ, ਉਹਨਾਂ ਨੂੰ ਜ਼ਰੂਰ ਆਪਣਾ ਜਿਹੜਾ ਨਾਮ ਪਤਾ ਅਤੇ ਆਪਣੀ ਜਿਹੜੀ ਸੇਵਾ ਉਹ ਜ਼ਰੂਰ ਦਿਖਾਓ। ਔਰ ਜਿਵੇਂ ਆਹ ਅੱਜ ਹਾਲ ਕੀਤਾ ਹੈਗਾ ਮੰਮੀ ਨੇ ਅਮਰ ਸਿੰਘ ਬੈਰ ਹਾਓ, ਪਰ ਜਿਹੜੀ ਆਵਾਜ਼ ਉੱਧਰੋਂ ਆ ਰਹੀ ਹੈਗੀ ਆ, ਜੇ ਸਾਡੇ ਕੋਲ ਫੰਡ ਹੋਣ ਤੇ ਆਪਾਂ ਵਧੀਆ ਜਗ੍ਹਾ ਤੇ ਵੀ ਇਹਨੂੰ ਆਰਗਨਾਈਜ਼ ਕਰ ਸਕਦੇ ਹੈਗੇ, ਜਾਂ ਆਸਾਨ ਤਰੀਕੇ ਦੇ ਨਾਲ ਭਾਵੇਂ ਕਿਸੇ ਹੋਰ ਜਗ੍ਹਾ ਤੇ ਹੋਵੇ ਜਿੱਥੇ ਅਸੀਂ ਆਪਣੀ ਗੱਲ ਵਧੀਆ ਤਰੀਕੇ ਨਾਲ ਦੱਸ ਸਕਦੇ ਹੋਈਏ। ਸੋ ਅਸੀਂ ਜਿੰਨੇ ਵੀ ਕੰਮ ਕਰਦੇ ਹਾਂ ਉਹਨਾਂ ਦੇ ਵਿੱਚ ਮੁਸ਼ਕਲਾਂ ਖਾਸ ਕਰਕੇ ਜ਼ਿਆਦਾ ਆਉਂਦੀਆਂ, ਕਿਉਂਕਿ ਕਈ ਵਾਰੀ ਤੁਹਾਡੇ ਕੋਲ ਅਫੋਰਡੇਬਿਲਟੀ ਨਾ ਹੋਣ ਕਰਕੇ ਤੁਸੀਂ ਜਗ੍ਹਾ ਜਿਹੜੀ ਆ ਉਹ ਜਿੱਦਾਂ ਦੀ ਤੁਹਾਨੂੰ ਮਿਲਦੀ ਹੈਗੀ ਤੁਸੀਂ ਚੂਜ਼ ਕਰ ਲੈਂਦੇ ਆ, ਜਿਹੜਾ ਵੀ ਦਿਨ ਮਿਲਦਾ ਤੁਸੀਂ ਚੂਜ਼ ਕਰ ਲੈਂਦੇ ਹੈਗੇ। ਡੈਫੀਨੇਟਲੀ ਪੈਸਾ ਭਾਵੇਂ ਕੰਮ ਦਾ ਹੈਗਾ, ਪਰ ਫਿਰ ਵੀ ਜਦੋਂ ਕੋਈ ਗੱਲ ਕਰਦੇ ਹਾਂ ਫਿਰ ਗੱਲ ਤਾਂ ਸਮਝਾਉਣੀ ਚਾਹੀਦੀ ਹੈ ਕਿਸੇ ਦੀ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ ਆਪਾਂ ਕਿ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਹੜਾ ਆਪਾਂ ਸਿਰੇ ਲਾਉਣਾ ਹੈਗਾ। ਸੋ ਤੁਸੀਂ ਸਾਰੇ ਆਏ, ਸਾਰਿਆਂ ਦਾ ਧੰਨਵਾਦ ਆ।
और एक गल मैं होर ऐड कर दिया कि असी जे तुसी साडा रिव्यू करोगे असी कहो जिहा प्रोग्राम करदे रहेंगे कि जिहड़ा साडे चरण दा नहीं सिर विकास सी उहनां नूं भी ओपन एक खुला सदन दिंदे हैगे कि तुसी आओ साडे नाल विचार करो इथों रैकॉर्ड शायद एक टेबली है सब्सक्राइब कर रहे हैं ਰੇਡੀਓ ਵਾਇਸ ਆਫ ਖਾਲਸਾ ਵੱਲੋਂ ਅੱਜ ਆਪਣੇ ਫੰਡ ਰੇਜ਼ਿੰਗ ਡਿਨਰ ਦੇ ਦੌਰਾਨ ਸਿੱਖਾਂ ਦੇ ਦਿੱਲੀ ਦੇ ਵਿੱਚ ਹੋਈ ਨਸਲਕੁਸ਼ੀ ਜਾਂ ਜਿਸ ਨੂੰ ਅਸੀਂ ਕਤਲੇਆਮ ਵੀ ਕਹਿੰਦੇ ਹਾਂ ਉਸ ਦੇ ਬਾਰੇ ਜਿਹੜੀ ਆਡੀਓ DVD ਰਿਲੀਜ਼ ਕੀਤੀ ਗਈ ਹੈ ਜਿਸ ਦਾ ਨਾਮ ਹੈ ਕਿ ਵੀ ਰਿਮੈਂਬਰ ਸਿੱਖ ਜੀਨੋਸਾਈਡ ਉਸ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਿਵੇਂ ਹੋਈ ਕਿਸ ਤਰ੍ਹਾਂ ਦੇ ਨਾਲ ਭਾਰਤੀ ਹਕੂਮਤ ਨੇ ਉਹਦੇ 'ਚ ਆਪਣੀ ਭੂਮਿਕਾ ਨਿਭਾਈ ਔਰ ਕਿਸ ਤਰ੍ਹਾਂ ਦੇ ਨਾਲ ਇੱਕ ਦੇਸ਼ ਨੂੰ ਆਪਣੀਆਂ 80% ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਉਣ ਵਾਲੀ ਕੌਮ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਪਰ ਕੋਹ ਕੋਹ ਕੇ ਖਤਮ ਕੀਤਾ ਗਿਆ ਆਪਣੇ ਆਪ ਵਿੱਚ ਜਦੋਂ ਅਸੀਂ ਇਸ ਬੜੇ ਹੀ ਸੰਜੀਦਾ ਵਿਸ਼ੇ ਦਾ ਅਧਿਐਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਪੱਖ ਜਿਹੜੇ ਆਉਂਦੇ ਨੇ ਅਤੇ ਉਹਨਾਂ ਪੱਖਾਂ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮਲਟੀ ਡਿਮੈਂਸ਼ਨਲ ਐਨਾਲਿਸਿਸ ਜਿਹੜਾ ਬਹੁ ਦਿਸ਼ਾਵੀ ਚਿੰਤਨ ਜਿਹੜਾ ਉਹ ਇਸ DVD ਦੇ ਵਿੱਚ ਕੀਤਾ ਹੋਇਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਕਤਲੇਆਮ ਵਾਪਰਿਆ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਔਰ ਉਹਦੇ ਤੋਂ ਬਾਅਦ ਵੀ ਖਾਸ ਕਰਕੇ ਜਿਹੜੇ ਇਹਦੇ 'ਚ ਅਹਿਮ ਤੱਥ ਨੇ ਕਿ ਇਹਦੇ ਵਿੱਚ ਉਹ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਕਤਲੇਆਮ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਿਆ ਉਹ ਵਿਧਵਾ ਹੋ ਚੁੱਕੀਆਂ ਸਾਡੀਆਂ ਸਿੱਖ ਬੀਬੀਆਂ ਨੇ ਜਿਨ੍ਹਾਂ ਨੇ ਟਾਇਰ ਗਲਾਂ ਦੇ ਵਿੱਚ ਪਾ ਕੇ ਆਪਣੇ ਪਤੀਆਂ ਨੂੰ ਸੜਦੇ ਹੋਏ ਵੇਖਿਆ ਉਹ ਸਾਡੀਆਂ ਵਿਧਵਾ ਬੀਬੀਆਂ ਨੇ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਟੁਕੜੇ ਟੁਕੜੇ ਹੋ ਕੇ ਉਸ ਜਗ੍ਹਾ ਦੇ ਉੱਪਰ ਕਤਲ ਹੁੰਦੇ ਵੇਖਿਆ ਸੋ ਜਿੱਥੇ ਆਪਣੇ ਆਪ ਦੇ ਵਿੱਚ ਮੈਂ ਕਹਿ ਸਕਦਾ ਕਿ ਇਸ ਸਦੀ ਦੇ ਵਾਪਰੇ ਇਸ ਬੜੇ ਭਿਆਨਕ ਨਸਲਕੁਸ਼ੀ ਦਾ ਇੱਕ ਅਹਿਮ ਦਸਤਾਵੇਜ਼ ਹੈ ਜਿਹਦੇ ਵਿੱਚ ਇਹ ਸਾਰਾ ਘਟਨਾਕ੍ਰਮ ਕਿਵੇਂ ਹੋਇਆ ਉਸ ਦੇ ਚਸ਼ਮਦੀਦ ਗਵਾਹ ਨੇ ਉੱਥੇ ਨਾਲ ਨਾਲ ਹੀ ਜੇਕਰ ਇਸ ਦਾ ਇੱਕ ਕਾਨੂੰਨੀ ਪੱਖ ਵੇਖਿਆ ਜਾਵੇ ਜਿਸ ਨੂੰ ਅਸੀਂ ਜੁਡੀਸ਼ਰੀ ਦਾ ਐਨਾਲਿਸਿਸ ਕਹਿੰਦੇ ਹਾਂ ਤਾਂ ਕਾਨੂੰਨੀ ਪੱਖ ਦੇ ਉੱਪਰ ਇਹ ਇੱਕ ਬਹੁਤ ਵੱਡਾ ਡਾਕੂਮੈਂਟ ਇਸ ਕਰਕੇ ਬਣ ਜਾਂਦਾ ਹੈ ਕਿ ਇਹਦੇ ਵਿੱਚ ਕਿੰਨਾ ਕਤਲੇਆਮ ਹੋਇਆ ਕਿਸ ਤਰ੍ਹਾਂ ਜਿਹੜੇ ਦੋਸ਼ੀ ਸੀ ਉਹਨਾਂ ਵੱਲੋਂ ਸਟੇਟ ਨੇ ਮਦਦ ਕੀਤੀ ਉਹਨਾਂ ਨੂੰ ਦੋਸ਼ ਮੁਕੱਦੇ ਕਰਨ ਦੇ ਵਾਸਤੇ ਜਾਂ ਫਿਰ ਉਹਨਾਂ ਦੀਆਂ ਸਜ਼ਾਵਾਂ ਘੱਟ ਕਰਨ ਦੇ ਵਾਸਤੇ ਜਾਂ ਸਜ਼ਾਵਾਂ ਤੋਂ ਬਚਾਉਣ ਦੇ ਵਾਸਤੇ ਕਿੰਨਾ ਪੱਖਪਾਤੀ ਹਕੂਮਤ ਵੱਲੋਂ ਜਿਹੜਾ ਰਵੱਈਆ ਸੀਗਾ ਨਿਆਂਪਾਲਕਾਂ ਦੇ ਰਾਹੀਂ ਜਿਹੜਾ ਸੀਗਾ ਉਹ ਵਰਤਾਇਆ ਗਿਆ ਸੋ ਸਮੁੱਚੇ ਇਸ ਵਰਤਾਰੇ ਦੀ ਜਾਂਚ ਜਿਸ ਨੂੰ ਅਸੀਂ ਸਿੱਖ ਨਸਲਕੁਸ਼ੀ ਦੇ ਨਾਂ ਦੇ ਨਾਲ ਆਪਣੇ ਇਤਿਹਾਸ ਦੇ ਵਿੱਚ ਦਰਜ ਕੀਤਾ ਹੈ ਇਸ ਸਾਰੇ ਵਰਤਾਰੇ ਦੀ ਜਾਂਚ ਕਰਦਿਆਂ ਜਦੋਂ ਅਸੀਂ ਇਸ DVD ਦੇ ਵਿੱਚ ਜਿੰਨੇ ਵੀ ਪੱਖ ਨੇ ਉਹਨਾਂ ਨੂੰ ਸੁਣਾਂਗੇ ਉਹਦਾ ਅਧਿਐਨ ਕਰਾਂਗੇ ਤੇ ਸਾਡੇ ਸਾਹਮਣੇ ਤਿੰਨ ਚੀਜ਼ਾਂ ਆਉਣਗੀਆਂ ਕਿ ਇਸ ਸਮੁੱਚੀ ਨਸਲਕੁਸ਼ੀ ਦੇ ਕਾਰਨ ਕੀ ਸੀ ਨਸਲਕੁਸ਼ੀ ਦੇ ਕਾਰਨ ਸਮੁੱਚਾ ਘਟਨਾਕ੍ਰਮ ਕਿਵੇਂ ਵਾਪਰਿਆ ਉਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਕਿ ਨਹੀਂ ਜਾਂ ਫਿਰ ਅੱਜ ਕੌਮ ਦਾ ਭਵਿੱਖ ਕੀ ਹੋਵੇ ਸੋ ਕਈ ਤਰ੍ਹਾਂ ਦੇ ਸਵਾਲ ਤੇ ਕਈ ਤਰ੍ਹਾਂ ਦੇ ਜਿਹੜੇ ਜਵਾਬ ਨੇ ਉਹ ਇਸ ਸਾਰੇ DVD ਦੇ ਸਾਡੇ ਸਾਹਮਣੇ ਆਉਣਗੇ ਔਰ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਇਹ ਵਾਇਸ ਆਫ ਖਾਲਸਾ ਦੇ ਵੱਲੋਂ DVD ਜਿਹੜੀ ਹੈ ਉਹ ਸੰਗਤਾਂ ਦੇ ਜਿਹੜੀ ਹੈ ਉਹ ਫ੍ਰੀ ਵੰਡੀ ਜਾ ਰਹੀ ਹੈ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਨੂੰ ਧਰਮ ਦੀਆਂ ਸਮੱਸਿਆਵਾਂ ਕੌਮੀ ਚਿੰਤਨ ਕਰਨ ਦੇ ਵਾਸਤੇ ਇਸ ਨੂੰ ਸੁਣਨ ਦੀ ਬੜੀ ਅਹਿਮ ਲੋੜ ਹੈ ਤਾਂ ਕਿ ਅਸੀਂ ਕੌਮ ਨੂੰ ਜਿਹੜਾ ਸਾਡਾ ਆ ਰਿਹਾ ਵਿਰਸਾ ਹੈ ਸਾਡਾ ਭਵਿੱਖ ਹੈ ਕੌਮ ਦੀ ਭਵਿੱਖ ਦੀ ਪਨੀਰੀ ਹੈ ਸਾਡੇ ਪਿੰਡੇ ਦੇ ਉੱਪਰ ਕੀ ਵਾਪਰਿਆ ਅਤੇ ਇਤਿਹਾਸ ਦੇ ਵਿੱਚ ਅਸੀਂ ਆਪਣੇ ਲਹੂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇੱਕ ਨਵੀਂ ਤਵਾਰੀਖ ਨੂੰ ਜਨਮ ਦਿੱਤਾ ਉਹ ਇਸ ਗੱਲ ਤੋਂ ਜਾਣੂ ਹੋ ਸਕੇ ਇੰਨੀਆਂ ਕੁ ਮੇਰੇ ਵੱਲੋਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ TV84 ਦੇ ਸਾਰੇ ਦਰਸ਼ਕਾਂ ਨੂੰ अगेन फिर वाहेगुरु जी का खालसा वाहेगुरु जी की फतेह जी और अज का जोड़ा इवेंट हैगा ये असी फंड रेज जोड़ा पहली बार कर रहे हैं ट्राई स्टेट का और ये असी देख रहे हैं कि सू बहुत वधिया सहयोग मिले सारे जोड़े ट्राई स्टेट के सज्जन सके चाहे वह गुरद्वारा साहबान सी सोसायटियां सारे पहुंचे है और सारे ने
दिल खोल के जी सा मदद की हैगी सू मॉरल और फाइनैशियली सपोर्ट किए है बहुत सारे प्रोमिस किए साढ़े ना असी चाहवे कि इस तो जोड़ा असं कर रहे हैं इस तो भी वजिया असं अगे फ्यूचर केम करिए सो टीवी 84 ने साड़ी कवरेज की हैगी है और यदा भी धनवाद और टीवी 84 के जिन्हें भी दर्शक है उन्होंने भी धनवाद उन्होंने भी अपील है कि वह टीवी 84 भी देखा कर और डॉक्टर साहब का प्रोग्राम सचो सच जरा लाइव रेडियो वॉइस ऑफ खालसा से है मंडे टू फ्राइडे आता है सो जिन्होंने जो नहीं सुनते वह भी सुन दूसरे ने भी दसन के रेडियो वॉइस ऑफ खालसा की सपोर्ट कर खालसा वाहेगुरु जी की फतेह जी दर्शकों तुसी जिस तरह के देखिया ये फंडरेजिंग ऑफ गाला रेडियो वॉइस ऑफ खालसा ये बड़ा ही वधिया ते बड़ा ही सफल तरीका नाल सफल होया ते इस विच बहुत सारिया जथेबंदियां ने भाग लिया जिस विच खास करके जेडे मुख मेहमान सन वो सन सुखप्रीत सिंह उद्दू के इस तरह ही तुहानू जेडे आने वाले ईवेंट्स ने इस तरह तुहानू उन्हां दे असां रूबरू करवांदे रहांगे तुसी इस तरह ही टीवी 84 देखदे रहो मेरे नाल नीलम कौर फ्रॉम न्यूयॉर्क।